ਇਹ ਤੋਂ ਦੋ ਨੰਬਰ ਸਟੇਜ ਤੋਂ ਦੋਵੇਂ ਟੀਮਾਂ ਸਿੱਟ ਲਾਉਣ ਨਾਲ ਸਾਡਾ ਵੀਰ ਰੋਸ਼ਨ ਤੇ ਨਾਲ ਮੱਕੜ ਸਿੰਘ ਜੀ, ਸੰਤੋਖ ਸਿੰਘ ਤੇ ਬਲਵੰਤ ਸਿੰਘ ਹੋਣੀ ਵੱਡਾ ਮਾਣ ਸਨਮਾਨ ਕਰਦੇ ਇਹਨਾਂ ਵੀਰਾਂ ਦਾ। ਤਹਿ ਦਿਲ ਧੰਨਵਾਦ ਖੇਡ ਮੈਦਾਨ ਦਾ ਆਨੰਦ ਮਾਣਦੇ ਹੋਏ ਤੇ 100 ਰੁਪਏ ਦਾ ਵੱਡਾ ਮਾਣ ਦਾਸ ਲਈ ਪੂਜਾ ਕੀਤਾ। ਸਰਤਾਜ ਰੋਸ਼ਨ ਸਿੰਘ ਜੀ, ਹਰਦਿਆਲ ਸਿੰਘ ਹੋਣੀ ਤੇ ਨਾਲ ਭੋਲਾ ਗਰੀਸ ਤੇ ਹਰਪ੍ਰੀਤ ਮਾਣਕੀ ਉਹਨਾਂ ਦਾ ਆਪਾਂ ਤਹਿ ਦਿਲ ਧੰਨਵਾਦ। ਮਨਦੀਪ ਸਿੰਘ ਘੋਲੀਆ ਦੇ ਬੱਦੋਵਾਲ, ਠੀਕ ਹੈ ਠੀਕ ਹੈ। ਹੈਲੋ ਬੱਦੋਵਾਲ ਜੀ, ਬੱਦੋਵਾਲ ਦੀ ਟੀਮ ਨੂੰ ਮੈਂ ਕਾਲ ਕਰਾਂ। ਬੱਦੋਵਾਲ ਪਿੰਡ ਲੁਧਿਆਣੇ ਸ਼ਹਿਰ ਦਾ ਏਰੀਆ, ਦੋਵੇਂ ਟੀਮਾਂ ਨੂੰ ਬੇਨਤੀ ਹੈ। ਬੱਦੋਵਾਲ ਘੋਲੀਆ ਕਲਾ ਪੁੱਜ ਗਈ ਹੈ। ਹੈਲੋ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਬੱਦੋਵਾਲ ਦੀ ਟੀਮ ਨੂੰ ਬੇਨਤੀ, ਬੱਦੋਵਾਲ ਮੇਰੇ ਵੀਰ ਖੇਡ ਮੈਦਾਨ ਚ ਪੁੱਜੇ। ਬੱਦੋਵਾਲ ਜੀ ਆ ਜਾਓ ਮੇਰੇ ਵੀਰ, ਸਮੇਂ ਸਿਰ ਬੱਦੋਵਾਲ ਦੀ ਟੀਮ ਨਾਲ ਰੌਂਤਾ ਤੇ ਘੱਲ ਘੱਲ ਰੌਂਤਾ ਵੀ ਬੁਕਸ ਚ ਪੁੱਜੇ ਰੌਂਤਾ ਪਿੰਡ ਜੀ। ਬੱਦੋਵਾਲ ਜੀ, ਬੱਦੋਵਾਲ ਦੀ ਟੀਮ ਨੂੰ ਮੈਂ ਕਾਲ ਕਰਾਂ। ਬੱਦੋਵਾਲ ਪਿੰਡ ਸਾਡੇ ਨਾਲ ਵਾਸਤਾ ਕੈਬ ਕਰ ਖਿਡਾਰੀ ਵੀਰ, ਪ੍ਰਬੰਧਕ ਵੀਰ ਵੱਲੋਂ ਬੇਨਤੀ ਕਿ ਬੱਦੋਵਾਲ ਖੇਡ ਮੈਦਾਨ ਚ ਪੁੱਜੇ। ਘੋਲੀਆ ਕਲਾ ਪੁੱਜੀ ਹੋਈ ਵੀਰ, ਬੱਦੋਵਾਲ ਘੱਲ ਕਲਾ ਤੇ ਰੌਂਤਾ ਜੀ ਦੋਵੇਂ ਟੀਮਾਂ ਰੈਡੀ ਆ। ਕਬੱਡੀ ਓਪਨ ਦਾ ਜੋ ਮੈਚ ਆ, ਰੌਂਤਾ ਤੇ ਘੱਲ ਕਲਾ ਦੋਵੇਂ ਟੀਮਾਂ ਤਿਆਰ ਆ। ਬੱਦੋਵਾਲ ਜੀ, ਬੱਦੋਵਾਲ ਦੀ ਟੀਮ 75 ਕਿਲੋ ਦਾ ਫਾਈਨਲ ਮੈਚ, ਇਹ ਦੋਵੇਂ ਟੀਮਾਂ ਨੂੰ ਬੇਨਤੀ ਕਰਾਂ ਇਹ ਦੋਵੇਂ ਟੀਮਾਂ ਸਿੱਟ ਲਾਉਣ ਜੀ। ਬੱਦੋਵਾਲ ਦੋਵੇਂ ਟੀਮਾਂ ਰੌਂਤਾ ਤੇ ਘੱਲ ਕਲਾਂ, ਇਹ ਦੋਵੇਂ ਟੀਮਾਂ ਸਿੱਟ ਲਾਉਣ ਰੌਂਤਾ ਤੇ ਘੱਲ ਕਲਾਂ ਤੇ ਨਾਲ ਮੈਂ ਕਾਲ ਕਰਾਂ ਬੱਦੋਵਾਲ ਦੀ ਟੀਮ ਨੂੰ। ਬੱਦੋਵਾਲ ਦੀ ਟੀਮ ਖੇਡ ਮੈਦਾਨ ਨਾਲ ਜੁੜੇ। ਅਗਲੀ ਮੈਚ ਦੇ ਬਾਅਦ ਰਾਜ ਮੇਹਰ ਸਿੰਘ ਵਾਲਾ ਇਹ ਮਾਰਕੀਟ ਕਬੱਡੀ ਦੇ ਨਾਲ ਜੁੜ ਚੁੱਕੇ, ਨਾਲ ਗੁਰਚਰਨ ਸੁਨੀਰ ਵੀ ਜੀ ਤੇ ਨਾਲ ਸਾਡੇ ਰੋਸ਼ਨ ਸਿੰਘ ਜੀ, ਉਹਨਾਂ ਦਾ ਧੰਨਵਾਦ। 100 ਰੁਪਏ ਦਾ ਵੱਡਾ ਮਾਣ ਪੂਜਾ ਕਰਦੇ ਪੰਜਾਬੀ ਮਾਂ ਬੋਲਣ ਤੇ ਖੁਜੋਗੇ। ਪ੍ਰਵਾਸੀ ਵੀਰ ਜਿਉਂਦੇ ਰਹਿਣ ਵਸਦੇ ਰਹਿਣ, ਦਾਨੀ ਸੱਜਣਾ ਦਾ ਤਹਿ ਦਿਲ ਧੰਨਵਾਦ। ਇਹ ਓਪਨ ਹੈ ਬਾਈ, ਇਦੂ ਮਗਰਲਾ ਮੈਚ ਆ, ਓਪਨ ਕਰਾਉਣਾ ਪਹਿਲਾਂ ਮੈਚ, ਠੀਕ ਹੈ ਜੀ। ਉਦੂ ਮਗਰਲਾ ਜਿਹੜਾ 75 ਕਿਲੋ ਦਾ ਫਾਈਨਲ ਮੈਚ ਹੋਊਗਾ। ਉਹ ਖਿਡਾਰੀ ਬਾਈ ਜੀ ਜਿਹੜੀ ਟੀਮ ਆ ਗਈ ਹੈ ਜਾਂ ਦੂਜੀ ਰਹਿੰਦੀ, ਅਸੀਂ ਹੁਣ ਕੋਈ ਵੇਟ ਨਹੀਂ ਇਦੂ ਮਗਰੋਂ ਕਰਨੀ, ਟੀਮ ਆਈ ਫਾਈਨਲ ਵੀ ਕੱਟ ਦੇਣੀ ਹੈ। ਹੈਲੋ, ਜਿਵੇਂ ਜਿਵੇਂ ਟੀਮਾਂ ਅਸੀਂ ਅਨਾਊਂਸ ਕਰ ਰਹੇ ਹਾਂ, ਮੇਰੇ ਵੀਰ ਖਿਡਾਰੀ ਵੀਰ ਖੇਡ ਮੈਦਾਨ ਦੇ ਨਾਲ ਜੁੜਨ, ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਰੋਸ਼ਨ ਜੀ, ਹਰਦਿਆਲ ਸਿੰਘ ਜੀ, ਸਾਡੇ ਵੀਰ ਬਹੁਤ ਹੀ ਸਤਿਕਾਰਯੋਗ ਨੇ, ਮਹਾਨ ਸ਼ਖਸ਼ੀਅਤਾਂ। ਗੁਰੂ ਕੇ ਲੰਗਰ ਵੀ ਤੁਰ ਚੱਲ ਰਹੇ ਨੇ, ਇਸ ਪਰਿਵਾਰ ਵੱਲੋਂ ਬਹੁਤ ਸਾਰਾ ਮਾਣ ਪਿਆਰ ਦਾਸ ਦੇ ਲਈ ਭੇਜਦੇ ਨੇ, ਬਹੁਤ ਬਹੁਤ ਧੰਨਵਾਦ ਹੈ। ਲਓ ਵੀ ਇਸ ਸਮੇਂ ਖੇਡ ਮੈਦਾਨ ਦੇ ਵੀ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਘੱਲ ਕਲਾਂ ਦੀ ਟੀਮ ਹੈ, ਦੁਨੀਆਂ ਦੇ ਮਹਾਨ ਤੇ ਸੁਪਰ ਸਟਾਰ ਖਿਡਾਰੀਆਂ ਦੀ ਧਰਤੀ ਮੇਰੇ ਵੀਰੋ ਘੱਲ ਕਲਾਂ ਦੀ ਧਰਤੀ ਹੈ, ਕੋਈ ਗੱਲ ਨਹੀਂ। ਲਓ ਸ਼ਰਤ ਵਾਲੀ ਸੈਂਡ ਜਿਹੜੀ ਟੀਮ ਹੈ। ਹੈਲੋ ਹਾਂਜੀ ਭਾਈ ਰਾਜ, ਕੱਲੇ ਕੱਲੇ ਖਿਡਾਰੀ ਦਾ ਨਾਮ ਬੋਲ ਦਿਆ ਕਰੋ, ਉੱਤੇ ਵੀਰ ਕਹਿੰਦੇ ਵੀ ਬਈ ਪਤਾ ਨਹੀਂ ਲੱਗ ਰਿਹਾ। ਲਓ ਖੇਡ ਮੈਦਾਨ ਦੇ ਵਿੱਚ ਰੌਂਦੇ ਵੱਲੋਂ ਬੇਅੰਤ ਸਿੰਘ ਨੌਜਵਾਨ ਕਬੱਡੀ ਪਾ ਰਿਹਾ ਹੈ। ਲਓ ਇੱਕ ਕੰਨੀ ਤੇ ਦੇਖਦੇ ਵੀ ਸਾਹਮਣੇ ਆ, ਸੋਨਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਡੱਕਣ ਦੀ ਗੱਲ ਕਰਦਾ ਹੈ। ਲਓ ਘੱਲ ਕਲਾ ਪਿੰਡ ਇਸ ਨੌਜਵਾਨ ਦਾ ਦੇਖਦੇ ਵੀ ਮਹਾਨ ਖਿਡਾਰੀਆਂ ਦੀ ਧਰਤੀ,
ਪਹਿਲਾਂ ਉਹ ਡੇਢ ਪੁਆਇੰਟ ਜਿਹੜਾ ਇਸ ਸਮੇਂ ਮੇਰੇ ਵੀ ਨੋਟ ਕਰ ਲਿਓ ਘੱਲ ਕਲਾਂ ਦੀ ਟੀਮ ਦੇ ਖੰਤ ਵੀ ਜੁੜਦਾ ਹੈ ਚੱਲ ਵੀ ਨੌਜਵਾਨਾਂ ਭਲਵਾਨਾਂ ਪਾ ਫਿਰ ਕਬੱਡੀ ਜਿਹੜੀਆਂ ਸਪੇਅਰ ਟੀਮਾਂ ਇੱਕ ਸਾਈਡ ਤੇ ਹੋ ਜਾਣ ਮੇਰੇ ਵੀਰ ਪਲੀਜ਼ ਜਾਂ ਬੈਠ ਜਾਓ ਜਾਂ ਉੱਧਰ ਬਕਸਿਆਂ ਦੇ ਵਿੱਚ ਚਲੇ ਜਾਓ ਮੇਰੇ ਵੀਰ ਗਰਾਊਂਡ ਦੇ ਵਿੱਚ ਕਿਸੇ ਨੇ ਨਹੀਂ ਖੜਨਾ ਹੱਥ ਬੰਨ ਕੇ ਬੇਨਤੀ ਹੈ ਲਓ ਪੁਆਇੰਟ ਜਿਹੜਾ ਇਸ ਸਮੇਂ ਘੱਲ ਕਲਾਂ ਦੀ ਟੀਮ ਦੇ ਖੰਤ ਵੀ ਜੁੜਦਾ ਹੈ ਬਾਬਾ ਰੱਡੂ ਡਾਂਸ ਕਲੱਬ ਨਿਧਾਂ ਵਾਲਾ ਤੇ ਨਾਲ ਹੀ ਬਾਬਾ ਵਿਧੀ ਚੰਦ ਕਲੱਬ ਸੁਰ ਸਿੰਘ ਦੀ ਟੀਮ ਇਹ ਵੀ ਤਿਆਰੀ ਫੜ ਲੈਣ ਮੇਰੇ ਵੀਰ ਭਲੂਰ ਤੇ ਲੋਕੋ ਨੇ ਖੇਡਣਾ ਹੈ ਔਗੜ ਦੇ ਪੁਰਾਣੇ ਵਾਲਾ ਇਹ ਵੀ ਟੀਮਾਂ ਤਿਆਰੀ ਫੜ ਲੈਣ ਆਹ ਦੇਖਦੇ ਵੀ ਮੰਗਲ ਘੱਲਾਂ ਵਾਲਾ ਨੌਜਵਾਨ ਦੁਨੀਆਂ ਦਾ ਟੌਪ ਜਾਫੀ ਆ ਮੇਰੇ ਵੀਰੋ ਲਓ ਦੇਖਦੇ ਆ ਵੀ ਇਸ ਸਮੇਂ ਡੱਕਣ ਦੀ ਗੱਲ ਕਰਦਾ ਖੇਡ ਮੈਦਾਨ ਦੇ ਵਿੱਚ ਤੇ ਪੁਆਇੰਟ ਜਿਹੜਾ ਘੱਲਾਂ ਦੀ ਟੀਮ ਦੇ ਖੰਤ ਵੀ ਜੁੜਦਾ ਹੈ ਚੱਲ ਵੀ ਸੋਨੀ ਨੌਜਵਾਨਾਂ ਪਾ ਫਿਰ ਕਬੱਡੀ ਲਾਉਂਦਾ ਮੈਚ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਦਰਮਿਆਨ ਆਹ ਦੇਖਦੇ ਵੀ ਹਲਕਾ ਜਿਹਾ ਟੱਚ ਤੇ ਕੌਰ ਸਿੰਘ ਮਚਾਕੀ ਪਿੰਡ ਵਾਲੇ ਦੱਸਦੇ ਨੇ ਵੀ ਪੁਆਇੰਟ ਜਿਹੜਾ ਘੱਲ ਕਲਾਂ ਦੀ ਟੀਮ ਦੇ ਖੰਤ ਵੀ ਜੁੜਦਾ ਹੈ ਜਿਵੇਂ ਜਿਵੇਂ ਮੇਰੇ ਵੀਰ ਅਸੀਂ ਟੀਮਾਂ ਅਨਾਊਂਸ ਕਰ ਰਹੇ ਹਾਂ ਸੋ ਟੀਮਾਂ ਖੇਡ ਮੈਦਾਨ ਦੇ ਨਾਲ ਜੁੜਨਾ ਮੇਰੇ ਵੀਰ ਲਓ ਖੇਡ ਮੈਦਾਨ ਦੇ ਵਿੱਚ ਬੇਅੰਤ ਸਿੰਘ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ ਇੱਕ ਸਾਈਡ ਤੇ ਮੰਗਲ ਇੱਕ ਸਾਈਡ ਤੇ ਅੰਬੂ ਤੇ ਨਾਲ ਸੋਨਾ ਮੇਰੇ ਵੀਰੇ ਲਓ ਦੁਨੀਆ ਭਰ ਦੇ ਪ੍ਰਸਿੱਧ ਜਾਫੀਆਂ ਦੇ ਵਿੱਚ ਨੌਂ ਹੈ ਆਹ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਦੇਵ ਸਿੰਘ ਬਾਈ ਉਰੇ ਆਈ ਵੀਰ ਉਰੇ ਇੱਧਰ ਦੀ ਰੈਫਰੀ ਦਾ ਜਿਹੜਾ ਫੈਸਲਾ ਅਟਲ ਲੈ ਮੇਰੇ ਵੀਰ ਸਾਰੇ ਖਿਡਾਰੀ ਵੀ ਨੋਟ ਕਰ ਲੈਣ ਛੱਲ ਵੀ ਨੌਜਵਾਨਾਂ ਭਲਵਾਨਾਂ ਪਾ ਫਿਰ ਕਬੱਡੀ ਲਓ ਦੇਖਦੇ ਆ ਵੀ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ ਤੇ ਆ ਦੇਖਦੇ ਵੀ ਰੌਂਦੇ ਵਾਲਾ ਨੌਜਵਾਨ ਬਗਲ ਭਰਨ ਦੀ ਗੱਲ ਕਰਦਾ ਹੈ ਪਰ ਪੁਆਇੰਟ ਜਿਹੜਾ ਕਰਜਨ ਸਿੰਘ ਖਿਡਾਰੀ ਨੇ ਪਿਛਲੇ ਸੀਜ਼ਨ 'ਚ 5 ਮੋਟਰਸਾਈਕਲ ਜਿੱਤੇ ਸੀ ਇਹ ਦੌਲੀ ਆ ਦੌਲੀ ਖਿਡਾਰੀ ਜਿਹੜਾ ਕਹਿੰਦੇ ਅਲਖੜਿਆਂ ਦੀ ਧਰਤੀ ਦਾ ਛੱਲ ਵੀ ਨੌਜਵਾਨਾਂ ਨੇ ਤਾਂ ਮਾਰ ਗਿਆ ਬੇਅੰਤ ਜਿਸ ਤਰ੍ਹਾਂ ਉਸੇ ਤਰ੍ਹਾਂ ਰੌਂਦੇ ਪਿੰਡ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ ਲਓ ਦੇਖਦੇ ਹਾਂ ਵੀ ਚਿਹਰਾ ਜਾਫੀਆਂ ਦੇ ਵਿੱਚੋਂ ਨੌਜਵਾਨ ਕਿਹੜਾ ਡੱਕ ਪਾਵੇਗਾ ਕਿਹੜਾ ਰੱਖ ਪਾਵੇਗਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਡੱਕਣ ਦੀ ਗੱਲ ਕਰਦਾ ਹੈ ਤਾਂ ਦੇਖਦੇ ਨੌਜਵਾਨੋ ਪੂਰਾ ਜ਼ੋਰ ਇਸ ਜਾਫੀ ਦੇ ਵਿੱਚ ਦੇਖਦੇ ਆ ਵੀ ਥੰਮ ਜਾਫੀ ਮੰਨਿਆ ਜਾਂਦਾ ਹੈ ਤੇ ਲਾ ਉਧਰ ਦੇਖਦੇ ਆ ਵੀ ਸਾਹਮਣੇ ਬੇਅੰਤ ਇੱਕ ਪਾਸੇ ਅੰਬੂ ਲਾ ਮਾਰੋ ਤਾੜੀਆਂ ਨੌਜਵਾਨੋ ਦੁਨੀਆ ਭਰ ਦੇ ਟੌਪ ਖਿਡਾਰੀਆਂ ਦੀ ਗੱਲ ਤਾਂ ਦੇਖਦੇ ਖੇਡ ਮੈਦਾਨ ਦੇ ਵਿੱਚ ਕਿ ਜ਼ੋਰ ਬੜਾ ਬਸ਼ਰਮ ਹੁੰਦਾ ਹੈ ਆਪਣੀ ਕਹਾਣੀ ਆਪ ਰਾਜ ਜਾਂਦਾ ਹੈ ਉਧਰ ਜਗਦੀਪ ਸਿੰਘ ਸਾਡੇ ਵੀਰ ਹਰੀ ਕੇ ਕਲਾਂ ਵਾਲੇ ਵੀ ਨੌਜਵਾਨ ਦੱਸਦੇ ਨੇ ਕਿਹੜਾ ਕਿਹੜਾ ਪੈਂਟ ਕਿਹਦੇ ਵੱਲ ਹੋਊਗਾ ਇਹ ਰੈਫਰੀ ਦਾ ਫੈਸਲਾ ਅਟਲ ਹੋਊਗਾ ਦੋਨਾਂ ਟੀਮਾਂ ਨੂੰ ਬੇਨਤੀ ਹੈ ਵੀ ਰੈਫਰੀ ਦਾ ਫੈਸਲਾ ਜਿਹੜਾ ਇਹ ਮੰਨ ਕੇ ਚੱਲਣਾ ਹੈ ਇਸ ਟੂਰਨਾਮੈਂਟ ਦੇ ਵਿੱਚ ਰੋਸ਼ਨ ਲਾਲ ਜੀ ਨੇਤਾ ਜੋ ਕਿ 2001 ਤੋਂ ਰੈਫਰੀ ਕਰਦੇ ਆ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਦੂਜਾ ਜੋ ਸਾਡੇ ਥਾਣਾ ਸਦਰ ਤੋਂ 3 ਦਿਨ ਤੋਂ ਸੇਵਾ ਕਰ ਰਹੇ ਆ ਪੁਲਿਸ ਦੇ ਮੁਲਾਜ਼ਮ ਇਹਨਾਂ ਸਾਰੇ ਪੁਲਿਸ ਦੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਭੋਲਾ ਸਿੰਘ ਨੂੰ ਮੈਂ ਬੇਨਤੀ ਕਰੂੰਗਾ ਕਿ ਕੋਈ ਠੰਡੇ ਵਗੈਰਾ ਦੀਆਂ ਬੋਤਲਾਂ ਮੰਗਾ ਕੇ ਇੱਕ ਦੋ ਮੁਲਾਜ਼ਮ ਵੀਰਾਂ ਨੂੰ ਬਿਲਕੁਲ ਪਿਆ ਦਿੱਤੀਆਂ ਜਾਣ ਬਾਈ ਜੀ ਇਹ ਵਿਚਾਰੇ ਧੁੱਪ 'ਚ ਖੜੇ ਆ ਉਦੋਂ ਦੇ ਜਾਂ ਸੰਤੋਖ ਸਿੰਘ ਦੀ ਡਿਊਟੀ ਲਾ ਦਿਓ ਜਾਂ ਕਿਸੇ ਹੋਰ ਬੰਦੇ ਦੀ ਡਿਊਟੀ ਲਾਓ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਠੀਕ ਆ ਜੀ ਸਰਦੇਵ ਸਿੰਘ ਜੀ ਲਓ ਖੇਡ ਮੈਦਾਨ ਦੇ ਵਿੱਚ ਮੈਚ ਬਹੁਤ ਵਧੀਆ ਖੇਡਿਆ ਜਾ ਰਿਹਾ ਸਾਊਂਡ ਵਾਲੇ ਵੀਰ ਸਿੱਟ ਕਰਦੇ ਕਿ ਕਿਰਸਿਆਂ ਖੇਡ ਮੈਦਾਨ ਦੇ ਵਿੱਚ ਮੈਚ ਜਿਹੜੇ ਹੁਣ ਖੇਡੇ ਗਏ ਹੈ ਬਹੁਤ ਹੀ ਤਕੜੇ ਮੈਚ ਚਲੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੇਅੰਤ ਸਿੰਘ ਨੌਜਵਾਨ ਦੀ ਪਾਈ ਹੋਈ ਕਬੱਡੀ ਅੱਗੇ ਘੱਲ ਕਲਾਂ ਦੇ 4 ਜਾਫੀ ਕੇ ਪਾਸੇ ਮੰਗਲ ਸਿੰਘ ਹੈ ਹਾਲ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਸ਼ੀਰੇ ਦੀ ਕਬੱਡੀ ਕਹਿੰਦੇ ਵੱਖਰੀ ਆ ਖੇਡ ਮੈਦਾਨਾਂ ਦੇ ਵਿੱਚ ਇੱਕ ਪਾਸੇ ਮੰਗਲ ਘੱਲ ਕਲਾਂ ਦੀ ਧਰਤੀ ਦਾ ਦੂਸਰੇ ਪਾਸੇ ਬੇਅੰਤ ਸਿੰਘ ਹੈ ਸਾਹਮਣੇ ਲੱਗਿਆ ਹੋਇਆ ਜ਼ੋਰ
ਦੋਨਾਂ ਭਲਵਾਨਾਂ ਦੇ ਵਿੱਚ ਹੈ ਔਰ ਪੁਆਇੰਟ ਭਾਵੀ ਦੇ ਹਿੱਸੇ ਦੇ ਵਿੱਚ ਹੈ। ਅਲਕੜੇ ਪਿੰਡ ਕਹਿੰਦੇ ਵੀ ਜ਼ਿਲ੍ਹੇ ਬਰਨਾਲੇ ਦਾ ਪਿੰਡ ਹੈ। ਸਾਹਮਣੇ ਖੇਡ ਮੈਦਾਨ ਦੇ ਵਿੱਚ ਦੌਲੀ ਦੀ ਪਾਈ ਹੋਈ ਕਬੱਡੀ ਹੈ। ਅੱਗੇ ਚਾਰ ਜਾਤੀ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਕਿ ਕਿਤਾਬ ਤੇ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ। ਜੋ ਧਰਤੀ ਨੂੰ ਭੁੱਲ ਜਾਂਦਾ ਹੈ ਅਸਮਾਨ ਵਿੱਚ ਟਿਕਦਾ ਨੀ ਚਿਰ ਵਾਲਾ, ਕਿ ਨਾਮ ਜੱਗ ਤੇ ਬਣਾਉਣਾ ਨੀ ਸਿਖਾਲਾ, ਵੀ ਨਾਮ ਜੱਗ ਤੇ ਬਣਾਉਣਾ ਨੀ ਸਿਖਾਲਾ। ਧਰਮ ਕੱਲ ਠੀਕ ਹੈ ਭਰਾ, ਹਾਂਜੀ ਕੱਲ ਕਲਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਨੋਟ ਕਰ ਲਓ ਜੀ। ਆਓ ਜੀ ਅੱਗੇ ਜਿਹੜੇ ਮੈਚ ਕਰਵਾਉਣੇ ਆਪਾਂ ਇੱਕ ਵਾਰੀ ਬੱਦੋਵਾਲ ਤੇ 75 ਕਿਲੋ ਵਰਗਲਾ ਕਰਾ ਦੇ, ਠੀਕ ਹੈ ਜੀ, ਬੱਦੋਵਾਲ ਤੇ ਘੋਲੀਆ, ਠੀਕ ਹੈ ਜੀ। ਸੌ ਪਵਾ ਦਿਓ ਬਾਈ ਕਮੇਟੀ ਵਾਲੇ ਵੀਰ ਜਿਨ੍ਹਾਂ ਦੀ ਡਿਊਟੀ ਉਹਨਾਂ ਦੀ ਆਪਾਂ ਅੱਗੇ ਨਾ ਬੋਲੇ ਜੀ। ਹੈਲੋ, ਦੋਨੇ ਟੀਮਾਂ ਦਾ ਜਿਹੜਾ ਸਪਸ਼ਟੀਕਰਨ ਲਿਆ ਜਾਵੇ ਕਿਉਂਕਿ ਮੈਚ ਬਹੁਤ ਤਗੜੇ ਖੇਡੇ ਜਾ ਰਹੇ ਨੇ। ਮੇਰੇ ਵੀਰ ਵੈਲਕਮ ਡੀਜੇ ਸਾਊਂਡ ਸਰਵਿਸ, ਜ਼ਿੰਮੇਵਾਰੀਆਂ ਸੰਭਾਲੋ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਹੋਵੇਗਾ। ਅਗਲੇ ਜਿਹੜੇ ਮੈਚ ਖੇਡੇ ਜਾਣਗੇ ਰੋਡੇ ਦਾ ਕਲੱਬ ਨਿਧਾਂ ਵਾਲਾ ਤੇ ਬਾਬਾ ਵਿਧੀ ਚੰਦ ਕਲੱਬ ਸੁਰ ਸਿੰਘ, ਭਲੂਰ ਦੇ ਲੋਕੋ ਨੇ ਖੇਡਣਾ ਹੈ, ਔਗੜ ਦੇ ਪੁਰਾਣੇ ਵਾਲਾ। ਇਹ ਸਾਰੀਆਂ ਟੀਮਾਂ ਆਪੋ ਆਪਣੇ ਜਿਹੜੇ ਮੈਚ ਨੋਟ ਰੱਖਣ ਮੇਰੇ ਵੀਰ, ਜਲਦੀ ਦੇ ਨਾਲ ਦੋਨੇ ਟੀਮਾਂ ਸੈਂਟਰ ਲਾਈਨ ਤੇ ਆ ਜਾਣ ਮੇਰੇ ਵੀਰ। ਪਰ ਇਹ ਜਿਹੜਾ ਮੈਚ ਬਹੁਤ ਤਕੜਾ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ। ਦੋਨੋਂ ਟੀਮਾਂ ਦੇ ਖਿਡਾਰੀ ਜਲਦੀ ਲੱਗ ਕੇ ਆ ਜਾਣ, ਸਪਸ਼ਟੀਕਰਨ ਦੇ ਦਿਨ ਸਿੱਖ ਸਰਦਾਰ ਨੌਜਵਾਨ ਇੱਕ ਪਾਸੇ, ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ ਗੁਰਦੇਵ ਸਿੰਘ ਜੀ ਬੱਦੋਵਾਲ ਪਿੰਡ ਹੈ, ਔਰ ਦੂਸਰੇ ਪਾਸੇ ਘੋਲੀਆ ਕਲਾਂ ਕਹਿੰਦੇ ਵੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ। ਦੋਨਾਂ ਟੀਮਾਂ ਦੇ ਵਿੱਚ 32 ਟੀਮਾਂ ਦੇ ਵਿੱਚੋਂ ਨਿੱਤਰ ਕੇ ਦੋ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ, 75 ਕਿਲੋ ਵਜਨ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ। ਬੂਟਾ ਸਿੰਘ ਜੀ ਵਿਸਲ ਮਾਰ ਕੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਦੀ ਕਬੱਡੀ। ਗੁਰਵੇਲ ਸਿੰਘ ਗੇਲਾ ਜੀ ਬਹੁਤ ਤਕੜੇ ਮੈਚ ਖੇਡ ਮੈਦਾਨ ਦੇ ਵਿੱਚ ਫਾਈਨਲ ਸ਼ੁਰੂ ਹੋਣ ਜਾ ਰਹੇ ਹੈ। ਉੱਧਰ ਦਰਸ਼ਕ ਵੀਰ ਕਹਿੰਦੇ ਵੀ ਸੂਰਜ ਦੇਵਤੇ ਨੇ ਥੋੜੀ ਜਿਹੀ ਆਪਣੀ ਸ਼ਕਤੀ ਨੂੰ ਮੱਧਮ ਕਰ ਦਿੱਤਾ ਹੈ ਔਰ ਕਹਿੰਦੇ ਵੀ ਥੋੜੇ ਜਿਹੇ ਲਾਗੇ ਆ ਰਹੇ ਹੈ। ਸੌਂਕ ਚੜਨਾ ਘੋਲੀਏ ਦੀ ਟੀਮ ਜਿਹੜੀ ਬਿਲਕੁਲ ਆਪਾਂ ਦੇਖ ਰਹੇ ਵੀ ਸਿਮ ਬਿਲਕੁਲ ਇਸ ਟਾਈਮ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਆ ਗਈ ਹੈ ਔਰ ਦੂਸਰੇ ਪਾਸੇ ਜ਼ਿਲ੍ਹੇ ਲੁਧਿਆਣੇ ਦੀ ਟੀਮ ਹੈ ਬੱਦੋਵਾਲ ਪਿੰਡ ਹੈ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਕੌਡੀ ਪਾਈ ਹੋਵੇ, ਮੈਚ ਲੱਗਾ ਦੇਖ ਤਾੜੀ ਦਰਸ਼ਕਾਂ ਵਜਾਈ ਹੋਵੇ, ਟੱਚ ਲਾਹਿਆਂ ਦੇ ਕੋਲੇ ਖੜਦਾ ਫੇਰ ਦਿਲ ਗੱਭਰੂ ਦਾ ਉੜਜੂ ਕਰਦਾ। 15.5 ਜਾਂ 16 ਤੇ ਗੁਰਦੇਵ ਸਿੰਘ ਜੀ ਜੇਤਾ ਰੋਰੀ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਅਗਲੀ ਕਬੱਡੀ ਦੇਖਾਂਗੇ, ਕੁਲਦੀਪ ਸਿੰਘ ਦੋਦੇ ਦੇ ਨਾਲ ਵਸਿਆ ਪਿੰਡ ਕੌਣੀ ਹੈ, ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ, 40 ਮੁਕਤਿਆਂ ਦੀ ਧਰਤੀ ਹੈ, ਅੱਜ ਬੱਦੋਵਾਲ ਦਾ ਪੁੱਤ ਬਣ ਕੇ ਖੇਡਦਾ। ਲਓ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ, ਇੱਕ ਪਾਸੇ ਖਹਿਰਾ ਕਹਿੰਦੇ ਰਾਊ ਕੇ ਬੀੜ ਦੀ ਧਰਤੀ ਦਾ, ਇੱਕ ਪਾਸੇ ਬਿੱਟੂ ਹੈ, ਚਾਰ ਦਾਫੀ ਸਾਹਮਣੇ ਗਾਡਰਾਂ ਵਰਗੇ ਦੇਖਾਂਗੇ ਖੇਡ ਮੈਦਾਨ ਦੇ ਵਿੱਚ। ਕੌਣ ਮੂਹਰੇ ਹੋ ਕੇ ਪੂਰਾ ਟਾਈਮ ਕਰਾਏਗਾ, ਕਿਹੜਾ ਲੱਤਾਂ ਨੂੰ ਫੜ ਕੇ ਜੱਫਾ ਲਾਵੇਗਾ, ਪਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਕੱਲ ਰਾਜ ਜੀ ਅਗਲੇ ਖਿਡਾਰੀ ਦੀ ਕਰਨਗੇ ਖੇਡ ਮੈਦਾਨ ਦੇ ਵਿੱਚ। ਲਓ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਇਹ ਭੋਲੂ
ਸਾਹਮਣੇ ਨੌਜਵਾਨ ਕਬੱਡੀ ਪਾ ਰਿਹਾ। ਅਗਲਾ ਜਿਹੜਾ ਮੈਚ ਖੇਡਿਆ ਜਾਣਾ ਮੇਰੇ ਵੀਰ ਰੋਡੇ ਡਾਂਸ ਕਲੱਬ ਨਿਧਾ ਵਾਲੇ ਦੀ ਟੀਮ ਨੂੰ ਬੇਨਤੀ ਹੈ ਵੀ ਖੇਡ ਮੈਦਾਨ ਦੇ ਵਿੱਚ ਆ ਜਾਣ। ਬਾਬਾ ਬਿਧੀ ਚੰਦ ਕਲੱਬ ਸੁਰ ਸਿੰਘ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਲਾਓ ਖੇਡ ਮੈਦਾਨ ਦੇ ਵਿੱਚ। ਇਸ ਸਮੇਂ ਆ ਭੋਲੂ ਦੀ ਪਾਈ ਹੋਈ ਕਬੱਡੀ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖੰਤ ਵੀ ਜੋੜਦਾ ਹੈ। ਚੱਲ ਵੀ ਜੱਸੀ ਨੌਜਵਾਨਾਂ ਪਾ ਕਬੱਡੀ ਲਾਓ ਖੇਡ ਮੈਦਾਨ ਦੇ ਵਿੱਚ ਦੇਖਦੇ ਹੈ ਵੀ ਇੱਧਰ ਬੱਦੋ ਵਾਲੀਆਂ ਨੌਜਵਾਨ ਜੱਸੀ ਦੀ ਪਾਈ ਹੋਈ ਕਬੱਡੀ ਹੈ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਕੇ ਸਿੱਧਾ ਨਹੀਂ ਵੀ ਤਕੜਾ ਜੰਮਦਾ। ਰਾਤੋ ਰਾਤ ਜਿਹੜਾ ਬਣ ਨੂੰ ਫਿਰੇ ਸਟਾਰ ਉਹ ਬੰਦਾ ਨਹੀਂ ਰਹਿੰਦਾ ਕਿਸੇ ਕੰਮ ਦਾ। ਲੀਲਾ ਵਾਲਾ ਮੋਹਣਾ ਗੱਲ ਸੱਚ ਲਿਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ। ਲਓ ਦੇਖਦੇ ਵੀ ਹੌਲੀ ਹੌਲੀ ਕਬੱਡੀ ਦੀਆਂ ਮੰਜ਼ਲਾਂ ਤੈਅ ਕਰਦੇ ਨੇ ਗੱਭਰੂ ਤੇ ਪੁਆਇੰਟ ਜਿਹੜਾ ਇਸ ਸਮੇਂ ਜੱਸੀ ਨੌਜਵਾਨ ਆਪਣੀ ਟੀਮ ਦੇ ਖੰਤ ਵੀ ਜੋੜਦਾ ਹੈ। ਲਓ ਦੇਖਦੇ ਵੀ ਸੁਖਵੀਰ ਸਿੰਘ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ ਹੈ। ਲਓ ਦੇਖਦੇ ਵੀ ਸਾਹਮਣੇ ਸਿੰਘ ਸਰਦਾਰ ਘੇਰਦਾ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਤੁਸੀਂ ਦੇਖਦੇ ਆ ਵੀ ਘੋਲੀਏ ਦੀ ਟੀਮ ਦੇ ਖੰਤ ਵੀ ਜੁੜਦਾ ਹੈ। ਜਿਹੜੇ ਅਸੀਂ ਟੈਂਟ ਵਾਲੇ ਸੇਵਾਦਾਰ ਇੱਥੇ ਬੁਲਾਏ ਹੋਏ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਸਟੇਜ ਦੇ ਉੱਤੇ ਪਾਣੀ ਪਿਆਉਣ ਦੀ ਸੇਵਾ ਕਰਨ। ਟੈਂਟ ਵਾਲੇ ਜਿਹੜੇ ਸੇਵਾਦਾਰ ਹੈ, ਮੈਂ ਆਪਣੇ ਪਿੰਡ ਕਮੈਂਟਰ ਵੀਰਾਂ ਦੇ ਪਹੁੰਚਣ ਦੇ ਇਹਨਾਂ ਦਾ ਧੰਨਵਾਦ ਕਰਦਾ। ਬਹੁਤ ਜੀ ਆਇਆ ਬਾਈ ਜੀ ਜਿਹੜੇ ਕਮੈਂਟਰੀ ਕਰਕੇ ਸਾਰੇ ਨਗਰ ਨੂੰ ਸੁਣਾ ਰਹੇ ਆ। ਇਹਨਾਂ ਕਮੈਂਟਰ ਵੀਰਾਂ ਦਾ ਵੀ ਸੱਦਾ ਸਿੰਘ ਵਾਲੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਬਹੁਤ ਧੰਨਵਾਦ ਗੁਰਦੇਵ ਸਿੰਘ ਜੀ ਲਓ ਸਾਹਮਣੇ ਖੇਡ ਮੈਦਾਨ ਵਿੱਚ। ਹੈਲੋ ਬਾਈ ਹਰਬੰਸ ਸਿੰਘ ਸਰਪੰਚ ਸਾਹਿਬ ਉਹ ਵੀ ਆਪਣੇ ਦਰਮਿਆਨ ਪਹੁੰਚ ਚੁੱਕੇ ਆ ਇੱਥੇ ਪਹੁੰਚਣ ਤੇ। ਬਾਈ ਉਹਨਾਂ ਦਾ ਵੀ ਅਸੀਂ ਕਮੇਟੀ ਸਾਰੀ ਧੰਨਵਾਦ ਕਰਦੀ ਆ। ਇਸ ਕਬੱਡੀ ਦੇ ਮਹਾਕੁੰਭ ਦੇ ਸਰਪ੍ਰਸਤ ਨੇ ਸਰਦਾਰ ਹਰਬੰਸ ਸਿੰਘ ਜੀ, ਚੇਅਰਮੈਨ ਸਾਹਿਬ ਜੋ ਪਿੰਡ ਦੇ ਮੌਜੂਦਾ ਸਰਪੰਚ ਨੇ। ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਇਸ ਦੁਨੀਆਂ ਦੇ ਵਿੱਚ ਮਾਂ ਨਹੀਂ ਰਹੀ ਕਿਉਂਕਿ ਰੁਝੇਵੇਂ ਬਹੁਤ ਵੱਧ ਗਏ, ਚੱਲੇ ਸਭ ਨੇ ਜਾਣਾ ਹੈ। ਗੁਰਦੇਵ ਸਿੰਘ ਜੀ ਇਸ ਦੁਨੀਆਂ ਤੋਂ ਫਾਨੀ ਸੰਸਾਰ ਹੈ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਸੱਚੇ ਸੁੱਚੇ ਇਨਸਾਨ ਨੂੰ ਸ਼ਰਧਾਂਜਲੀ ਆਪਾਂ ਭੇਟ ਕਰ ਰਹੇ ਹਾਂ। ਆਓ ਖੇਡ ਮੈਦਾਨ ਦੇ ਵਿੱਚ ਹਰਬੰਸ ਸਿੰਘ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਨੇ। ਜੋਗਾ ਰੱਲਾ ਪਿੰਡ ਹੈ ਇਸ ਨੌਜਵਾਨ ਦਾ, ਜ਼ਿਲ੍ਹੇ ਮਾਨਸੇ ਦਾ ਗੱਭਰੂ, ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਜੱਸੀ ਵਾਧਾ ਹੋਇਆ, ਨਾਲ ਚਾਰ ਜਾਫੀ ਜ਼ਿਲ੍ਹੇ ਮੋਗੇ ਘੋਲੀਏ ਕਲਾਂ ਦੇ। ਖੈਰ ਆ ਨੌਜਵਾਨਾਂ, ਸਵਾਦ ਆਉਣਾ ਹੈ ਕਦ ਇਸ ਗੱਭਰੂ ਦੀ ਹਿੱਕ ਦੇ ਨਾਲ ਹਿੱਕ ਜੋੜਨੀ ਹੈ। ਤਾਂ ਸਾਹਮਣੇ ਮੁੰਡਾ ਲੱਤ ਫੜਾ ਬੈਠਾ ਹੈ ਔਰ ਸਾਹਮਣੇ ਕੀਤੀ ਹੋਈ ਟਰਾਈ ਹੈ ਔਰ ਦੂਸਰੇ ਪਾਸੇ ਆਹ ਨੌਜਵਾਨ ਬਹੁਤ ਸੋਹਣਾ ਪੁਆਇੰਟ ਲੈ ਕੇ ਜੋਗੇ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਦਾ ਵਾਧਾ ਕਰਦਾ ਹੋਇਆ। ਇੱਕ ਸੁਖਬੀਰ ਸਿੰਘ ਸਰਾਵਾਂ ਪਿੰਡ ਦਾ ਹੈ, ਜਿਸ ਨੌਜਵਾਨ ਨੇ ਇੰਡੀਆ ਦੀ ਟੀਮ ਦੀ ਕਹਿੰਦੇ ਵੀ ਕਪਤਾਨੀ ਕੀਤੀ ਪਰ ਲਈ ਵਰਲਡ ਕੱਪ ਦੇ ਵਿੱਚ। ਇੱਕ ਆਹ ਨੌਜਵਾਨ ਸੁਖਬੀਰ ਸਿੰਘ ਕਹਿੰਦੇ ਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਕਬੱਡੀ ਨਾਲ ਹੈ ਪੰਜਾਬੀਆਂ ਨੂੰ ਇਸ਼ਕ ਡਾਢਾ, ਜਿਵੇਂ ਮੱਕੀ ਦੀ ਰੋਟੀ ਤੇ ਨਾਲ ਮੱਖਣ ਸਾਗ ਦਾ ਏ। ਪੰਜਾਂ ਦਰਿਆਵਾਂ ਦੀ ਕੁੱਖ ਚੋਏ ਖੇਡ ਜਨਮੇ, ਪੰਜਾਬੀ ਪੁੱਤਰਾਂ ਵਾਂਗ ਇਹਨੂੰ ਪਾਲਦਾ ਹੈ। ਜਿੱਥੇ ਜਾ ਬਹਿ ਗਏ ਉੱਥੇ ਨਾਲ ਲੈ ਗਏ, ਕਿੱਦਾਂ ਭੰਗੜਾ ਸ਼ੌਕ ਕਮਾਲਦਾ ਹੈ। ਬਿੰਗ ਤਾਈਓ ਤਾਂ ਵਿੱਚ ਪ੍ਰਦੇਸ਼ ਤੱਕ ਲੈ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਹੈ ਕਿ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਹੈ। ਲੈ ਮੱਖਣ ਕਰਵੀਰ ਨੂੰ ਗੁਰਸੇਵ ਸਿੰਘ ਗਿੱਲ ਵੱਲੋਂ 100 ਰੁਪਇਆ ਇਨਾਮ ਦਿੱਤਾ ਜਾਵੇ। ਉਹ ਪੈਣਾ ਕੁਲਵੀਰ ਸਿੰਘ ਘੋਲੀਆ। ਵੈਲਕਮ ਡੀਜੇ ਸਾਊਂਡ ਸਰਵਿਸ ਜਿਹੜੀ ਛਣਕਾਰ ਆ ਰਹੀ ਹੈ, ਵਿਸਲਾ ਬੰਦ ਕਰੋ ਪਲੀਜ਼ ਮੇਰੇ ਵੀਰ, ਹੱਥ ਬੰਨ ਕੇ ਬੇਨਤੀ ਹੈ। ਜੇ ਉੱਧਰ ਕੋਈ ਚੱਕਰ ਹੈ ਤਾਂ ਦੱਸੋ, ਸਾਨੂੰ ਦੱਸੋ ਗਰਾਊਂਡ ਦੇ ਵਿੱਚ। 100 ਰੁਪਇਆ ਗੁਰਸੇਵ ਸਿੰਘ ਵੱਲੋਂ ਕੁਲਵੀਰ ਸਿੰਘ ਨੂੰ।
ਕਿੱਕਰ ਗਰਾਊਂਡ 'ਚ ਗੇੜਾ ਕੱਢ ਕੇ ਜਾ ਇੱਕ ਵਾਰੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ। ਇੱਕ ਪਾਸੇ ਬਲਵੰਤ ਸਿੰਘ ਜੀ ਨੰਬਰਦਾਰ ਸਾਹਿਬ ਦੇ ਨਾਲ ਸਰਦਾਰ ਹਰਬੰਸ ਸਿੰਘ ਜੀ, ਸਾਡੇ ਸਰਪੰਚ ਸਾਹਿਬ, ਸਾਡੇ ਸਿਮਰਨ ਜੀ ਭੋਲਾ ਜੀ, ਉੱਥੇ ਸਾਡੇ ਬਹੁਤ ਹੀ ਸਤਿਕਾਰ ਜੀ ਉਸਦਾ ਰੋਸ਼ਨ ਸਿੰਘ ਜੀ। ਹਾਂਜੀ ਭਾਜੀ, ਹੈਲੋ ਬਾਈ ਜੀ। ਜੋਰਬੀਆ ਵਾਲਾ ਸ਼ਿੰਗਾਰਾ ਸਿੰਘ ਕਹਿੰਦਾ ਜਿੰਨੇ ਵੀ ਬੱਦੋਵਾਲ ਵਾਲਾ ਖਾਣ ਜੱਫੇ ਲਾਊਗਾ ਉਹਨੇ 50-50 ਦੇ ਨੋਟ ਮਿਲਣਗੇ। ਛੱਲ ਵੀ ਨੌਜਵਾਨਾਂ ਪਾ ਕਬੱਡੀ, ਵੈਲਕਮ ਡੀਜੇ ਸਾਊਂਡ ਸਰਵਿਸ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਜੱਸੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਧਿਆਨ ਦੇਖਦੇ ਵੀ ਨੌਜਵਾਨ ਨੂੰ ਅਨੇਕਾਂ ਹੀ ਖੇਡ ਮੇਲਿਆਂ ਦਾ ਉੱਤਮ ਧਾਮ ਵੀ ਲਾਨਿਆ ਜਾਂਦਾ ਇਸ ਨੌਜਵਾਨ ਨੂੰ, ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵੀ ਜੋੜਿਆ ਹੈ। ਚੱਲ ਵੀ ਸੁਖਵੀਰ ਸਿਆ ਨੌਜਵਾਨਾਂ ਪਾ ਕਬੱਡੀ, ਕਿ ਲਚਕ ਸਰੀਰਾਂ ਦੇ ਵਿੱਚ ਕੈਦ ਜਵਾਨੀ ਦੱਸਦੀ ਏ, ਸਹਿਣਸ਼ੀਲਤਾ ਬੰਦੇ ਨੂੰ ਸਦਾ ਹੀ ਉੱਪਰ ਰੱਖ ਕੇ ਹਾਰ ਨੂੰ ਸਹਿਣਾ ਜਿੱਤ ਬਚਾਉਣੀ ਕੰਮ ਕੋਈ ਸੌਖਾ ਨਹੀਂ, ਜੋ ਮਨ ਲਾ ਕੇ ਕਰਦੇ ਨੇ ਕੰਮ ਕੋਈ ਵੀ ਔਖਾ ਨਹੀਂ। ਜਾਂਦਾ 100 ਰੁਪਇਆ ਗੁਰਸੇਵ ਸਿੰਘ ਦਿੱਤਾ ਜਾਊਗਾ। ਹਾਂਜੀ ਬੂਟਾ ਸਿੰਘ ਜੀ, ਤਾਲਮੇਲ ਜ਼ਰੂਰ ਰੱਖਿਆ ਕਰੋ, ਹੈਲੋ ਕਰਦਿਆ ਕਰੋ, ਬਹੁਤ ਬਹੁਤ ਧੰਨਵਾਦ ਹੈ। ਲਓ ਦੇਖਦੇ ਵੀ ਉੱਤੋਂ ਮਾਨ ਸਨਮਾਨ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਨੇ। ਕਿੱਕਰ ਆਪਰੇਟਰ ਨੂੰ ਬੇਨਤੀ, ਗਰਾਊਂਡ ਜਾ ਮੇਰੇ ਵੀਰ ਇੱਕ ਵਾਰੀ। ਚੱਲ ਵੀ ਨੌਜਵਾਨ ਪਾਕ ਦਲਦੀਪ ਸਿੰਘ, ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਉਸ ਤੋਂ ਅਗਲੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੀਆਂ ਹੋਈਆਂ। ਸਾਡਾ ਵੀ ਦੁਨੀਆ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੇਅੰਤ ਨੇਧਾ ਮਲ ਗਿਆ, ਉਹ ਵੀ ਸਾਡਾ ਵੀਰ ਆਪਣੀ ਟੀਮ ਲੈ ਕੇ ਪਹੁੰਚਿਆ ਹੋਇਆ। ਲਓ ਕੁਲਦੀਪ ਸਿੰਘ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ, ਬਹੁਤ ਵਧੀਆ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸੇ ਰੱਖ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਹੈ। ਤੇ ਪੁਆਇੰਟ ਜਿਹੜਾ ਇਸ ਸਮੇਂ ਧਾਬੀ ਦੇ ਖਾਤ ਵੀ ਜੁੜਦਾ ਹੈ। ਚੱਲ ਵੀ ਨੌਜਵਾਨਾਂ ਭੋਲੂ ਪਾ ਕਬੱਡੀ, ਅਗਲੀਆਂ ਦੋਨੇ ਟੀਮਾਂ ਪਹੁੰਚੀਆਂ ਹੋਈਆਂ। ਸਾਡੇ ਚੇਅਰਮੈਨ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਧਾਲੀਵਾਲ ਸਰਪੰਚ ਸਾਹਿਬ ਕਹਿੰਦੇ ਨੇ ਠੀਕ 4 ਵਜੇ ਮੇਰੇ ਵੀ ਉਹ ਲੜਕੀਆਂ ਦਾ ਜਿਹੜਾ ਸ਼ੋ ਮੈਚ ਕਰਵਾਇਆ ਜਾਵੇਗਾ। ਪੰਜਾਬ ਦੀਆਂ ਉਹਨਾਂ ਛੀਨੀਆਂ ਮਾਵਾਂ ਦੀਆਂ ਸ਼ੇਰ ਬੱਚੀਆਂ ਇਸ ਖੇਡ ਮੈਦਾਨ ਦੇ ਵਿੱਚ ਤਗੜਾ ਪ੍ਰਦਰਸ਼ਨ ਕਰਨ ਦੇ ਲਈ ਪੁੱਜੀਆਂ ਨੇ। ਵੱਡਾ ਧੰਨਵਾਦ ਕਰਦੇ ਹੈ ਉਹਨਾਂ ਦੇ ਕੋਚ ਸਾਹਿਬਾਨਾਂ ਨੂੰ, ਔਰ ਬਹੁਤ ਬਹੁਤ ਧੰਨਵਾਦ ਹੈ। ਛੱਲ ਵੀ ਨੌਜਵਾਨਾਂ ਪਾ ਫਿਰ ਅਗਲੀ ਕਬੱਡੀ, ਔਰ ਕਰੀ ਗੱਲ ਲੱਕੀ ਦੇ ਲਈ ਖਾਣ ਦੇ ਲਈ 100 ਰੁਪਇਆ ਸਾਡੇ ਕੋਲ ਪਹੁੰਚ ਚੁੱਕਿਆ ਸ਼ਿੰਗਾਰਾ ਸਿੰਘ ਜੋਰਬੀਆ ਵੱਲੋਂ, ਉਹ ਜਦੋਂ ਗਿਆ ਉਹਦੇ ਪੈਸੇ ਲਿਜਾ ਸਕਦਾ। ਠੀਕ ਹੈ ਜੀ, ਗੇਲ ਆ ਭਾਜੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੋਗੇ ਰੱਲੇ ਵਾਲੇ ਗੱਭਰੂ ਜੱਸੀ ਦੀ ਪਾਈ ਹੋਈ ਕਬੱਡੀ ਹੈ। ਇੱਕ ਪਾਸੇ ਬਿੱਟੂ ਕਹਿੰਦੇ ਵੀ ਬਹੁਤ ਤਕੜੀ ਕਬੱਡੀ ਦੇ ਨਾਲ ਆਪਣੇ ਆਪ ਨੂੰ ਜੋੜਦਾ ਹੋਇਆ ਹੈ, ਦੂਸਰੇ ਪਾਸੇ ਰਾਊਕੇ ਪਿੰਡ ਦਾ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਖਹਿਰਾ ਕਹਿੰਦੇ ਵੀ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਆ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਸਟੇਜ ਉੱਤੇ ਬਹੁਤ ਹੀ ਸਤਿਕਾਰਯੋਗ ਇਸ ਨਗਰ ਦੀਆਂ ਸ਼ਖਸੀਅਤਾਂ ਬੈਠੀਆਂ ਹੋਈਆਂ ਨੇ, ਸਭ ਦਾ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ। ਆਓ ਸਾਹਮਣੇ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਇੱਥੇ ਮੈਚ ਜਿਹੜਾ ਬਹੁਤ ਤਕੜਾ ਫਾਈਨਲ ਮੈਚ ਖੇਡਿਆ ਜਾ ਰਿਹਾ। ਨੇਤਾ ਸਰਪੰਚ ਕਹਿੰਦੇ ਵੀ ਬਹੁਤ ਤਕੜੀ ਕਬੱਡੀ ਖੇਡਦਾ। ਦੂਸਰੇ ਪਾਸੇ ਪਹਿਲੇ ਵੀ ਬੋਲਿਆ ਆਪਾਂ, ਜੋ ਰੈਫਰੀ ਦਾ ਫੈਸਲਾ ਅਟਲ ਮੰਨਿਆ ਜਾਣਾ ਹੈ
ਮੈਚ ਬਹੁਤ ਵਧੀਆ। ਸਮਰੱਥ ਸਿੰਘ ਜੀ ਗਿੱਲ ਸਾਹਿਬ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ ਕੌੜੀ ਪਿੰਡ ਦਾ ਸਾਹਮਣੇ ਕੁਲਦੀਪ ਸਿੰਘ ਕਬੱਡੀ ਪਾ ਰਿਹਾ ਹੈ ਕਿ ਖੁੱਲੇ ਡੁੱਲੇ ਕਰਦੇ ਤੋਂ ਇਹਨਾਂ ਦੇ ਕੈਨੇਡਾ ਵਿੱਚ ਬੀਜੇ ਦਾਣੇ ਪਾਣੀ ਦੇ ਵਿੱਚ ਲਿਖਦੇ ਸੱਚੇ ਪਾਤਸ਼ਾਹ ਬਰਗਰ ਤੇ ਪੀਜੇ ਕਰਦੇ ਸਰੀਰ ਦੀ ਰਹਿਣੇ ਕੇਰ ਮਾਲਕਾ ਰੱਖੀ ਖੇਡ ਕਬੱਡੀ ਉੱਤੇ ਮੇਹਰ ਮਾਲਕਾ ਰੱਖੀ ਖੇਡ ਕਬੱਡੀ ਉੱਤੇ ਮੇਹਰ ਮਾਲਕਾ ਲਓ ਸਾਹਮਣੇ ਪਾਈ ਹੋਈ ਕਬੱਡੀ ਭਲਵਾਨ ਦੀ ਹੈ ਅੱਗੇ ਖਾਨ ਕਹਿੰਦੇ ਵੀ ਕਹਿਰਮਾਨ ਹੋਇਆ ਫਿਰਦਾ ਅੱਜ ਤੇ ਬੱਦੋਵਾਲ ਦੀ ਧਰਤੀ ਦਾ ਲੁਧਿਆਣੇ ਵਾਲਾ ਔਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ ਇੱਕ ਪਾਸੇ ਪ੍ਰੋਫੈਸਰ ਕਹਿੰਦੇ ਵੀ ਜਗਦੀਪ ਸਿੰਘ ਜੀ ਮਾਸਟਰ ਹਰੀ ਕੇ ਕਲਾਂ ਵਾਲੇ ਹੈ ਦੂਸਰੇ ਪਾਸੇ ਬਾਬਾ ਫਰੀਦ ਦੀ ਧਰਤੀ ਕੌਰ ਸਿੰਘ ਜੀ ਮਚਾਕੀ ਪਿੰਡ ਵਾਲੇ ਸਾਡੇ ਬਤੌਰ ਅਫੀਸ਼ੀਅਲ ਨੇ ਬੂਟਾ ਸਿੰਘ ਜੀ ਕੋਚ ਨੇਤਾ ਸਰਪੰਚ ਜੀ ਲਓ ਸਾਹਮਣੇ ਪਾਈ ਹੋਈ ਕਬੱਡੀ ਬਿਲਕੁਲ ਗੱਠਿਆ ਸਰੀਰ ਇਹਦੀ ਸਿਫਤ ਕਰਾਂ ਤੇ ਹੱਥ ਲਾ ਕੇ ਯਾਫੀ ਨੂੰ ਫੜਾਉਂਦਾ ਨੀ ਹੋਵਾਂ ਲਓ ਸਾਹਮਣੇ ਆਹ ਮੁੰਡਾ ਜੋਗੇ ਰੱਲੇ ਵਾਲਾ ਖੇਡ ਮੈਦਾਨ ਦੇ ਵਿੱਚ ਜੱਸੀ ਪੁਆਇੰਟ ਦਾ ਵਾਧਾ ਕਰਦਾ ਹੋਇਆ ਗੱਲ ਕਰਦੀ ਰਾਜ ਇਸ ਮੁੰਡੇ ਦੀ ਹਾਂਜੀ ਬਾਈ ਜੀ ਲੱਖੀ ਦੇ ਲਈ 100 ਰੁਪਇਆ ਸ਼ਿੰਗਾਰਾ ਸਿੰਘ ਜੋਰਬੀਆ ਵੱਲੋਂ ਜੇ ਜੱਫਾ ਲਾਊ ਫੇਰ ਲੱਖੀ ਖਾਣ ਵੱਜਦਾ ਜਿਹੜਾ ਮੁੰਡਾ ਇਹ ਛਿੰਦੇ ਦੇ ਬਾਈ ਮਹਿੰਦਰ ਆ ਜਿਹੜਾ ਬਾਬਾ ਇੱਥੇ ਉਹਨਾਂ ਦਾ ਭਾਣਜਾ ਇਹ ਖਾਣ ਲੱਖੀ ਜਿਹੜਾ ਹਰੀ ਨਿਕਲ ਦੇ ਵਿੱਚ ਹੈ ਠੀਕ ਹੈ ਜੀ ਫਿਰ ਤੇ ਭਾਣ ਜ਼ਰੂਰੀ ਹੈ ਗੁਰਪ੍ਰੀਤ ਗੋਰਾ ਜੀ ਸਾਡੇ ਗੇਲੇ ਵੀਰ ਮੂਸਰੇ ਕਿਸੇ ਵੀ ਵੀਰ ਕੋਲ ਆ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਬਹੁਤ ਬਹੁਤ ਧੰਨਵਾਦ ਹੋਵੇਗਾ ਮੂਸਰੇ ਗਰਾਊਂਡ ਦੇ ਵਿੱਚ ਪਹੁੰਚਦੀ ਕਰ ਦਿਓ ਚੱਲ ਵੀ ਨੌਜਵਾਨਾਂ ਪਾ ਵੀ ਅਗਲੀ ਕਬੱਡੀ ਚੰਦ ਸਿੰਘ ਬਾਬੇ ਕੇ ਉਹਨਾਂ ਕੋਲੇ ਬਾਈ ਜੀ ਉਹ ਜਾਵੜੋ ਵਿੱਚ ਚੱਲ ਵੀ ਕੁਲਦੀਪ ਸਿੰਘ ਨੌਜਵਾਨਾਂ ਪਾ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਕੁਲਦੀਪ ਸਿੰਘ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਕਿ ਖੇਡ ਕਬੱਡੀ ਮੁੜ ਤੋਂ ਹੀ ਜਿੱਤ ਜਾਣ ਪੰਜਾਬੀਆਂ ਦੀ ਵਿੱਚ ਵਿਦੇਸ਼ੀ ਉੱਚੀ ਕਰਦੀ ਸ਼ਾਨ ਪੰਜਾਬੀਆਂ ਦੀ ਵਾਂਗ ਮਸਾਲਾ ਚਿਹਰੇ ਦਾਗਦੇ ਨੇ ਭਲਵਾਨਾਂ ਦੇ ਵਿੱਚ ਗਰਾਊਂਡ ਦੇ ਪਰਖੇ ਜਾਂਦੇ ਜੋਰ ਜਵਾਨਾਂ ਦੇ ਲਓ ਇੱਕ ਪਾਸੇ ਕੁਲਦੀਪ ਸਿੰਘ ਤੇ ਦੂਸਰੇ ਪਾਸੇ ਖਹਿਰਾ ਨੌਜਵਾਨ ਪਰ ਪੁਆਇੰਟ ਜਿਹੜਾ ਇਸ ਸਮੇਂ ਬੱਦੋਵਾਲ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ ਅਗਲੀਆਂ ਟੀਮਾਂ ਜਿਹੜੀਆਂ ਦੋਨੋਂ ਪਹੁੰਚੀਆਂ ਹੋਈਆਂ ਇੱਕ ਪਾਸੇ ਨੇਦਾ ਵਾਲਾ ਦੂਸਰੇ ਪਾਸੇ ਬਾਬਾ ਵਿਧੀ ਚੰਦ ਕਲੱਬ ਸੁਰ ਸਿੰਘ ਦੀ ਟੀਮ ਹੈ ਵੱਡਾ ਧੰਨਵਾਦ ਕਰਦੇ ਸਾਡੇ ਸਰਦਾਰ ਹਰਬੰਸ ਸਿੰਘ ਜੀ ਧਾਲੀਵਾਲ ਸਰਪੰਚ ਸਾਹਿਬ ਵੱਡਾ ਧੰਨਵਾਦ ਹੈ ਗੁਰਪ੍ਰੀਤ ਗੋਰਾ ਜੀ ਸਾਡੇ ਔਰ ਲਖੀਰ ਸਿੰਘ ਜੀ ਆਨਤੀਆ ਸਾਹਿਬ ਔਰ ਨਾਲ ਹੀ ਵੱਡਾ ਧੰਨਵਾਦ ਹੈ ਸਰਦਾਰ ਸੰਤੋਖ ਸਿੰਘ ਜੀ ਗਿੱਲ ਸਾਹਿਬ ਹਰਦਿਆਲ ਸਿੰਘ ਜੀ ਰੋਸ਼ਨ ਸਿੰਘ ਜੀ ਭੋਲਾ ਸਿੰਘ ਜੀ ਮੱਖਣ ਸਿੰਘ ਜੀ ਮੀਤ ਪ੍ਰਧਾਨ ਸਾਰੀਆਂ ਸਤਿਕਾਰਯੋਗ ਮਹਾਨ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ ਨੇ ਔਰ ਵੱਡਾ ਆਨੰਦ ਮਾਣ ਰਹੇ ਨੇ ਇਹਨਾਂ ਖੇਡ ਮੇਲਿਆਂ ਦਾ ਲਓ ਦੇਖਦੇ ਹਾਂ ਵੀ ਜਿੱਥੇ ਆਹ ਨੌਜਵਾਨ ਦੀ ਕਬੱਡੀ ਨੂੰ ਤੁਸੀਂ ਤੱਕਦੇ ਹੋ ਅਗਲੇ ਜਿਹੜੇ ਮੈਚ ਵੀ ਬੜੇ ਤਗੜੇ ਖੇਡੇ ਜਾਣੇ ਨੇ ਆਹ ਜੱਸੀ ਨੌਜਵਾਨ ਪੁਆਇੰਟ ਦਾ ਵਾਧਾ ਕਰਦਾ ਬੱਦੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਇੱਕ ਪੁਆਇੰਟ ਹੋਰ ਜੋੜਿਆ ਹੈ ਚੱਲ ਵੀ ਸੁਖਵੀਰ ਸਿੰਘ ਨੌਜਵਾਨਾਂ ਪਾ ਕਬੱਡੀ ਕਿ ਖੇਡ ਕਬੱਡੀ ਮੁੜ ਤੋਂ ਹੀ ਜਿੱਤ ਜਾਣ ਪੰਜਾਬੀਆਂ ਦੀ ਵਿੱਚ ਵਿਦੇਸ਼ੀ ਉੱਚੀ ਕਰਤੀ ਸ਼ਾਨ ਪੰਜਾਬੀਆਂ ਦੀ ਅੱਜ ਦੇਖਦੇ ਵੀ ਵਿਸ਼ਵ ਦੇ ਵਿੱਚ ਪੂਰਾ ਨਾਂ ਹੈ ਕਬੱਡੀ ਦਾ ਔਰ ਪੂਰੀ ਦੁਨੀਆ ਭਰ ਦੇ ਵਿੱਚ ਖੇਡੀ ਜਾ ਰਹੀ ਹੈ ਜੇ ਖਾਣ ਜੱਫਾ ਲਾਉਂਦਾ 100 ਹੋਰ ਬਾਈ ਜੀ ਜੇ ਖਾਣ ਜੱਫਾ ਲਾਊ ਤਾਂ ਲੈ ਜੀ ਦੇਖਦੇ ਆ ਵੀ ਖਾਨ ਵੱਡੇ ਮਾਨ ਸਮਾਨ ਅਨਾਊਂਸ ਹੋ ਰਹੇ ਨੇ ਸਟੇਜ ਉੱਪਰੋਂ ਰਾਜ ਇੱਥੇ ਨਾ ਦੋ ਟੀਮਾਂ ਹੋਰ ਲੋਡ ਕਰ ਲਈ ਚੰਦਰ ਤੇ ਜੀਦਾ ਠੀਕ ਹੈ ਜੀ ਇਹਦੇ ਮਗਰੋਂ ਠੀਕ ਹੈ ਜੀ ਚੰਦਰ ਜੀਦੇ ਦੀਆਂ ਟੀਮਾਂ ਵੀ ਅਸੀਂ ਨੋਟ ਕਰ ਲਓ ਰਾਜ ਜੀ ਇੱਥੇ ਲਿਖ ਲਓ ਇੱਕ ਵਾਰੀ ਇੱਥੇ ਲਿਖ ਲਓ ਔਕੜਾਂ ਤੋਂ ਬਾਅਦ ਹਾਂਜੀ ਬੂਟਾ ਸਿੰਘ ਜੀ ਨੋਟ ਕਰ ਲੈਂਦੇ ਆਪਾਂ ਇੱਥੇ ਚੰਦਰ ਤੇ ਜੀਦਾ ਠੀਕ ਆ ਜੀ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਇਲਾਕੇ ਦੇ ਵਿੱਚ ਦਰਸ਼ਕ ਵੀਰ ਬਹੁਤ ਵੱਡੀ ਤਾਦਾਦ ਦੇ ਵਿੱਚ ਪੁੱਜ ਰਹੇ ਨੇ ਕਿ ਅੱਜ ਸੱਦਾ ਸਿੰਘ ਵਾਲੇ ਦੀ ਧਰਤੀ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ
ਦੁਨੀਆ ਭਰ ਦੇ ਪਲੇਅਰ ਪਹੁੰਚੇ ਹੋਏ ਹੈ। ਕੁਝ ਸਮੇਂ ਦੇ ਬਾਅਦ ਆਪਣੇ ਚੀਫ ਗੈਸਟ ਵੀ ਪੁੱਜ ਰਹੇ ਨੇ ਭੋਲਾ ਜੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ। ਇੱਕ ਪਾਸੇ ਖਹਿਰਾ ਰਾਊਕਿਆਂ ਵਾਲਾ ਕਹਿੰਦੇ ਵੀ ਦੁਨੀਆ ਦੇ ਟੌਪ ਦੇ ਜਾਫੀਆਂ ਦੇ ਵਿੱਚ ਨਾਮ ਹੈ ਇਸ ਨੌਜਵਾਨ ਦਾ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਸਾਹਮਣੇ ਨੌਜਵਾਨ ਦੀ ਪੈਂਦੀ ਕਬੱਡੀ ਨੂੰ ਤੱਕਾਂਗੇ। ਬੇਅੰਤ ਸਿੰਘ ਨੀਂਦਾ ਵਾਲਾ ਪਿੰਡ ਦੁਨੀਆ ਦੇ ਟੌਪ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ ਇਸ ਗੱਭਰੂ ਦਾ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਦੇ ਪੰਜਾਬੀ ਸਾਰੇ ਖੜ ਖੜ ਕੇ ਕੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ। ਲਓ ਸਾਹਮਣੇ ਫਿਰ ਖੇਡ ਮੈਦਾਨ ਦੇ ਵਿੱਚ ਜੋਗੇ ਰੱਲੇ ਵਾਲਾ ਨੌਜਵਾਨ ਜ਼ਿਲ੍ਹੇ ਮਾਨਸੇ ਵਾਲਾ ਸਾਹਮਣੇ ਜੱਸੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਜਿਹੜਾ ਕਰਦਾ ਮੈਦਾਨ ਵਿੱਚ ਕਹਿਰ ਮਿੱਤਰੋ ਉਹੀ ਕਰਦਾ ਜਹਾਜ਼ਾਂ ਦੀ ਹੈ ਸ਼ੈਰ ਮਿੱਤਰੋ। ਖੇਡ ਕੇ ਕਬੱਡੀ ਵੱਡੀਆਂ ਨੇ ਮੱਲਾਂ ਮਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ ਬੁਲਟ ਅਲਟੋ ਤੇ ਸਫਾਰੀਆਂ। ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ ਬੁਲਟ ਅਲਟੋ ਤੇ ਸਫਾਰੀਆਂ। ਹਾਂਜੀ ਗੁਰਦੇਵ ਸਿੰਘ ਜੀ ਹੁਣ ਬੋਲੋ, ਆਵਾਜ਼ ਕਰੀਏ ਜੀ। ਹੈਲੋ, ਹਾਂਜੀ ਕੈਮਰੇ ਵਾਲੇ ਵੀਰ ਨੂੰ ਬੇਨਤੀ ਕਰਾਂਗਾ, ਕਿਹੜੀ ਟੀਮ ਜਿੱਤੀ ਧਰਮੇ ਵੀਰ? ਬੱਦੋਵਾਲ ਜੀ। ਬੱਦੋਵਾਲ ਦੀ ਟੀਮ ਪਾਈ ਜੀ ਫਾਈਟ ਤੇ ਘੋਲੀਆ ਕਲਾ ਸੈਂਕੜ ਕਿ ਅਸੀਂ ਟੀਮਾਂ ਨੂੰ ਜਿਹੜੇ ਨਾਮ ਦੇਣ ਜਾ ਰਹੇ ਹਾਂ ਫੋਟੋਗ੍ਰਾਫਰ ਕਿਰਪਾ ਕਰਕੇ। ਹਾਂ ਹੁਣ ਠੀਕ ਹੈ, ਥੋੜੀ ਆਵਾਜ਼ ਵੱਧ ਰੱਖ ਯਾਰ ਮੈਂ, ਹੁਣ ਠੀਕ ਹੈ ਥੋੜਾ ਠੀਕ ਹੈ ਜੀ। ਖਾਨ ਆਪਦਾ ਨਾਮ ਲੈ ਜਾ ਕੇ ਦੋ ਨੰਬਰ ਸਟੇਜ ਤੋਂ। ਲਓ ਹਾਂਜੀ ਸੂਰ ਸਿੰਘ ਪਹਿਲੋਂ ਆਏ ਨੇ। ਹਾਂਜੀ ਪੰਚਾਇਤ ਵੱਲੋਂ ਟੀਮਾਂ ਨੂੰ ਫਾਈਨਲ ਨਾਮ ਦਿੱਤੇ ਜਾ ਰਹੇ ਆ। ਸੱਦਾ ਸਿੰਘ ਵਾਲੀ ਦੀ ਟੀਮ ਹੈ ਜਿਹੜੀ ਹੁਣੇ ਹੁਣੇ ਜਿੱਤ ਕੇ ਗਈ ਹੈ। ਸੱਦਾ ਸਿੰਘ ਵਾਲੀ ਦੀ ਟੀਮ ਕੁਲਵੀਰ ਸਿੰਘ 1300 ਰੁਪਇਆ ਇਧਰੋਂ ਲੈ ਜਾ ਕੁਲਵੀਰ ਸਿੰਘ। ਕ੍ਰਿਸ਼ਨ ਸਿੰਘ ਹੋਣੀ ਉਹ ਆਣ ਕੇ ਬਾਈ ਜੀ ਆਪਦਾ ਫਾਈਨਲ ਇਨਾਮ ਹੈ ਜਿਹੜਾ ਟਰੋਫੀ ਅਤੇ ਇਨਾਮ ਉਹ ਵੀ ਸਟੇਜ ਦੇ ਸਾਹਮਣੇ। ਸੱਦਾ ਸਿੰਘ ਵਾਲੀ ਦੀ ਟੀਮ ਵੀ ਆਣ ਕੇ ਆਪਦਾ ਨਾਮ ਲੈ ਜਾਵੇ। ਸੱਦਾ ਸਿੰਘ ਵਾਲੀ ਦੀ ਟੀਮ ਨੂੰ ਅਨਾਊਂਸ ਕੀਤਾ ਜਾਂਦਾ ਹੈ ਅਤੇ ਉਹਦੇ ਨਾਲ ਜਿਹੜੀ ਸੈਕਿੰਡ ਟੀਮ ਸੀ ਦੋਨੋਂ ਟੀਮਾਂ ਬਾਈ ਜੀ ਆਣ ਕੇ ਆਪਦਾ ਨਾਮ ਲੈ ਜਾਣ। ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅੰਗਰੇਜ਼ ਸਿੰਘ ਜੀ, ਸਮਰਾ ਆਰਤੀਆ ਸਾਹਿਬ ਦੌਲਤਪੁਰੇ ਦੇ ਸਰਪੰਚ ਸਾਹਿਬ ਉਹ ਵੀ ਪੁੱਜ ਚੁੱਕੇ, ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ। ਕਿੱਕਰ ਜੀ ਸੈੱਟ ਕਰੋ ਭਾਜੀ, ਕੀ ਗੱਲ ਹੋ ਗਈ ਆ? ਉੱਥੇ ਰਹਿੰਦੇ ਕੋਈ ਗੱਲ ਨੀ, ਧਰਮ ਸਿੰਘ 10:30 ਕਰ ਦਿਓ। ਠੀਕ ਹੈ, ਚੱਲ ਵੀ ਨੌਜਵਾਨ ਗੁਰਪ੍ਰੀਤ ਸਿੰਘ ਨੌਜਵਾਨ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਵੱਧ ਨੌਜਵਾਨ ਆ ਦੇਖਦੇ ਵੀ ਗੁਰਪ੍ਰੀਤ ਸਿੰਘ ਨੌਜਵਾਨ ਸੁਰ ਸਿੰਘ ਵਾਲੇ ਵੱਲੋਂ ਪਾਈ ਹੋਈ ਕਬੱਡੀ ਇਸ ਗੱਭਰੂ ਦੀ ਤਿਉਂ ਦੇਖਦੇ ਵੀ ਉਦੋਂ ਨਿਧਾ ਵਾਲ ਗਏ ਨੌਜਵਾਨ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਵੀ ਕਹਿਬਣ ਹੁੰਦੇ ਨੇ। ਆ ਦੇਖਦੇ ਨੌਜਵਾਨਾਂ ਬੇਅੰਤ ਸਿੰਘ ਦੱਸੀ ਇਸ ਜਾਫੀ ਦਾ ਕੀ ਨਾਮ ਹੈ। ਲਓ ਬਾਬਾ ਸ਼ੁਸ਼ਕ ਵਾਲਾ ਪਰ ਇਧਰਲੀ ਸਾਈਡ ਖੇਡਦਾ ਨੌਜਵਾਨ, ਔਰ ਲਓ ਦੇਖਦੇ ਆ ਵੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਰਿਆਲੇ ਕਲੱਬ ਦਾ ਵੀ ਨਾਂ ਉੱਚਾ ਕਰ ਦਿੱਤਾ ਨੌਜਵਾਨ ਨੇ। ਲਓ ਦੇਖਦੇ ਆ ਵੀ ਪਹਿਲੀ ਕਬੱਡੀ ਦੇ ਪਹਿਲਾ ਜੱਫਾ ਬਾਬਾ ਸ਼ੁਸ਼ਕ ਵਾਲਾ ਨਜ਼ਰੀ ਆ ਰਿਹਾ ਮੇਰੇ ਵੀਰ, ਤਾਂ ਵੀ ਨੌਜਵਾਨ ਅਗਲੀ ਕਬੱਡੀ ਬੇਅੰਤ ਸਿੰਘ ਨੌਜਵਾਨ ਆ ਦੇਖਦੇ ਆ ਵੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਲਓ ਦੇਖਦੇ ਆ ਵੀ ਸਾਹਮਣੇ ਚਾਰ ਜਾਫੀ
ਇੱਕ ਸੈਂਟ ਦੇ ਬਿੱਲਾ ਨੌਜਵਾਨ, ਇੱਕ ਸੈਂਟ ਦੇ ਅਵਤਾਰ ਸਿੰਘ ਹੈ, ਇੱਕ ਸੈਂਟ ਦੇ ਸਿੰਘ ਸਰਦਾਰ ਨੌਜਵਾਨ। ਪਹਿਲਾਂ ਦੇਖਦੇ ਵੀ ਬੇਅੰਤ ਦੀ ਪਾਈ ਹੋਈ ਕਬੱਡੀ ਤਾਂ ਸਿੰਘ ਸਰਦਾਰ ਨੌਜਵਾਨ ਘੇਰਦਾ ਹੈ, ਤਿਆਂ ਦੇਖਦੇ ਨੌਜਵਾਨ ਨੂੰ ਮੁਕਾਬਲਾ ਸਖ਼ਤ ਤੇ ਲੋ ਪੁਆਇੰਟ ਜਿਹੜਾ ਨਿਧਾਂ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ। ਅਗਲੀਆਂ ਟੀਮਾਂ ਜਿਹੜੀਆਂ ਐਡਵਾਂਸ ਮੇਰੇ ਵੀਰ ਗਰਾਊਂਡ ਦੇ ਵਿੱਚ ਭੇਜ ਰਹੇ ਹੋ, ਇੱਥੇ ਡੱਕੋ ਟੀਮਾਂ ਨੂੰ, ਪਿੱਛੇ ਦਰਸ਼ਕ ਵੀਰਾਂ ਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਹੈ, ਪਲੀਜ਼ ਹੱਥ ਬੰਨ ਕੇ ਬੇਨਤੀ ਇੱਥੇ ਟੀਮਾਂ ਨੂੰ ਰੋਕ ਲਿਆ ਕਰੋ ਵੀਰ ਜੀ, ਕਿਉਂਕਿ ਪਿੱਛੇ ਦਰਸ਼ਕ ਵੀਰ ਨੇ। ਮੈਂ ਬੇਨਤੀ ਕਰਾਂਗਾ ਸਕਿਉਰਟੀ ਵਾਲੇ ਵੀਰਾਂ ਨੂੰ, ਭਾਜੀ ਟੀਮ ਨੂੰ ਉਦੋਂ ਆਉਣ ਦਿਆ ਕਰੋ ਜਦੋਂ ਮੈਚ ਸਮਾਪਤ ਹੋ ਜਾਂਦਾ। ਬਲਵੰਤ ਸਿੰਘ ਜੀ ਇੱਥੇ ਥੋੜ੍ਹਾ ਜਿਹਾ ਖਿਆਲ ਕਰਿਆ ਜੇ, ਜਦੋਂ ਗਰਾਊਂਡ ਦੇ ਵਿੱਚ ਮੈਚ ਸਮਾਪਤ ਹੋ ਜਾਂਦਾ ਦੂਸਰੀ ਟੀਮ ਨੂੰ ਉਦੋਂ ਭਾਜੀ ਛੱਡਣਾ ਤੁਸੀਂ, ਤਾਂ ਹੀ ਤੇ ਆਪਾਂ ਵੇਟਿੰਗ ਰੂਮ ਬਣਾਇਆ, ਫਿਰ ਫਾਇਦਾ ਕੀ ਆਪਾਂ ਨੂੰ ਜੇ ਇਸੇ ਤਰ੍ਹਾਂ ਆਪਾਂ ਤੁਰੇ ਫਿਰੇ। ਤਾਂ ਲਓ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨਿਧਾਂ ਵਾਲਾ ਪਿੰਡ ਹੈ ਜ਼ਿਲ੍ਹੇ ਮੋਗੇ ਦਾ, ਦੂਸਰੇ ਪਾਸੇ ਜ਼ਿਲ੍ਹੇ ਫਿਰੋਜ਼ਪੁਰ ਦੀ ਟੀਮ। ਸਕਿਉਰਟੀਆਂ ਨੂੰ ਬੇਨਤੀ ਹੈ ਵੀ ਉਹ ਅਸੂਲ ਉਹ ਹੀ ਰੱਖੋ ਅੰਦਰ, ਖਿਡਾਰੀ ਉਹਨਾਂ ਚਿਰ ਨਾ ਜਾਣ ਦਿਆ ਕਰੋ ਜਿੰਨਾ ਚਿਰ ਦੂਜੀ ਟੀਮ ਚੱਲਦੀ ਹੈ। ਇੱਥੇ ਜਿਹੜਾ ਆਪਣਾ ਬਣਾਇਆ ਵਾ ਜਾਣ ਨੀ ਉੱਥੇ ਬਿਠਾ ਕੇ ਰੱਖਿਆ ਕਰੋ ਨਜ਼ਰ, ਦੂਸਰੇ ਖਿਡਾਰੀ ਉਦੋਂ ਬੜਿਆ ਕਰਨ ਵਿੱਚ ਜਦੋਂ ਦੂਜੀ ਟੀਮ ਸਮਾਪਤ ਹੋ ਜਾਂਦੀ ਹੈ। ਲਓ ਪ੍ਰਦੀਪ ਸਿੰਘ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਚਾਰ ਜਾਫੀ ਦੇਖਦੇ ਵੀ ਸੁਰ ਸਿੰਘ ਦੀ ਟੀਮ ਦੇ, ਅਵਤਾਰ ਸਿੰਘ ਨੌਜਵਾਨ ਆ ਦੇਖਦੇ ਵੀ ਘੇਰਦਾ ਖੇਡ ਮੈਦਾਨ ਦੇ ਵਿੱਚ, ਪਰ ਬੜਾ ਤੇਜ਼ ਹੈ ਨੌਜਵਾਨ, ਪੁਆਇੰਟ ਜਿਹੜਾ ਇਸ ਸਮੇਂ ਨਿਧਾਂ ਵਾਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ। ਚੱਲ ਵੀ ਗੁਰਪ੍ਰੀਤ ਸਿੰਘ ਨੌਜਵਾਨ ਪਾ ਕਬੱਡੀ, ਲਓ ਦੇਖਦੇ ਵੀ ਇੱਕ ਪਾਸੇ ਸੁਰ ਸਿੰਘ ਦੀ ਟੀਮ ਖੇਡ ਰਹੀ ਹੈ, ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਦੀ ਟੀਮ ਹੈ, ਜਿੱਥੇ ਬਾਬਾ ਬਿਧੀ ਚੰਦ ਜੀ ਦੀ ਅਪਾਰ ਕਿਰਪਾ ਮੇਰੇ ਵੀ ਫਰੰਦੀਪੁਰੀ ਗੋਪੀ ਤੇ ਹੈ। ਲਓ ਇੱਕ ਪਾਸੇ ਉਸੇ ਨਗਰ ਦਾ ਨਾਂ ਉੱਚਾ ਹੋ ਰਿਹਾ ਹੈ, ਤਿਆਂ ਦੇਖਦੇ ਇੱਕ ਪਾਸੇ ਸ਼ੂਸ਼ਕ ਵਾਲਾ ਬਾਬਾ ਤੇ ਆਹ ਦੇਖਦੇ ਨੌਜਵਾਨ ਜਗਦੀਪ ਸਿੰਘ ਨੌਜਵਾਨ ਸਾਹਮਣੇ ਡੱਕਣ ਦੀ ਗੱਲ ਕਰਦਾ ਖੇਡ ਮੈਦਾਨ ਦੇ ਵਿੱਚ, ਆਹ ਦੇਖਦੇ ਹੈ ਇੱਕ ਪ੍ਰਦੀਪ ਤੇ ਲਓ ਦੇਖਦੇ ਇੱਕ ਜਗਦੀਪ ਤੇ ਇੱਕ ਹਰਦੀਪ, ਤਾਂ ਬੇਅੰਤ ਨੌਜਵਾਨ ਨੂੰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਨਿਧਾਂ ਵਾਲੇ ਵੱਲੋਂ ਪਾਉਣ ਦੀ ਗੱਲ ਕਰਦਾ ਹੈ। ਤੇ ਗੁਰਚਰਨ ਸਨੇਹ ਜੀ ਕਰੋ ਗੱਲ ਇਸ ਗੱਭਰੂ ਦੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਰਦਾਰ ਨੈਬ ਸਿੰਘ ਦੇ ਪੁੱਤ ਦੀ ਪਾਈ ਹੋਈ ਕਬੱਡੀ ਹੈ, ਦੂਸਰੇ ਪਾਸੇ ਚਾਰ ਜਾਫੀ ਹੈ, ਦਰਸ਼ਕ ਵੀਰ ਪੱਬਾਂ ਭਾਰ ਹੋਏ ਬੈਠੇ ਹੈ ਕਿ ਅੱਜ ਕਹਿੰਦੇ ਵੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ। ਵੈਲਕਮ ਜੀ, ਸਾਊਂਡ ਨੂੰ ਸੈੱਟ ਕਰ ਲਓ ਮੇਰੇ ਵੀਰ, ਸਾਊਂਡ ਨੂੰ ਸੈੱਟ ਕਰ ਲਓ, ਬਹੁਤ ਵਧੀਆ ਆਵਾਜ਼ ਆਪਾਂ ਦੇਖ ਰਹੇ ਹਾਂ। ਪਿਛਲੇ ਦਿਨਾਂ ਤੋਂ ਕਹਿੰਦੇ ਵੀ 10-10 ਕਿਲੋਮੀਟਰ ਤੱਕ ਆਵਾਜ਼ ਆ ਰਹੀ ਵੈਲਕਮ ਸਾਊਂਡ ਸਰਵਿਸ ਦੇ। ਨਾਲ ਦੂਸਰੇ ਪਾਸੇ ਭਿੰਦੇ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ, ਇੱਕ ਪਾਸੇ ਦੇਖਾਂਗੇ ਆਪਾਂ ਨਿਧਾਂ ਵਾਲੇ ਦਾ ਸਾਹਮਣੇ ਗੱਭਰੂ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਰੇਡਰ ਦੇ ਲਈ ਭਾਜ ਜ਼ਰੂਰੀ ਤੇ ਜਾਫੀ ਦੇ ਹੱਥ ਪੱਕੇ, ਉਹੀ ਵਧੀਆ ਜਾਫੀ ਹੁੰਦਾ ਜਿਹੜਾ ਪੈਂਦੀ ਰੇਡ ਨੂੰ ਡੱਕੇ, ਉਹੀ ਵਧੀਆ ਜਾਫੀ ਹੁੰਦਾ ਜਿਹੜਾ ਚੜ੍ਹਦੀ ਰੇਡ ਨੂੰ ਡੱਕੇ। ਸਰਦਾਰ ਅੰਗਰੇਜ਼ ਸਿੰਘ ਜੀ ਸਮਰਾ ਸਾਹਿਬ ਵੱਡੇ ਮਾਣ ਪੰਜਾਬੀ ਮੈਂ ਬੋਲਣ ਤੋਂ ਖੁਸ਼ ਹੋ ਕੇ ਕੱਫੇ ਭੇਜਦੇ ਨੇ ਮਾਇਆ ਦੇ, ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਇਹਨਾਂ ਮਿੱਤਰਾਂ ਦਾ ਸਾਡੇ ਵਿੱਚ ਪੁੱਜੇ ਆ, ਧੰਨਵਾਦ ਕਰਾਂਗੇ ਪੂਰੀ ਪ੍ਰਬੰਧਕ ਕਮੇਟੀ ਵੱਲੋਂ। ਹਾਂਜੀ ਬਾਈ ਜੀ, ਆਉਣਾ ਪੁਰਾਣੇ ਵਾਲਾ ਜਿੱਥੇ ਵੀ ਹੋਵੇ ਉਹਦੇ ਖਿਡਾਰੀ ਵੀ ਡੀਕਦੇ ਹੋ ਗੱਡੀ ਦੇ ਕੋਲੇ ਪਹੁੰਚ ਜਾਵੇ, ਆਉਣਾ ਪੁਰਾਣੇ ਵਾਲਾ ਪਾ ਵੀ ਨੌਜਵਾਨਾਂ ਅਗਲੀ ਕਬੱਡੀ ਤੇ। ਦੂਸਰੇ ਪਾਸੇ ਅਮਨ ਪੁਰਾਣੇ ਵਾਲੇ ਪਿੰਡ ਦਾ ਆਪਣੇ ਸਾਥੀਆਂ ਨੂੰ ਮਿਲ ਲਵੇ। ਲਓ ਸਾਹਮਣੇ ਬਾਬਾ ਬਿਧੀ ਚੰਦ ਦੀ ਧਰਤੀ ਸੁਰ ਸਿੰਘ ਪਿੰਡ ਆ, ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ।
ਇੱਕ ਪਾਸੇ ਕਹਿੰਦੇ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਾ ਮਾਨ ਕਰਦਾ ਦੋ ਨੰਬਰ ਤੇ ਖੜੇ ਜਾਫੀ ਤੇ, ਕਹਿੰਦੇ ਬਾਬਾ ਸ਼ੂ ਸਿੰਘ ਪਿੜਦਾ, ਤੇ ਦੂਸਰੇ ਪਾਸੇ ਆ ਵੀ ਗੱਭਰੂ ਕਹਿੰਦੇ ਪੂਰਾ ਸ਼ੈਤਾਨ ਹੈ ਖੇਡ ਮੈਦਾਨ ਦੇ ਵਿੱਚ, ਰਿਕਵਾਇਰ ਧਾਵੀ ਦੇ ਹਿੱਸੇ ਦੇ ਵਿੱਚ ਹੈ, ਆ ਵੀ ਬਿਅੰਸਿਆ ਪਾ ਕਬੱਡੀ। ਸਰਦਾਰ ਮੱਖਣ ਸਿੰਘ ਕਹਿੰਦੇ ਵੀ ਇਸ ਗੱਭਰੂ ਤੇ ਮਾਣ ਕਰਦਾ ਹੈ, ਤਿੰਨ ਸਾਲ ਲਗਾਤਾਰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਚਾਹੇ ਉਹ ਟੋਰਾਂਟੋ ਦੀ ਗੱਲ ਹੈ, ਚਾਹੇ ਵੈਨਕੂਵਰ ਦੀ ਗੱਲ ਹੈ, ਚਾਹੇ ਐਡਮਿੰਟਨ ਦੀ ਗੱਲ ਹੈ, ਇਸ ਗੱਭਰੂ ਨੇ ਇਸ ਇਲਾਕੇ ਦਾ ਨਾਮ ਉੱਚਾ ਕੀਤਾ। ਸਰਦਾਰ ਨੈਬ ਸਿੰਘ ਦਾ ਪੁੱਤ ਖੇਡ ਮੈਦਾਨ ਦੇ ਵਿੱਚ ਸੋਹਣੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਔਰ ਦੂਸਰੇ ਪਾਸੇ ਕੌਰ ਸਿੰਘ ਬਚਾਕੀ ਪਿੰਡ ਦਾ ਸੱਚੀ ਬੋਲੀ ਬੋਲਿਆ ਕਿ ਧਾਵੀ ਦੇ ਹਿੱਸੇ ਦੇ ਵਿੱਚ ਹੈ, ਆ ਵੀ ਨੌਜਵਾਨਾਂ ਪਾ ਅਗਲੀ ਕਬੱਡੀ। ਚੱਲ ਵੀ ਗੁਰਪ੍ਰੀਤ ਸਿੰਘ ਨੌਜਵਾਨਾਂ ਪਾ ਕਬੱਡੀ ਲਾਉ, ਦੇਖਦੇ ਹਾਂ ਵੀ ਇੱਕ ਗੁਰਪ੍ਰੀਤ ਗੋਪੀ ਹੈ ਤੇ ਇਹਨੂੰ ਵੀ ਪਿਆਰ ਦੇ ਨਾਲ ਗੋਪੀ ਕਹਿੰਦੇ ਨੇ, ਪੂਰਾ ਨਾਮ ਗੁਰਪ੍ਰੀਤ ਹੈ। ਇੱਕ ਧੂੜਕੋਟੀਆ ਦੀ ਇੱਕ ਫਰੰਦੀ ਪ੍ਰੀਆ ਮੇਰੇ ਵੀਰੋ, ਦੇਖਦੇ ਹਾਂ ਵੀ ਮਹਾਨ ਖਿਡਾਰੀਆਂ ਦੀ ਗੱਲ ਹੁੰਦੀ ਹੈ। ਲਓ ਪਾਈ ਹੋਈ ਕਬੱਡੀ, ਚਾਂ ਝਾਫੀਆਂ ਤੇ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ ਕਿ ਲਾਲਾਂ ਵਿੱਚੋਂ ਲਾਲ ਗੁਰੂ ਜੀ ਦੇ ਸਾਹਿਬਜ਼ਾਦੇ, ਕਬੱਡੀ ਜਗਤ ਵਿੱਚ ਲਾਲ ਹਰਜੀਤ ਬਰਾੜ ਜੀ, ਦੁਨੀਆਂ ਦੇ ਜ਼ੁਲਮ ਵਾਲੀ ਰਹੀ ਨਾ ਹੱਥ ਕੋਈ, ਜਦੋਂ ਧਾਰਿਆ ਸੀ ਨਾਨਕ ਗੁਰੂ ਨੇ ਅਵਤਾਰ ਜੀ, ਔਰਤ ਜਾਤੀ ਨੂੰ ਇੰਨਾ ਮਾਣ ਨਾ ਮਹਿਸੂਸ ਹੁੰਦਾ, ਰਾਣੀ ਝਾਂਸੀ ਤੇ ਮਾਤਾ ਭਾਗੋ ਜੇ ਚੁੱਕਦੀ ਨਾ ਤਲਵਾਰ ਜੀ, ਹਿਮਾਲਿਆ ਪਰਬਤ ਦਾ ਖਿਤਾਬ ਮਿਲਦਾ ਨਾ ਕੈਨੇਡਾ ਵਿੱਚ, ਜੇ ਫਰੰਦੀਪੁਰੀ ਗੋਪੀ ਦਾ ਇੱਕ ਮੰਡਲ 20 ਕਿਲੋ ਹੁੰਦਾ ਨਾ ਭਾਰ ਜੀ, ਸੌਰ ਸਿੰਘ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਛਾਏ ਗੋਪੀ ਤਾਬਾ ਦੇ ਕਰਤਾਰ ਜੀ, ਗੋਪੀ ਤਾਬਾ ਦੇ ਕਰਤਾਰ ਜੀ। ਲਓ ਦੇਖਦੇ ਹਾਂ ਵੀ, ਹਾਂਜੀ ਅਨਾਊਂਸ ਕਰੋ ਜੀ। ਹਾਂਜੀ ਇੱਕ ਬੇਨਤੀ ਹੈ, ਪਿੰਡ ਦੇ ਸਾਬਕਾ ਸਰਪੰਚ ਸਰਦਾਰ ਜਸਵੰਤ ਸਿੰਘ ਜੀ ਗਿੱਲ ਕੈਨੇਡਾ ਵਾਲੇ, ਉਹਨਾਂ ਦੇ ਨਾਲ ਸਾਬਕਾ ਸਰਪੰਚ ਸਰਦਾਰ ਨਿਰਮਲ ਸਿੰਘ ਜੀ ਗਿੱਲ, ਬਾਈ ਜੀ ਸਟੇਜ ਦੇ ਉੱਤੇ ਇੱਕ ਦਾ ਪੱਖਿਆਂ ਦਾ ਪ੍ਰਬੰਧ ਹੈ ਤੇ ਦੂਜਾ ਕੁਰਸੀਆਂ ਦਾ ਪ੍ਰਬੰਧ ਹੈ। ਮੇਰੀ ਹੱਥ ਬੰਨ ਕੇ ਇਹਨਾਂ ਦੋਨਾਂ ਸਰਪੰਚਾਂ ਨੂੰ ਬੇਨਤੀ ਹੈ, ਸਰਦਾਰ ਜਸਵੰਤ ਸਿੰਘ ਕੈਨੇਡਾ ਵਾਲੇ ਤੇ ਨਿਰਮਲ ਸਿੰਘ ਗਿੱਲ ਸਾਬਕਾ ਸਰਪੰਚ, ਬਾਈ ਜੀ ਦੋਨੋਂ ਬੰਦੇ ਸਟੇਜ 'ਤੇ ਆ ਜਾਣਾ। ਦੋ ਕੁਰਸੀਆਂ ਦਾ ਪ੍ਰਬੰਧ ਹੈ, ਇੱਥੇ ਪੱਖੇ ਲੱਗੇ ਹੋਏ ਆ, ਬਾਕੀ ਸੰਗਤ ਵਾਸਤੇ ਵੀ ਪ੍ਰਬੰਧ ਹੈ। ਕਿਰਪਾ ਕਰਕੇ ਦੋਨੋਂ ਸੱਜਣ ਇੱਥੇ ਆ ਜਾਣ, ਕਿਉਂਕਿ ਮੁੜ ਕੇ ਅਫਸਰਾਂ ਨੇ ਜਾਂ ਹੋਰ ਬੁੱਧਵਾਰ ਬੰਦਿਆਂ ਨੇ ਆਉਣਾ ਹੁੰਦਾ। ਕਿਰਪਾ ਕਰਕੇ ਦੋਨੋਂ ਸਰਪੰਚ ਬਾਈ ਜੀ ਸਟੇਜ 'ਤੇ ਇੱਥੇ ਮੇਰੇ ਕੋਲ ਪਹੁੰਚ ਜਾਣ। ਠੀਕ ਹੈ ਜੀ, ਧੰਨਵਾਦ ਕਰ ਰਹੇ ਆਪਾਂ ਪੰਚਾਂ ਸਰਪੰਚਾਂ ਦਾ ਇੱਥੇ ਪੁੱਜਣ 'ਤੇ। ਨਾਲੇ ਖੇਡ ਮੈਦਾਨ ਦੇ ਵਿੱਚ ਨਾਲ ਸਾਡੇ ਰਾਮ ਔਲਖ ਜੀ ਆਪਣੇ ਮਿੱਤਰਾਂ ਨਾਲ ਪੁੱਜੇ ਹੈ, ਸੱਦੇ ਦੇ ਰਹੇ ਨੇ 29-30 ਤੇ 1 ਸਤੰਬਰ ਅਕਤੂਬਰ ਦੀ 1 ਤਰੀਕ ਹੋਵੇਗੀ ਅਕਤੂਬਰ ਦੇ, ਜਿੱਥੇ ਕਬੱਡੀ ਓਪਨ ਦੇ ਮੈਚ 'ਚ ਉਹਨੇ ਖਿਡਾਰੀ ਬਾਹਰੋਂ ਖੇਡਣਾ ਹੈ। 51,000 ਤੇ 41,000 ਰੁਪਇਆ, ਕਬੱਡੀ 75 ਕਿਲੋ 21,000 ਤੇ 15,000 ਰੁਪਇਆ ਦੋ ਖਿਡਾਰੀ ਬਾਹਰੋਂ ਖੇਡਣੇ ਹੈ। ਕਬੱਡੀ 65 ਕਿਲੋ ਦੇ ਲਈ 10,000 ਤੇ 8100 ਰੁਪਇਆ ਹੋਵੇਗਾ, ਕਬੱਡੀ 55 ਕਿਲੋ 7100 ਤੇ 5100 ਰੁਪਇਆ ਹੋਵੇਗਾ। ਪਿੰਡ ਔਲਖ ਜ਼ਿਲ੍ਹਾ ਫਰੀਦਕੋਟ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸੱਜਣ ਸੱਦੇ ਦੇ ਰਿਹਾ ਹੈ, ਆਉਣ ਵਾਲੀ 29-30 ਤੇ 1 ਅਕਤੂਬਰ ਹੋਵੇਗਾ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਭਰੂ ਦੀ ਪਾਈ ਹੋਈ ਕਬੱਡੀ ਹੈ। 14 ਤੇ 15 ਤਰੀਕ ਲੰਗੇ ਵਾਲੀ ਦੀ ਧਰਤੀ ਤੇ ਕਬੱਡੀ ਦਾ ਵੱਡਾ ਮਹਾਕੁੰਭ ਹੈ। ਲਓ ਸਾਹਮਣੇ ਇੱਕ ਪਾਸੇ ਮੇਧਾ ਵਾਲੀ ਹੈ, ਮੂਹਰੇ ਅੜ ਕੇ ਹੌਸਲਾ ਕਰਕੇ ਪੂਤਰਿਆ ਸਾਨ ਸਿੰਘਾਂ ਤੋਂ ਹੜ ਕੇ ਜੱਫਾ ਲਾ ਹੀ ਜਾਂਦੇ ਨੇ ਚੰਗੇ ਕੋਚ ਸਿਆਣੇ ਮਾਪੇ, ਗੁਰਦੇਵ ਸਿੰਘ ਮਾਪਿਆਂ ਦਾ ਨਾਂ ਉੱਚਾ ਕਰਾ ਹੀ ਜਾਂਦੇ ਨੇ, ਚੰਗੇ ਕੋਚ ਸਿਆਣੇ ਮਾਪੇ ਜੀਣ ਦਾ ਢੰਗ ਸਿਖਾ ਹੀ ਜਾਂਦੇ ਨੇ। ਸਹੀ ਗੱਲ ਹੈ ਜੀ ਕਮੈਂਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਬਹੁਤ ਅੱਛੀ ਕਮੈਂਟਰੀ ਕੀਤੀ ਜਾ ਰਹੀ ਹੈ ਜੀ ਆਇਆਂ ਨੂੰ ਸੱਦਾ ਸਿੰਘ ਵਾਲਾ ਨਗਰ ਵਿੱਚ ਪਹੁੰਚਣ ਤੇ। ਨਿਰਮਲ ਆ ਜਾਓ ਬਾਈ ਇੱਥੇ ਯਾਰ, ਜਸਵੰਤ ਸਿੰਘ ਆ ਜਾਓ,
ਨਿਰਮਲ ਸਿੰਘ ਜੀ ਸਾਡੇ ਸਰਦਾਰ ਜਸਵੰਤ ਸਿੰਘ ਜੀ ਇਸੇ ਨਗਰ ਦਾ ਬਹੁਤ ਵੱਡਾ ਮਾਣ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਪੂਰੇ ਪਿੰਡ ਨੂੰ ਆ ਵੀ ਸੋੜਿਆ ਪਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਪਿੰਡਾ ਸੁਰ ਸਿੰਘ ਜੀ ਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਗੱਭਰੂ ਪੁੱਤ ਕਬੱਡੀ ਖੇਡਦੇ ਸ਼ੇਰ ਬੈਂਕੇ ਨੇ ਪਹਿਲਵਾਨ ਦੇਖੋ ਵਿੱਚ ਮੈਦਾਨ ਦੇ ਗਰਜਦੇ ਫੁੱਲਾਂ ਦੀ ਜੁੱਸੇ ਨੇ ਪਹਿਲਵਾਨ ਇਹ ਛਵੀਆਂ ਦੇ ਮੁੱਖ ਬੋੜਦੇ ਜਦ ਹਿੱਗਾ ਲੈਂਦੇ ਤਾਣ ਹਿੰਮਤ ਸ਼ੇਰਾਂ ਜਿੰਨੀ ਰੱਖਦੇ ਸਾਨਾ ਬਾਂਗ ਟਕਰਾਣ ਜਾਫੀ ਤੂਤ ਦੇ ਮੋਛੇ ਵਾਂਗਰਾ ਅੱਗੇ ਖੜ ਕੇ ਫੇਰ ਦਿਖਾਣ ਬਿੰਗ ਕਰਦੇ ਖੂਨ ਪਸੀਨਾ ਏਕੇ ਐਵੇਂ ਬਣਦੀ ਨੀ ਪੰਜਾਬੀਆਂ ਦੀ ਸ਼ਾਨ ਐਵੇਂ ਬਣਦੀ ਨੀ ਪੰਜਾਬੀਆਂ ਦੀ ਸ਼ਾਨ ਹਾਂਜੀ ਕਾਨ ਸਾਹਿਬ ਤੋਂ ਸਰਪੰਚ ਪਹੁੰਚੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਉੱਪਰ ਸਟੇਜ ਤੇ ਆ ਜਾਣ ਕਾਨ ਸਿੰਘ ਸਰਪੰਚ ਸੇਬੀ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਬੇਅੰਤ ਸਿੰਘ ਨੌਜਵਾਨ ਸਾਹਮਣੇ ਕਬੱਡੀ ਪਾ ਰਿਹਾ ਹੈ ਲਓ ਪੁਆਇੰਟ ਜਿਹੜਾ ਇਸ ਸਮੇਂ ਨਿਧਾ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ ਲਓ ਇਸ ਸਮੇਂ ਜਿਹੜੀਆਂ ਬਿਸਲਾਂ ਬਚ ਚੁੱਕੀਆਂ ਧਰਮ ਸਿੰਘ ਇਸ਼ਾਰਾ ਕਰਦੀ ਕਿਹੜੀ ਟੀਮ ਜਿੱਤ ਗਈ ਹੈ ਨਿਧਾ ਵਾਲੇ ਦੀ ਟੀਮ ਜਿੱਤ ਗਈ ਹੈ ਜੀ ਨੋਟ ਕਰ ਲਿਓ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਗੁਰਮੇਲ ਜੀ ਨਿਧਾ ਵਾਲ ਜਿੱਤ ਗਏ ਨੋਟ ਕਰ ਲਓ ਨਿਧਾ ਵਾਲੇ ਦੀ ਟੀਮ ਜਿੱਤ ਗਈ ਹੈ ਜੀ ਆਓ ਵੀ ਪਹਿਲਾਂ ਮੈਚ ਜਿਹੜਾ ਖੇਡਿਆ ਜਾਵੇਗਾ ਭਲੂਰ ਵਰਸੇ ਲੋਪੋ ਇੱਕ ਪਾਸੇ ਭਲੂਰ ਦੀ ਟੀਮ ਬੂਟਾ ਸਿੰਘ ਜੀ ਗਿੱਲ ਸਾਹਿਬ ਆ ਦੇਖ ਰਿਹਾ ਠੀਕ ਹੈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਬੂਟਾ ਸਿੰਘ ਜੀ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨੇ ਜ਼ਿਲ੍ਹਾ ਪ੍ਰੈਸ਼ਰ ਮੈਂਬਰ ਵੀ ਨੇ ਵਿਸ਼ੇਸ਼ ਤੌਰ ਤੇ ਦੌਲਤਪੁਰੇ ਵਾਲੇ ਪੁੱਜੇ ਨੇ ਉਹਨਾਂ ਦੇ ਭਾਈ ਸਾਹਿਬ ਵੀ ਸਾਡੇ ਵਿੱਚ ਸਵੇਰ ਤੋਂ ਪੁੱਜੇ ਹੈ ਬਹੁਤ ਵੱਡੇ ਯੋਗਦਾਨ ਹੈ ਇਹਨਾਂ ਪਰਿਵਾਰਾਂ ਦੇ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ ਸਰਦਾਰ ਬੂਟਾ ਸਿੰਘ ਜੀ ਗਿੱਲ ਸਾਹਿਬ ਸਾਡੇ ਪ੍ਰੈਜੀਡੈਂਟ ਉਹਨਾਂ ਵੱਲੋਂ ਨਾਲ ਸਰਦਾਰ ਹਰਬੰਸ ਸਿੰਘ ਜੀ ਧਾਲੀਵਾਲ ਸਾਹਿਬ ਜੋ ਸਾਡੇ ਸਰਪ੍ਰਸਤ ਨੇ ਸਰਪੰਚ ਸਾਹਿਬ ਔਰ ਪੂਰੇ ਪਿੰਡ ਵੱਲੋਂ ਅਸੀਂ ਧੰਨਵਾਦ ਕਰਾਂਗੇ ਜੋ ਸਾਡੇ ਇਲਾਕੇ ਦੇ ਵਿੱਚੋਂ ਪੰਚ ਸਰਪੰਚ ਆ ਰਹੇ ਹੈ ਸਭ ਨੂੰ ਵੈਲਕਮ ਕਹਿ ਰਹੇ ਨੇ ਗੁਰਦੇਵ ਸਿੰਘ ਜੀ ਆਪਣੇ ਬੁਖਾਰਬੰਦ ਵਿੱਚੋਂ ਆਏ ਹੋਏ ਦਰਸ਼ਕ ਵੀਰਾਂ ਨੂੰ ਨਾਲ ਖਿਡਾਰੀ ਵੀਰਾਂ ਨੂੰ ਔਰ ਆਏ ਹੋਏ ਪੰਚਾਂ ਸਰਪੰਚਾਂ ਨੂੰ ਵੈਲਕਮ ਕਹਿ ਰਹੇ ਨੇ ਸਾਡੇ ਸਟੇਜ ਤੋਂ ਮਿੱਤਰ ਆਪਾਂ ਧੰਨਵਾਦ ਕਰ ਰਹੇ ਗੁਰਪ੍ਰੀਤ ਜਗੋਰਾ ਜੀ ਨਾਲ ਸਾਡੇ ਵੀਰ ਗਿੱਲ ਹੋਣੇ ਮੈਚ ਸ਼ੁਰੂ ਕਰਾਓ ਜੀ ਲਓ ਜੀ ਇੱਕ ਪਾਸੇ ਜਿਹੜੀ ਭਲੂਰ ਦੀ ਟੀਮ ਹੈ ਧਰਮ ਸਿੰਘ ਨੋਟ ਕਰੀ ਸੜਕ ਵਾਲੇ ਪਾਸੇ ਨੇ ਭਲੂਰ ਇੱਧਰ ਹੋ ਗਏ ਹੁਣ ਠੀਕ ਹੈ ਲਓ ਸ਼ਿਪਦੇ ਵਾਲੀ ਸੈਂਡ ਪਿੰਡ ਵਾਲੀ ਸੈਂਡ ਜਿਹੜੀ ਟੀਮ ਭਲੂਰ ਦੀ ਹੋ ਗਈ ਹੈ ਔਰ ਸੜਕ ਵਾਲੀ ਸੈਂਡ ਜਿਹੜੀ ਟੀਮ ਹੈ ਮੇਰੇ ਵੀਰ ਲੋਪੋ ਦੀ ਟੀਮ ਹੈ ਨੋਟ ਕਰ ਲਈ ਧਰਮ ਸਿੰਘ ਲੋਪੋ ਦੀ ਟੀਮ ਜਿਹੜੀ ਸੜਕ ਵਾਲੇ ਪਾਸੇ ਇੱਕ ਮਿੰਟ ਬਾਈ ਜੀ ਸਲੀਨੇ ਤੋਂ ਸਰਦਾਰ ਜੱਸਾ ਸਿੰਘ ਜੀ ਹਰਨੇਕ ਸਿੰਘ ਸਰਪੰਚ ਦੇ ਸਪੁੱਤਰ ਸਰਦਾਰ ਜੱਸਾ ਸਿੰਘ ਜੀ ਪਿੰਡ ਸਲੀਣਾ ਤੋਂ ਉਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਬਾਈ ਇਲਾਕੇ ਦੇ ਜਿੰਨੇ ਵੀ ਸਰਪੰਚ ਸਾਰਿਆਂ ਨੂੰ ਸੱਦਾ ਸਿੰਘ ਵਾਲਾ ਨਗਰ ਵਿਖੇ ਪਹੁੰਚਣ ਤੇ ਜੀ ਆਇਆਂ ਆਖਦੇ ਆ ਬੂਟਾ ਸਿੰਘ ਜੀ ਗਿੱਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉੱਚਾ ਦੌਲਤਪੁਰਾ ਜੀ ਆਇਆਂ ਨੂੰ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਓ ਖੇਡ ਮੈਦਾਨ ਦੇ ਵਿੱਚ ਅਰਸ਼ ਨੌਜਵਾਨ ਸਾਹਮਣੇ ਦੇਖਦੇ ਵੀ ਭਲੂਰ ਪਿੰਡ ਵੱਲੋਂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਚਾਰ ਜਾਫੀ ਲੋਪੋ ਦੀ ਟੀਮ ਦੇ ਨੇ ਲਓ ਦੇਖਦੇ ਨੌਜਵਾਨੋ ਕੌਣ ਟਕੇਗਾ ਕੌਣ ਰੱਖੇਗਾ ਕਿ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ
ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜਾਣੀਆਂ ਬੱਲੇ ਬੱਲੇ ਮਿੱਤਰੋ ਅੱਜ ਦੇਖਦੇ ਵੀ ਬੱਲੇ ਬੱਲੇ ਕੌਣ ਕਰਵਾਉਂਦਾ ਅੱਜ ਖੇਡ ਮੈਦਾਨਾਂ ਦੇ ਵਿੱਚ ਆਹ ਦੇਖਦੇ ਵੀ ਲੋਕੋ ਦੀ ਧਰਤੀ ਦਾ ਕੌਰਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕਾ ਹੈ ਪਾਈ ਹੋਈ ਕਬੱਡੀ ਦੇਖਦੇ ਆ ਵੀ ਕੀਪੇ ਵਰਗੇ ਤੋਤੇ ਵਰਗੇ ਨੌਜਵਾਨ ਲਾਓ ਦੇਖਦੇ ਵੀ ਕੌਣ ਡੱਕ ਪਾਵੇਗਾ ਕੌਣ ਲੱਖ ਪਾਵੇਗਾ ਖੇਡ ਮੈਦਾਨ ਦੇ ਵਿੱਚ ਲੋਪੋ ਵਾਲੇ ਕੌਰੇ ਦੀ ਕਬੱਡੀ ਦੀਆਂ ਤੋਤਾ ਤਲੂਰ ਪਿੰਡ ਵਾਲਾ ਨੌਜਵਾਨ ਇਸ ਸਮੇਂ ਆਸਾਨ ਜਿਹਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵੀ ਜੋੜਦਾ ਤੇ ਪੁਆਇੰਟ ਜਿਹੜਾ ਤਲੂਰ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ ਚੱਲ ਵੀ ਕੁਲਦੀਪ ਸਿੰਘ ਕੀਪਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਨੌਜਵਾਨ ਪਾ ਕਬੱਡੀ ਲਓ ਸਾਹਮਣੇ ਦੇਖਦੇ ਹਾਂ ਵੀ ਕੀਪੇ ਦੀ ਪਾਈ ਹੋਈ ਕਬੱਡੀ ਹੈ ਕਿ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕਦੂਗਾ ਪਾਣੀ ਵੀ ਅੱਜ ਕੁੰਡੀਆਂ ਦੇ ਸਿੰਘ ਫਸਨੇ ਕੋਈ ਨਿੰਦਰੂ ਬੜੇ ਵੇਖਾਣੀ ਅੱਜ ਕੁੰਡੀਆਂ ਦੇ ਸਿੰਘ ਫਸਨੇ ਨੇ ਖੇਡ ਮੈਦਾਨ ਦੇ ਵਿੱਚ ਤੇ ਪੁਆਇੰਟ ਜਿਹੜਾ ਤਲੂਰ ਦੀ ਟੀਮ ਦਾ ਹੈ ਚੱਲ ਵੀ ਸੇਮੀ ਪਾ ਕਬੱਡੀ ਦੇ ਗੱਲ ਕਰੋ ਗੁਰਚਰਨ ਸੁਨੇਹ ਜੀ ਇਸ ਗੱਭਰੂ ਬਾਰੇ ਲਓ ਸਾਹਮਣੇ ਲੋਪੋ ਪਿੰਡ ਕਹਿੰਦੇ ਮਹਾਂਪੁਰਸ਼ ਸੰਤ ਬਾਬਾ ਦਰਬਾਰੀ ਦਾਸ ਦਾ ਨਗਰ ਹੈ ਉਸੇ ਪਿੰਡ ਦਾ ਸਾਹਮਣੇ ਸੇਮੀ ਕਬੱਡੀ ਪਾ ਰਿਹਾ ਕਿ ਤਰਸੇਮ ਸਿੰਘ ਸੇਮੀ ਸਾਡਾ ਵੀਰ ਖਜ਼ਾਨਾ ਮੰਤਰੀ ਹੈ ਸਾਡੇ ਇਸ ਕਬੱਡੀ ਦੇ ਮਹਾਂਕੁੰਭ ਦਾ ਉਸੇ ਦੇ ਸਰਨਾਮੇ ਤੇ ਚੱਲਣ ਵਾਲਾ ਆਹ ਨੌਜਵਾਨ ਲੋਪੋ ਪਿੰਡ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਲੈ ਕੇ ਵਾਧਾ ਹੋਇਆ ਪਾ ਵੀ ਨੌਜਵਾਨਾਂ ਅਰਸ਼ ਅਗਲੀ ਕਬੱਡੀ ਮੇਜਰ ਸਿੰਘ ਭਲੂਰ ਦਾ ਕਹਿੰਦੇ ਕਬੱਡੀ ਜਗਤ ਦੇ ਵਿੱਚ ਨਾਮ ਜਿਹੜਾ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਪੰਜਾਬੀ ਲਾਈਵ ਬੰਦ ਦੇ ਉੱਤੇ ਪੂਰੀ ਦੁਨੀਆ ਜੁੜੀ ਹੋਈ ਹੈ ਅੱਜ ਆਪਾਂ ਦੇਖਦੇ ਵੀ ਗੁਰਚਰਨ ਸਿੰਘ ਇੱਥੇ ਨਾ ਚੰਦਲਾ ਦੀ ਟੀਮ ਕੱਢਦੀ ਉਹ ਟੀਮ ਨੇ ਵਾਪਸ ਲੈ ਗਿਆ ਐਂਟਰੀ ਕਹਿੰਦੇ ਨਹੀਂ ਆਉਣੀ ਅਗਲੇ ਮੈਚਾਂ ਦੇ ਔਗੜ ਦੇ ਪੁਰਾਣੇ ਵਾਲਾ ਔਗੜ ਦੇ ਪੁਰਾਣੇ ਵਾਲਾ ਦੋਨੇ ਟੀਮਾਂ ਤਿਆਰ ਪੁਰ ਤਿਆਰ ਰਹਿਣ ਮੇਰੇ ਵੀਰ ਔਗੜ ਵਰਸੇ ਪੁਰਾਣੇ ਵਾਲਾ ਅਗਲੇ ਮੈਚਾਂ ਦੀਆਂ ਟੀਮਾਂ ਤਿਆਰੀ ਫੜ ਲਓ ਮੇਰੇ ਵੀਰ ਸਮੇਂ ਦੀ ਕਦਰ ਕਰਨੀ ਹੈ ਸਮੇਂ ਦੀ ਕਦਰ ਖਿਡਾਰੀ ਵੀਰੋ ਸਮੇਂ ਦੀ ਕਦਰ ਕਰਨੀ ਹੈ ਲਓ ਖੇਡ ਮੈਦਾਨ ਦੇ ਵਿੱਚ ਕਾਂਰੇ ਦੀ ਪਾਈ ਹੋਈ ਕਬੱਡੀ ਰਾਜਾ ਇਹ ਮੈਚ ਤਾਂ ਬਾਅਦ ਜੀਤਾ ਬਾਈ ਜੀ ਕਹਿੰਦੀ ਜੇ ਤੂੰ ਜੀਤਾ 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 ਪਹਿਲਾਂ ਕਹਿ ਦਿੰਦੇ ਆ ਐਡੀ ਕਿਹੜੀ ਗੱਲ ਆ ਜਦੋਂ ਪਤਾ ਤਾਂ ਲੱਗ ਹੀ ਗਿਆ ਆਪਾਂ ਨੂੰ ਇੱਥੇ ਨੋਟ ਕਰ ਲਓ ਬਸ ਔਗੜ ਦੇ ਪੁਰਾਣੇ ਵਾਲੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੇਰੇ ਵੀਰ ਔਗੜ ਵਰਸ ਪੁਰਾਣੇ ਵਾਲਾ ਲਓ ਸੀਰਾ ਨੌਜਵਾਨ ਇਸ ਸਮੇਂ ਦੇਖਦੇ ਵੀ ਭਲੂਰ ਪਿੰਡ ਵੱਲੋਂ ਸਾਹਮਣੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਹਲਕਾ ਜਿਹਾ ਟੱਚ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤ ਵੀ ਜੋੜਿਆ ਚੱਲ ਵੀ ਨੌਜਵਾਨ ਸੇਮੀ ਪਾ ਕਬੱਡੀ ਮੱਖਣ ਸਿੰਘ ਗਿੱਲ ਬਾਈ ਜੀ ਉਹਨੂੰ ਸਟੇਜ ਤੇ ਤਰਸੇਮ ਸਿੰਘ ਬੁਲਾਉਂਦਾ ਮੱਖਣ ਸਿੰਘ ਗਿੱਲ ਕੋਈ ਕਮੇਟੀ ਦਾ ਕੰਮ ਹੈ ਆ ਜਾਵੇ ਇੱਥੇ ਸਟੇਜ ਤੇ ਮੱਖਣ ਸਿੰਘ ਜੀ ਗਿੱਲ ਆਪਣੇ ਮਿੱਤਰਾਂ ਨੂੰ ਮਿਲਣ ਸਟੇਜ ਤੇ ਲੱਗ ਗਿਆ ਕਈ ਲਓ ਖੇਡ ਮੈਦਾਨ ਦੇ ਵਿੱਚ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਤੋਤਾ ਭਲੂਰ ਪਿੰਡ ਦੀ ਧਰਤੀ ਦਾ ਦੂਸਰੇ ਪਾਸੇ ਲੋਪੋ ਪਿੰਡ ਦਾ ਜਿੱਦਾਂ ਗੱਗੀ ਕਹਿੰਦੇ ਵੀ ਤਕੜਾ ਖੇਡਦਾ ਕਹਿੰਦੇ ਜੋਤੀ ਦੀ ਗੱਲ ਹੈ ਕਹਿੰਦੇ ਰਾਜੇ ਦੀ ਗੱਲ ਹੈ ਚਾਹੇ ਕਬੱਡੀ 75 ਕਿਲੋ ਦੀ ਹੈ ਚਾਹੇ ਕਬੱਡੀ ਓਪਨ ਦੇ ਮੁਕਾਬਲੇ ਹੈ ਆਹ ਸਾਹਮਣੇ ਕੁਲਦੀਪ ਸਿੰਘ ਕੀਪਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਪੁੱਤ ਗੱਭਰੂ ਡੱਟੇ ਮੈਦਾਨ ਅੰਦਰ ਅੱਜ ਹੋਣਗੇ ਸਾਨਾ ਦੇ ਪਿੰਡ ਦੀ ਪੰਚਾਇਤ ਵੱਲੋਂ 65 ਕਿਲੋ ਦੀਆਂ ਜੋ ਵੀ ਟੀਮਾਂ ਇਹਨਾਂ ਨੂੰ ਫਾਈਨਲ ਇਨਾਮ ਅਤੇ ਟਰਾਫੀਆਂ ਜੋ ਅਨਾਊਂਸ ਕੀਤੀਆਂ ਜਾ ਰਹੀਆਂ ਸਟੇਜ ਦੇ ਅੱਗੋਂ ਪਿੰਡ ਦੀ ਪੰਚਾਇਤ ਸਰਦਾਰ ਹਰਵਾਸ ਸਿੰਘ ਧਾਲੀਵਾਲ ਸਰਪੰਚ ਸਾਹਿਬ ਸੰਤੋਖ ਸਿੰਘ ਲਖਵੀਰ ਸਿੰਘ ਜੀ ਆੜਤੀਆ ਗੁਰਮੇਲ ਸਿੰਘ ਕਿਰਨ ਸਿੰਘ ਗੋਰਾ ਸਿੰਘ ਕਮੇਟੀ ਮੈਂਬਰਾਂ ਵੱਲੋਂ ਸਟੇਜ ਦੇ ਅੱਗੇ ਜਿਹੜੀਆਂ ਟੀਮਾਂ ਜਿੱਤ ਚੁੱਕੀਆਂ ਆਪਦੇ
ਆਣ ਕੇ ਇਨਾਮ ਫਾਈਨਲ ਲੈ ਜਾਓ ਬਾਈ ਜੀ। ਇੱਕ 8000 ਰੁਪਏ ਦਾ 63 ਕਿਲੋ ਦਾ ਇਨਾਮ ਮੇਰੇ ਕੋਲੇ ਅਲਖਵੀਰ ਸਿੰਘ, ਜਦੋਂ ਮਰਜ਼ੀ ਇਹ ਲੈ ਲਈ ਮੇਰੇ ਕੋਲੋਂ। ਠੀਕ ਹੈ ਜੀ, ਸੋ ਆਓ ਖੇਡ ਮੈਦਾਨ ਦੇ ਵਿੱਚ ਅਗਲੀਆਂ ਟੀਮਾਂ, ਔਗਰ ਤੇ ਪੁਰਾਣੇ ਵਾਲਾ। ਪੁਰਾਣੇ ਵਾਲੇ ਦੀ ਟੀਮ ਮੈਂ ਦੇਖ ਰਿਹਾ, ਸਾਡੇ ਵੀਰ ਪੁੱਜ ਗਏ ਪ੍ਰੀਤਮ ਉਹਨਾਂ ਦੇ ਮਿੱਤਰ ਨਾਲ। ਔਗੜਾ ਵਾਲੇ ਖਿਡਾਰੀਆਂ ਨੂੰ ਬੇਨਤੀ ਕਰਾਂਗੇ, ਸ਼ਿੰਦਰ ਸਿੰਘ ਸ਼ਾਮੇ ਹੋ ਜਾ ਨੌਜਵਾਨਾਂ, ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਸ਼ੀਰੇ ਦੀ ਹੈ। ਦੂਸਰੇ ਪਾਸੇ ਲੋਕੋ ਵਾਲੇ ਚਾਰ ਜਾਫੀ ਹੈ, ਬੂਟਾ ਸਿੰਘ ਕੋਚ ਮਨਸੂਰ ਵੱਲ ਕਲਾਂ ਵਾਲੇ ਫੈਸਲਾ ਧਾਵੀ ਦੇ ਹਿੱਸੇ ਦੇ ਵਿੱਚ ਕਰ ਰਿਹਾ ਹੈ। ਲਓ ਅਗਲੀ ਕਬੱਡੀ ਸਾਹਮਣੇ ਸੇਮੀ ਦੀ ਪੈਂਦੀ ਹੈ, ਖੇਡ ਮੈਦਾਨ ਦੇ ਵਿੱਚ ਇਹ ਖਿਡਾਰੀ ਪੈਂਦੀ ਹੈ ਖੁਰਾਕ ਯਾਰ ਰੱਜ ਰੱਜ ਕੇ, ਫਿਰ ਸਰੀਰ ਹੈ ਬਣਾਉਣਾ ਪੈਂਦਾ ਭੱਜ ਭੱਜ ਕੇ, ਫਿਰ ਚੰਗੇ ਉਸਤਾਦ ਬਿਰਲੇ ਹੀ ਲੱਭਦੇ ਕਿ ਮੋੜਾ ਉੱਤੇ ਖੜ ਕੇ ਨੀ ਬੀਜੇ ਲੱਗਦੇ, ਵੀ ਮੋੜਾ ਉੱਤੇ ਖੜ ਕੇ ਨੀ ਬੂਟਾ ਸਿੰਘ ਜੀ ਬੀਜੇ ਲੱਗਦੇ। ਇੱਕ ਪਾਸੇ ਸੋਨਾ ਬਾਂਦਰ ਡੋਰ ਦੀ ਧਰਤੀ ਦਾ, ਪਰ ਤੋਤੇ ਨਾ ਕਹਿੰਦੇ ਵੀ ਦੋ ਹੱਥ ਮੁੰਡੇ ਦੇ ਕੀਤੇ ਹੈ, ਹੁਣ ਦੇਖਾਂਗੇ ਕੀਤੀ ਹੋਈ ਤੋਤੇ ਦੀ ਟਰਾਈ ਹੈ। ਪਰ ਮੁੰਡਾ ਮੈਨੂੰ ਲੱਗਦਾ ਵੀ ਅੱਖ ਚ ਕੁਝ ਬਰਾ ਬੈਠਾ। ਹੈਲੋ ਅੱਖ ਵਿੱਚ ਬਾਈ ਜੀ, ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਖਿਡਾਰੀ ਬਾਈ ਆ ਸਕਦਾ, ਅਸੀਂ ਟਾਈਆਂ ਕੱਢਣ ਲੱਗੇ ਦੂਜੇ ਰਾਉਂਡ ਦੀਆਂ। ਫਿਰ ਖਿਡਾਰੀ ਵੀਰ ਕੋਈ ਨਾ ਕਵੇ ਵੀ ਸਾਡੇ ਬਾਈ ਜੀ ਸਾਨੂੰ ਖੜਾ ਕੇ ਟਾਈਆਂ ਕੱਢੋ। ਮੈਚ ਸਮਾਪਤ ਹੈ, ਧਰਮ ਸਿੰਘ ਜੀ ਕਿਹੜੀ ਟੀਮ ਜੇਤੂ ਹੈ? ਭਲੂਰ ਜੇਤੂ ਆ, ਗੇਲਿਆ ਨੋਟ ਕਰ ਲੈ, ਭਲਵਾਨਾ ਇੱਥੇ ਭਲੂਰ ਜਿੱਤ ਗਈ ਹੈ। ਆਓ ਜੀ ਔਗੜ ਤੇ ਪੁਰਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਹਾਂਜੀ 75 ਕਿਲੋ ਵਾਲੀ ਦੂਜੇ ਰਾਉਂਡ ਦਾ ਪਹਿਲਾ ਮੈਚ ਹੈ, ਤੋਤਾ ਸਿੰਘ ਵਾਲਾ ਤੇ ਭਾਗਪੁਰ ਕਗੜਾ। ਦੋਵੇਂ ਟੀਮਾਂ ਕੱਪੜੇ ਤਾਰ ਕੇ ਖੇਡ ਮੈਦਾਨ ਅੰਦਰ ਆ ਜਾਣਾ, ਭਾਗ ਸਿੰਘ ਵਾਲਾ ਤੇ ਗਗੜਾ, ਗਗੜਾ ਤੇ ਤੋਤਾ ਸਿੰਘ ਵਾਲਾ। 75 ਕਿਲੋ ਵਾਲੀ ਜਿਹੜੀ ਟੀਮ ਹੈ ਉਹ ਬਾਈ ਜੀ ਆਪਣਾ ਪਹਿਲਾ ਨਾਮ ਸਟੇਜ ਦੇ ਅੱਗੇ ਆਣ ਕੇ ਲੈ ਜਾਵੇ। 75 ਕਿਲੋ ਵਾਲੀ ਜਿਹੜੀ ਟੀਮ ਜੇਤੂ ਹੋ ਚੁੱਕੀ ਹੈ ਉਹ ਸਟੇਜ ਦੇ ਸਾਹਮਣੇ ਤੋਂ ਆਣ ਕੇ ਆਪਣਾ ਪਹਿਲਾ ਨਾਮ ਲੈ ਜਾਵੇ ਜੀ। ਗਿੱਲਿਆ ਡਾਕਟਰ ਸਾਹਿਬਾਨ ਜਿੱਥੇ ਵੀ ਆਵਾਜ਼ ਨੂੰ ਸੁਣਦੇ ਨੇ ਸਟੇਜ ਦੇ ਸਾਹਮਣੇ ਆ ਜਾਣ। ਲੋਪੋ ਵਾਲੇ ਸੇਬੀ ਖਿਡਾਰੀ ਦੇ ਥੋੜੀ ਜਿਹੀ ਚੋਟ ਲੱਗੀ ਹੈ, ਲਓ ਉਧਰ ਦੇਖਦੇ ਆ ਵੀ ਬੁੱਢਰਾਂ ਵਾਲਾ ਨੌਜਵਾਨ ਬੈਂਚ ਪਰ ਸਲਾਵੇਗਾ। ਅੰਗਹੀਣ ਖਿਡਾਰੀ ਹੈ ਵਿਚਾਰਾ, ਸਟੇਜ ਦੇ ਅੱਗੇ ਵੇਟ ਚੁੱਕ ਰਿਹਾ, ਇਹ ਕੁਦਰਤ ਦੀ ਮਾਰ ਪਈ ਹੋਈ ਹੈ, ਪਰ ਫਿਰ ਵੀ ਇਸ ਖਿਡਾਰੀ ਨੇ ਹੌਸਲਾ ਨਹੀਂ ਛੱਡਿਆ ਅਤੇ ਸਟੇਜ ਦੇ ਬਿਲਕੁਲ ਸਾਹਮਣੇ ਦੇਖੋ ਇਹ ਸੱਜਣ ਆਪਣੀਆਂ ਬਾਹਾਂ ਦੇ ਦਮ ਤੇ ਵੇਟ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਗਹੀਣ ਖਿਡਾਰੀ ਹੈ ਵਿਚਾਰਾ, ਬਾਅਦ ਵਿੱਚ ਇਹਦਾ ਹੌਸਲਾ ਅਫਜਾਈ ਕਰਨਾ ਜੀ ਸਾਰਿਆਂ ਨੇ। ਲਓ ਨਿਰਮਲ ਸਿੰਘ ਬੁੱਟਰ ਹੈਂਡੀਕੈਪਡ 70 ਕਿਲੋ ਦੀ ਬੈਂਚ ਪ੍ਰੈਸ ਲਾ ਰਿਹਾ ਮੇਰੇ ਵੀਰ। ਲੰਬੀ ਦੇ ਖੇਡ ਮੇਲੇ ਤੇ ਅਸੀਂ ਅੱਖੀ ਦੇਖਿਆ, ਉੱਥੇ ਮੈਂ ਤੇ ਗੁਰਜਰ ਨੂੰ ਵੀ ਮੌਕਾ ਦਿੱਤਾ ਗਿਆ, ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 5100 ਰੁਪਏ ਇਸ ਨੌਜਵਾਨ ਨੂੰ ਮਾਣ ਦਿੱਤਾ ਮੇਰੇ ਵੀਰ। ਔਰ ਇਹਨਾਂ ਖਿਡਾਰੀਆਂ ਦੇ ਵਿੱਚ ਵੀ ਇਹਨਾਂ ਦਾ ਵੀ ਨੌਵਾਂ ਚਾਹੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਚਾਹੇ ਕੋਟ ਗੰਗੂ ਰਾਏ ਦੀਆਂ ਖੇਡਾਂ ਹੈ, ਔਰ ਸਪੈਸ਼ਲ ਤੌਰ ਤੇ ਕਰਵਾਈਆਂ ਜਾਂਦੀਆਂ ਮੇਰੇ ਵੀਰ। ਤਾੜੀਆਂ ਮਾਰਦੇ ਸੁਖਬੀਰ ਦੇ ਲਈ। ਗੁਰਦਾਸ ਮਾਨ ਨੇ ਗੱਲ ਕੀਤੀ ਕਿ ਰੋਟੀ ਹੱਕ ਦੀ ਖਾਈਏ ਜੀ ਚਾਹੇ ਬੂਟ ਪਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ ਚਾਹੇ ਬੂਟ ਪਾਲਸ਼ਾਂ ਕਰੀਏ। ਤਾੜੀਆਂ ਮਾਰ ਦਿਓ ਮੇਰੇ ਵੀਰ, ਦੇਣ ਨੂੰ ਕੁਝ ਨਹੀਂ ਇੱਕ ਦਵਾਵਾਂ ਹੀ ਹੁੰਦੀਆਂ ਇਹਨਾਂ ਕੋਲ, 5 ਜਾਂ 10 ਰੁਪਏ ਦੇ ਕੇ ਇਸ ਵੀਰ ਦਾ ਮਾਣ ਸਨਮਾਨ ਜ਼ਰੂਰ ਕਰਨਾ ਤੁਸੀਂ ਮੇਰੇ ਵੀਰ। ਹਾਂਜੀ ਰਾਜੀ, ਇਸ ਤੋਂ ਅਗਲਾ ਮੈਚ ਕਿਹੜਾ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ? ਇਸ ਤੋਂ ਅੱਗੇ ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜਾ। ਆਓ ਜੀ ਦੋ ਟੀਮਾਂ ਜਲਦੀ ਤੋਂ ਜਲਦੀ, ਤੋਤਾ ਸਿੰਘ ਵਾਲਾ ਵਰਸੇ ਭਾਗਪੁਰ ਗਗੜੇ ਦਾ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ। ਪਾਣੀ ਵਾਲੇ ਭਾਈ ਵਿੱਚ ਬੁਲਾ ਰਹੇ ਰੈਫਰੀਆਂ ਨੂੰ, ਕਮੈਂਟਰੀਆਂ ਨੂੰ ਪਾਣੀ ਪਿਆਉਣ।
ਡਾਕਟਰ ਸਾਹਿਬਾਨ ਬਾਈ ਜੀ ਜਿੱਥੇ ਵੀ ਬਾਜ ਨੂੰ ਸੁਣਦੇ ਸਟੇਜ ਦੇ ਸਾਹਮਣੇ ਆ ਜਾਣ, ਲੋਕੋ ਵਾਲੇ ਖਿਡਾਰੀ ਦੇ ਥੋੜੀ ਜਿਹੀ ਚੋਟ ਲੱਗੀ ਹੈ, ਡਾਕਟਰ ਸਾਹਿਬਾਨ ਪਲੀਜ਼ ਹੱਥ ਬੰਨ ਕੇ ਬੇਨਤੀ ਆ, ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ ਫਸਟ ਏਡ ਦੇ ਲਈ ਡਾਕਟਰ ਸਾਹਿਬਾਨ। ਅਰ ਦੂਸਰੇ ਪਾਸੇ ਸਾਹਮਣੇ ਪੁਰਾਣੇ ਵਾਲੇ ਪਿੰਡ ਦਾ ਸਾਹਮਣੇ ਪ੍ਰੀਤਮ ਸਿੰਘ ਸਿੱਖ ਸਰਦਾਰ ਨੌਜਵਾਨ ਹੈ, ਬਾਜਾਂ ਵਾਲੇ ਦੀ ਵੱਡੀ ਬਖਸ਼ਿਸ਼ ਹੈ ਇਸ ਨੌਜਵਾਨ ਦੇ ਉੱਤੇ, ਤੇ ਗੁਰਮੇਲ ਸਿੰਘ ਜੀ ਸਾਡੇ ਇੱਥੇ ਸੰਧੂ ਟ੍ਰੇਨਿੰਗ ਵਾਲੇ ਹੋਣਗੇ, ਨਾਲ ਬਾਬਾ ਅਵਤਾਰ ਸਿੰਘ ਜੀ, ਹਰੇਕ ਪੁਆਇੰਟ ਤੇ 100 ਰੁਪਇਆ ਇਹਨਾਂ ਵੱਲੋਂ ਦਿੱਤਾ ਜਾ ਰਿਹਾ, ਮੈਂ ਕੱਲ ਤੋਂ ਦੇਖ ਰਿਹਾ, ਇਹਨਾਂ ਦਾ ਵੀ ਆਪਾਂ ਵਿਸ਼ੇਸ਼ ਧੰਨਵਾਦ ਕਰਦੇ। ਬਾਬਾ ਜੀ 100 ਮੁੰਡੇ ਦੇ ਹਿੱਸੇ ਦੇ ਜ਼ਰੂਰ ਕਰ ਦਿਓ ਅਸ ਆਪਣੇ ਖੇਡ ਮੈਦਾਨ ਦੇ ਵਿੱਚ। ਦੁਬਾਰਾ ਫਿਰ ਬੇਨਤੀ ਹੈ ਜੀ 75 ਕਿਲੋ ਵਾਲੀ ਟੀਮ ਨੂੰ, 75 ਕਿਲੋ ਵਾਲੀ ਟੀਮ ਜਿਹੜੀ ਜੇਤੂ ਕਰਾਰ ਹੈ ਉਹ ਸਟੇਜ ਦੇ ਅੱਗੇ ਆਣ ਕੇ ਆਪਣਾ ਨਾਮ ਅਤੇ ਟਰੋਫੀ ਲੈ ਜੇ। 75 ਕਿਲੋ ਵਾਲੀ ਟੀਮ ਨੂੰ ਬੇਨਤੀ ਕੀਤੀ ਜਾਂਦੀ ਆ ਸਪਰੇ ਗਰਾਊਂਡ ਦੇ ਵਿੱਚ ਭੇਜ ਦਿੱਤੀ ਜਾਵੇ ਸਪਰੇ ਮਾਲੇ ਵਾਲਾ। ਭਾਈ ਜੀ ਪਹਿਲਾ ਮੈਚ ਹੈ ਭਾਗਪੁਰ ਗਗੜਾ ਤੇ ਤੋਤਾ ਸਿੰਘ ਵਾਲਾ ਨਿਧਾ ਵਾਲਾ ਅੱਗੇ ਗੇਲੇ ਨਿਧਾ ਵਾਲਾ ਦੇ ਭਗੇਲਾ ਭਾਈ ਠੀਕ ਹੈ ਜੀ ਠੀਕ ਹੈ। ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜੇ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਸਾਡੇ ਸੰਤ ਮਹਾਂਪੁਰਸ਼ ਸਿੱਖੀ ਸਰੂਪ ਦੇ ਖਿਡਾਰੀਆਂ ਨੂੰ ਮਾਣ ਦੇ ਰਹੇ ਨੇ, ਉੱਥੇ ਜਿਹੜੇ ਸਾਡੇ ਅੰਪਾਇਰ ਵੀ ਸਿੱਖੀ ਦੇ ਸਰੂਪ ਦੇ ਵਿੱਚ ਨੇ, ਉਹਨਾਂ ਨੂੰ ਵੀ ਮਾਣ ਸਨਮਾਨ ਮਿਲੇਗਾ ਮੇਰੇ ਵੀਰੋ, ਕਿਉਂਕਿ ਗਰਾਊਂਡ ਦੇ ਵਿੱਚ ਜਿੰਨੇ ਵੀ ਸਾਡੇ ਸਤਿਕਾਰਯੋਗ ਨੇ ਸਿੱਖੀ ਸਰੂਪ ਦੇ ਵਿੱਚ ਸਵਾਵਾਂ ਦੇ ਰਹੇ ਨੇ, ਉਹਨਾਂ ਨੂੰ ਵੀ ਬਾਬਾ ਜੀ ਨੇ ਮਾਣ ਸਨਮਾਨ ਦੇਣੇ ਨੇ। ਚੱਲ ਵੀ ਪ੍ਰੀਤਮ ਨੌਜਵਾਨਾਂ ਪਾ ਕਬੱਡੀ ਚੁਗਾਵਾਂ ਪਿੰਡ ਇਸ ਗੱਭਰੂ ਦਾ ਮੇਰੇ ਵੀਰੋ, ਲਾ ਦੇਖਦੇ ਵੀ ਕਬੱਡੀ 60, 65, 70, 70 ਕਬੱਡੀ ਉੱਪਰ ਦੇ ਵਿੱਚ ਆ ਗਿਆ ਹੈ। ਕਦੇ ਮੇਰੇ ਵੀਰ ਰਾਮਗੜ੍ਹ ਭੁੱਲਰ ਦੇ ਖੇਡ ਮੇਲੇ ਤੇ ਕਦੇ ਚੀਮਨੇ ਦੇ ਖੇਡ ਮੇਲੇ ਦਾ ਉੱਤਮ ਧਾਮ ਵੀ ਲਾਣਿਆ ਗਿਆ ਇਸ ਗੱਭਰੂ ਨੂੰ, ਆ ਦੇਖਦੇ ਵੀ ਪ੍ਰੀਤਮ ਸਿੰਘ ਨੌਜਵਾਨ ਚੁਗਾਵਾਂ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਪੁਰਾਣੇ ਵਾਲਾ ਪਿੰਡ ਹੈ, ਅੱਜ ਦੇਖਦੇ ਆ ਵੀ ਸਾਹਮਣੇ ਕਬੱਡੀ ਪਾ ਰਿਹਾ ਹੈ, ਪਾਈ ਹੋਈ ਕਬੱਡੀ ਚੁਗਾਵਾਂ ਦੇ ਲਈ ਲਬੇਰਾ ਸਮਾਂ ਖੇਡਿਆ ਨੌਜਵਾਨ, ਤਿਆਂ ਦੇਖਦੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵੀ ਜੋੜਦਾ ਹੈ। ਚੱਲ ਵੀ ਸੋਨੀ ਨੌਜਵਾਨਾਂ ਪਾ ਕਬੱਡੀ, ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜੇ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਉਣ, ਭਾਗਪੁਰ ਗਗੜਾ ਤੇ ਤੋਤਾ ਸਿੰਘ ਵਾਲਾ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ, ਤਾਂ ਦੇਖਦੇ ਹਲਕਾ ਜਿਹਾ ਟੱਚ ਤੇ ਆਸਾਨ ਜਿਹਾ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਔਗੜਾਂ ਦੇ ਖਾਤੇ ਵੀ ਜੋੜਿਆ ਹੈ। ਚੱਲ ਵੀ ਖਾਲਸਾ ਨੌਜਵਾਨਾਂ ਪਾ ਕਬੱਡੀ, ਕਿ 10ਵੇਂ ਗੁਰਾਂ ਨੇ ਮਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ, ਪਹਿਲੇ ਨੰਬਰ ਤੇ ਸਦਾ ਹੀ ਪੰਜਾਬ ਆਉਂਦਾ ਹੈ, ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ, ਹਰੀ ਸਿੰਘ ਨਲੂਏ ਅਸੀਂ ਧਾਕ ਪਾਈ ਤੇ ਕੌਮ ਅੱਜ ਵੀ ਡਰੇ ਫਗਾਨੀਆਂ ਦੀ, ਮੱਖਣ ਪਰਾੜਾ ਫਿਰ ਉਦਮ ਸਿੰਘ ਦਲੇਰ ਦਾ ਨਾਂ ਸੁਣ ਕੇ, ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ, ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ। ਲਓ ਪੁਆਇੰਟ ਜਿਹੜਾ ਇਸ ਸਮੇਂ ਪੁਰਾਣੇ ਵਾਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੈ। ਅਗਲੀ ਗੱਲ ਕਰੇਗਾ ਗੁਰਚਰਨ ਸਨਾਇਰ ਮਾਈਕ ਉੱਪਰ ਦੀ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ, ਇੱਕ ਪਾਸੇ ਪੁਰਾਣੇ ਵਾਲੇ ਦਾ ਗੁਰਮੀਤ ਸਿੰਘ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ, ਔਰ ਦੂਸਰੇ ਪਾਸੇ ਸਾਹਮਣੇ ਕਾਕੇ ਦੀ ਕੀਤੀ ਹੋਈ ਟਰਾਈ ਹੈ, ਔਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਭਾਵੀ ਪ੍ਰੀਤਮ ਸਿੰਘ ਕਬੱਡੀ ਨਰੂੜ ਦੇ ਕਬੱਡੀ ਕੱਪ ਦਾ ਕਹਿੰਦੇ ਵੀ ਉੱਤਮ ਧਾਵੀ ਐਲਾਨਿਆ ਗਿਆ ਜ਼ਿਲ੍ਹੇ ਕਪੂਰਥਲੇ ਦੇ ਵਿੱਚ, ਤੇ 5100 ਰੁਪਏ ਦੇ ਨੋਟਾਂ ਦੇ ਹਾਰ ਦੇ ਨਾਲ ਬਾਬਾ ਜੀ ਨੇ ਸਨਮਾਨ ਕੀਤਾ। ਅੱਜ ਸਾਡੇ ਵਿੱਚ ਮਹਾਂਪੁਰਸ਼ ਬਾਬਾ ਹਰਨੇਕ ਸਿੰਘ ਜੀ ਨਾਨਕਸਰ ਵਾਲੇ ਵੀ ਪੁੱਜ
ਪੁੱਜੇ ਹੋਏ ਹੈ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਲਓ ਸਾਹਮਣੇ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਭਾਗਪੁਰ ਗਗੜੇ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਨਾਲ ਤੋਤਾ ਸਿੰਘ ਵਾਲਾ ਇਹਨਾਂ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ। ਇੱਕ ਪਾਸੇ ਆ ਗੁਰਮੀਤ ਸਿੰਘ ਹੈ ਖੇਡ ਮੈਦਾਨ ਦੇ ਵਿੱਚ ਪੁਰਾਣੇ ਵਾਲੇ ਪਿੰਡ ਦਾ। ਲਓ ਸਾਹਮਣੇ ਗੁੱਟ ਫੜ ਕੇ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਕਬੱਡੀ ਬਿੱਲੂ ਦੀ ਹੈ, ਜਾਫੀ ਚਾਰ ਹੈ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਜਾਂ ਕੋਈ ਤਕੜਾ ਨਹੀਂ ਸਿੱਧਾ ਜੰਮ ਦਿੰਦਾ। ਜਿਹੜਾ ਰਾਤੋ ਰਾਤ ਬੰਦਾ ਫਿਰਦਾ ਬਾਨੂ ਸਟਾਰ ਤੇ ਉਹ ਬੰਦਾ ਰਹਿੰਦਾ ਨੀ ਕਿਸੇ ਕੰਮ ਦਾ। ਨੀਲਾ ਵਾਲਾ ਮੋੜਾ ਗੱਲ ਸੱਚ ਲਿਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ, ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ। ਅਗਲੀਆਂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਨਾ ਇੱਕ ਪਾਸੇ ਨਿੱਕਾ ਕਹਿੰਦੇ ਵੀ ਪੁਰਾਣੇ ਵਾਲੇ ਪਿੰਡ ਦਾ ਚੁਗਾਵਾਂ ਪਿੰਡ ਦੇ ਲਈ ਇਸ ਨੌਜਵਾਨ ਪ੍ਰੀਤਮ ਸਿੰਘ ਨੇ ਬੜੇ ਲੰਬੇ ਸਮੇਂ ਦੇ ਲਈ ਕਬੱਡੀ ਖੇਡੀ ਹੈ ਤੇ ਅੱਜ ਕੱਲ ਆਪਣੇ ਪਿੰਡ ਦੇ ਲਈ ਖੇਡਦਾ। ਹਾਂਜੀ ਚੱਲ ਵੀ ਪ੍ਰੀਤਮ ਨੌਜਵਾਨਾਂ ਪਾ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਮਾਰੀ ਆ ਬਹੁਤਾ ਥਾਪੀ। ਗੁਰਚਾਰ ਸਿੰਘ ਸਨੇਹ ਬਹੁਤਾ ਸਿੰਘ ਵਾਲਾ ਤੇ ਗਗੜਾ ਇਹ ਟੀਮਾਂ ਨੂੰ ਦੇ ਦਿਓ। ਹਾਂਜੀ ਭਾਗਪੁਰ ਗਗੜਾ ਤੇ ਤੋਤਾ ਸਿੰਘ ਵਾਲਾ ਦੋਨੇ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਮੇਰੇ ਵੀਰ। ਆਹ ਦੇਖਦੇ ਵੀ ਪ੍ਰੀਤਮ ਨੌਜਵਾਨ ਪੁਆਇੰਟ ਲੈ ਕੇ ਵਾਪਸ ਪਰਤਦਾ। ਚੱਲ ਵੀ ਨੌਜਵਾਨਾਂ ਸੋਨੀ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਅਗਲੀ ਕਬੱਡੀ ਪੈਣ ਜਾ ਰਹੀ ਹੈ ਕਿ ਘਰ ਦਾ ਜੋਗੀ ਸਿੱਧ ਨਹੀਂ ਹੁੰਦਾ ਬਾਹਰ ਦਾ ਸਿੱਧ ਕਹਾਉਂਦਾ। ਦੇਖ ਕੰਮ ਜਾਪੀਆਂ ਜਮਾਨਾ ਕਿੱਥੋਂ ਸੁੱਖ ਮਨਾਉਂਦਾ, ਲੰਗਿਆਣੀਆਂ ਜੋਧਿਆਂ ਚੋਬਾ ਲਾਉਂਦੇ ਥੱਕਦੇ ਨੀ, ਜਦ ਗੁੱਡੀ ਚਾਂਚੇ ਅੰਮ੍ਰਿਤ ਲੋਕ ਸਲਾਉਂਦੇ ਥੱਕਦੇ ਨੀ। ਆਹ ਦੇਖਦੇ ਵੀ ਨੌਜਵਾਨੀ ਵਧੀਆ ਆਸਾਨ ਜੀ ਕੋਸ਼ਿਸ਼ ਕਰਕੇ ਪੁਆਇੰਟ ਜਿਹੜਾ ਸਮੇਂ ਪੁਰਾਣੇ ਵਾਲੇ ਦੀ ਟੀਮ ਦੇ ਖੰਤ ਵੀ ਜੋੜਿਆ ਹੈ। ਲਓ ਪੁਰਾਣੇ ਵਾਲਾ ਜਿੱਤ ਗਿਆ, ਪੁਰਾਣੇ ਵਾਲਾ ਜਿੱਤ ਗਿਆ ਜੀ, ਨੋਟ ਕਰੋ ਪੁਰਾਣੇ ਵਾਲੇ ਦੀ ਟੀਮ ਜੇਤੂਗਾ ਬੂਟਾ ਸਿੰਘ ਜੀ ਗੇਲੇ ਵੀਰ ਨੋਟ ਕਰ ਲਓ। ਹਾਂਜੀ ਆਓ ਵੀ ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜਾ। ਬਾਬਾ ਅਵਤਾਰ ਸਿੰਘ ਜੀ ਸਾਹਮਣੇ ਬੈਠੇ ਨੇ, ਇਹਨਾਂ ਤੋਂ ਤੁਸੀਂ ਆਪਣੀ ਮਾਇਆ ਦੇ ਗੱਫੇ ਲੈ ਲਓ। ਗੁਰਦੇਵ ਸਿੰਘ ਜੀ ਆ ਸਿੱਖ ਸਰਦਾਰ ਮੁੰਡਿਆਂ ਨੂੰ ਮਾਇਆ ਦੇ ਦੋ, ਬੜੇ ਸਤਿਕਾਰ ਹੋ ਜੋ ਗੁਰਮੇਲ ਸਿੰਘ ਸੰਧੂ ਵੱਲੋਂ ਬਾਈ ਬੂਟਾ ਸਿੰਘ ਪ੍ਰੀਤਮ ਸਿੰਘ ਨੂੰ ਨਾਮ ਹੈ ਜੀ, ਆਣ ਕੇ ਲੈ ਜਾਵੇ ਗੁਰਮੇਲ ਸਿੰਘ ਸੰਧੂ ਵੱਲੋਂ। ਹੈਲੋ ਬਾਈ ਬੂਟਾ ਸਿੰਘ ਐਂਟਰੀ ਲਈ 200 ਰੁਪਏ ਦੇ ਦਿਓ। ਠੀਕ ਹੈ ਜੀ ਠੀਕ ਹੈ। ਭਾਗਪੁਰ ਗਗੜੇ ਦੀ ਟੀਮ ਸਿੰਘ ਮੁੰਡਾ ਜੀ ਪ੍ਰੀਤਮ ਸਿੰਘ ਲਓ ਦੇਖਦੇ ਹਾਂ ਮੈਚ ਬਹੁਤ ਸੋਹਣਾ ਖੇਡਿਆ ਜਾਵੇਗਾ। ਇੱਧਰ ਜਗਿੰਦਰ ਸਿੰਘ ਜਿੰਦਾ ਨੌਜਵਾਨ ਪੁੱਜਿਆ, ਸ਼ਾਹਜਹਾਂ ਦੁਬਈ ਦੇ ਵਿੱਚ ਵੀ ਇਸ ਨੌਜਵਾਨ ਦੇ ਸ਼ੋਅ ਹੋਏ ਨੇ। ਚਾਰ ਸੂਤਾ ਸੱਜਿਆ ਬਿਨਾਂ ਕਿਸੇ ਕੱਪੜੇ ਤੋਂ ਆਪਣੀ ਸਾਹ ਰੱਖ ਤੇ ਰੱਖ ਕੇ ਮੋੜਨਾ ਇਸ ਨੌਜਵਾਨ ਨੇ। ਸਾਡੇ ਗੁਰਦੁਆਰਾ ਸਾਹਿਬ ਦੇ ਗ੍ਰੰਥ ਸਿੰਘ ਬਾਬਾ ਜੀ ਵੱਲੋਂ ਅਤੇ ਗੁਰਮੇਲ ਸਿੰਘ ਵੱਲੋਂ ਪ੍ਰੀਤਮ ਸਿੰਘ ਖਿਡਾਰੀ ਨੂੰ ਸਨਮਾਨ ਕੀਤਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਸੱਜਣਾਂ ਦਾ। ਹਾਂਜੀ ਆ ਦੇਖਦੇ ਵੀ ਹਰਦੇਵ ਸਿੰਘ ਜੀ ਨਾਲ, ਲਓ ਸਾਹਮਣੇ ਦੇਖਦੇ ਵੀ ਇਸ ਸਮੇਂ ਜੋਗਿੰਦਰ ਸਿੰਘ ਜਿੰਦਾ ਸ਼ਾਹਜਹਾਂ ਦੁਬਈ ਦੇ ਵਿੱਚ ਵੀ ਸ਼ੋਅ ਹੋਏ ਨੇ ਇਸ ਨੌਜਵਾਨ ਦੇ। ਚਾਰ ਸੂਤਾ ਸਰੀਆ ਬਿਨਾਂ ਕਿਸੇ ਕੱਪੜੇ ਤੋਂ ਆਪਣੀ ਸਾਹ ਰੱਖ ਤੇ ਰੱਖ ਕੇ ਮੋੜਨਾ ਇਸ ਨੌਜਵਾਨ ਨੇ। ਤਾੜੀਆਂ ਇੱਕ ਵਾਰੀ ਜ਼ਰੂਰ ਮਾਰ ਰਹੀਆਂ ਇਸ ਨੌਜਵਾਨ ਦੀ ਕਲਾ ਦੇ ਲਈ ਮੇਰੇ ਵੀਰੋ, ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ। ਆ ਦੇਖਦੇ ਵੀ ਜੋਗਿੰਦਰ ਸਿੰਘ ਜਿੰਦਾ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਅਗਲੀਆਂ ਮਹਿਕ ਤੇ ਕਬੱਡੀਆਂ ਦੇ ਲਈ ਆਵੇਗਾ ਸਾਡਾ ਵੀਰ ਬਸੰਤ ਬਾਜਾ ਖਾਨਾ, ਬਹੁਤ ਬਹੁਤ ਧੰਨਵਾਦ ਹੈ। ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜਾ, ਬਘੇਲਾ ਤੇ ਨਿਧਾਂ ਵਾਲਾ, ਆਜ਼ਾਦ ਕਲੱਬ ਗਾਲਬ ਤੇ ਸੁਨੇਰ ਦੀਆਂ ਟੀਮਾਂ ਤਿਆਰੀ ਫੜ ਲੈਣ ਭਾਈ ਜੀ। ਟੀਮਾਂ ਆਪਣੇ ਕੋਲੇ 32 ਸੀ ਤੇ ਹੁਣ ਮਗਰੋਂ 16 ਰਹਿ ਗਈਆਂ ਆਪਣੇ ਕੋਲੇ ਧਰਮ ਸਿਆਂ।
ਹੁਣ ਜਿਹੜੇ ਨੇ 15 ਮੈਚ ਹੋਰ ਹੋਣਗੇ। ਤੋਤਾ ਸਿੰਘ ਵਾਲਾ ਤੇ ਭਾਗਪੁਰ ਗਗੜੇ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਸੈਂਟਰ ਲੈਣ ਤੇ ਆਉਣ। ਬਘੇਲਾ ਤੇ ਨਿਧਾਂ ਵਾਲਾ ਆਜ਼ਾਦ ਕਲੱਬ ਗਾਲਬ ਤੇ ਸਿਰ ਭਲੂਰ ਤੇ ਜੀਤਾ ਜੰਡੀ ਤੇ ਘੱਲ ਗਲਾਂ ਨੇ ਖੇਡਣਾ। ਡਬਰੂ ਤੇ ਮਾਣੂਕੇ ਗਿੱਲ, ਰੱਜੀ ਵਾਲਾ ਤੇ ਪੁਰਾਣੇ ਵਾਲਾ, ਘੜਕਾ ਤੇ ਮਲਕ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ ਵਿੱਚ ਆਉਣ। ਤੋਤਾ ਸਿੰਘ ਵਾਲੀ ਦੀ ਟੀਮ ਗਰਾਊਂਡ ਵਿੱਚ ਆਵੇ ਜਲਦੀ ਤੋਂ ਜਲਦੀ। ਤੋਤਾ ਸਿੰਘ ਵਾਲਾ ਆ ਬਾਈ ਜੀ ਇੱਕ ਸੱਜਣ ਹੈ ਆ ਸਰੀਆ ਆਪਦੇ ਗਲਵੇ ਦੀ ਨਗਾਉਣ ਲੱਗਾ। ਹਾਂਜੀ ਮੋੜਨਾ। ਅੱਛਾ ਜੀ ਸੋਰੀ ਜੀ ਅੰਗਰੇਜ਼ ਸਿੰਘ ਸਰਪੰਚ ਸਾਹਿਬ ਗਲਤ ਅਨਾਊਂਸ ਹੋ ਗਿਆ। ਅੰਗਰੇਜ਼ ਨੇ ਮੈਨੂੰ ਕਹਿਤਾ ਬਾਈ ਜੀ ਤਾੜੀਆਂ ਮਾਰੋ ਜੀ, ਆ ਕੰਮ ਤਾਂ ਉਹੀ ਕਰਨ ਲੱਗਾ ਜਿਹੜਾ ਮੈਂ ਕਹਿਣ ਲੱਗਾ। ਜ਼ਿੰਮੇਵਾਰ ਤੂੰ ਹੈ ਬਾਈ, ਸਾਡੀ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਨਾ ਪਿੰਡ ਦੀ ਕੋਈ ਜ਼ਿੰਮੇਵਾਰੀ ਆ ਭਰਾਵਾ। ਆ ਵੇਖੋ ਵੀ ਇੱਕ ਨੰਬਰ ਸਪੀਕਰ ਬੰਦ ਕਰੀ, ਸਰਦੇਵ ਸਿੰਘ ਸਪੀਕਰ ਬੰਦ ਕਰੀ, ਗੱਲ ਇੱਧਰ ਸੁਣ ਲੈ ਪੁਆਇੰਟ ਵਾਲੇ। ਸ਼ਾਬਾਸ਼ ਬਈ, ਕਮਾਲ ਕਰਤੀ ਬਈ, ਗਲ ਦੇ ਨਾਲ ਮੋੜ ਕੇ ਰੱਖਦਾ ਸਰ ਗਿਆ। ਬਹੁਤ ਵਧੀਆ ਖਿਡਾਰੀ ਨੇ ਪ੍ਰਦਰਸ਼ਨ ਕੀਤਾ ਜੀ, ਕਮਾਲ ਦੀ ਗੱਲ ਹੈ। ਵਾਹ ਜੀ ਕਿਆ ਬਾਤ ਹੈ, ਜਿੱਥੇ ਤੁਸੀਂ ਕਬੱਡੀ ਲੜਕਿਆਂ ਦੀ ਤੱਕ ਰਹੇ ਉੱਥੇ ਲੜਕੀਆਂ ਦਾ ਸ਼ੋਅ ਮੈਚ ਵੀ ਹੋਵੇਗਾ। ਸੋ ਟੀਮਾਂ ਦੋਨੋਂ ਪੁੱਜ ਚੁੱਕੀਆਂ। ਪਰ ਹੈਲੋ ਧਰਮ ਸਿੰਘ, ਆ ਜਿਹੜਾ ਪੂਲ ਹੈ ਨਾ ਇਹ 10:30-11 ਦੇ ਕੱਢ ਦਿਓ, ਠੀਕ ਹੈ, ਗਾਂ ਸਮਾਂ ਵੇਖ ਲਾਂਗੇ। ਓਕੇ ਸਰ, ਪਰ ਜਦੋਂ ਹੁਣ ਗੱਲ ਚੱਲਦੀ ਹੋਵੇ ਵਿੱਚ ਨਾ ਡਿਸਟਰਬ ਕਰੋ ਜੇ, ਠੀਕ ਹੈ ਜੀ, ਕਿਉਂਕਿ ਮੈਕ ਜਿਹੜੇ ਆ ਚਾਰ ਚੱਲ ਰਹੇ ਆ। ਸੋ ਆਪਾਂ ਤਾਲਮੇਲ ਦੇ ਨਾਲ ਚੱਲਣਾ ਤੇ ਤਾਂ ਕਿ ਦਰਸ਼ਕਾਂ ਨੂੰ ਸਵਾਦ ਆਵੇ ਕਬੱਡੀ ਦੇਖਣ ਦਾ ਵੀ ਤੇ ਸੁਣਨ ਦਾ ਵੀ। ਆਪਾਂ ਰਲ ਮਿਲ ਕੇ ਚੱਲਾਂਗੇ, ਤੁਸੀਂ ਠੋਲਾ ਮਾਰਨਾ ਜਦੋਂ ਸਾਡੀ ਗੱਲ ਚੱਲ ਖਤਮ ਹੋ ਗਈ ਤੁਸੀਂ ਬੋਲਣਾ, ਤੇ ਜਦੋਂ ਅਸੀਂ ਇਧਰਲੇ ਪਾਸੋਂ ਸਿਗਨਲ ਦੇਤਾ ਤੇ ਤੁਸੀਂ ਜਦੋਂ ਤੁਹਾਡੀ ਗੱਲ ਖਤਮ ਹੋ ਗਈ ਤੇ ਮਾਈਕ ਸਾਡੇ ਹਵਾਲੇ ਕਰ ਦੇਣਾ ਹੈ। ਆਪਾਂ ਰਲ ਮਿਲ ਕੇ ਜਿਹੜਾ ਸਿਸਟਮ ਹੈ ਬਹੁਤ ਪਿਆਰਾ ਵਧੀਆ ਸਿਸਟਮ ਜਿਹੜਾ ਸਿਰਜਿਆ ਜਾ ਰਿਹਾ ਹੈ। ਔਰ ਜਿੱਥੇ ਆਪਾਂ ਵੇਖ ਰਹੇ ਹਾਂ ਬਹੁਤ ਨਾਮੀ ਟੀਮਾਂ ਪੁੱਜੀਆਂ, ਉੱਥੇ ਲੜਕੀਆਂ ਦਾ ਮੈਚ ਵੀ ਖੇਡਿਆ ਜਾਣਾ ਹੈ। ਔਰ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਦਰਸ਼ਕ ਵੀਰਾਂ ਨੂੰ ਦੱਸ ਦਈਏ ਵੀ ਦੂਜੇ ਰਾਊਂਡ ਦਾ ਇਹ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਭਾਗਪੁਰ ਗਗੜੇ ਦੀ ਟੀਮ ਹੈ ਔਰ ਦੂਸਰੇ ਪਾਸੇ ਤੋਤਾ ਸਿੰਘ ਵਾਲੇ ਦੀ ਟੀਮ ਹੈ। ਇਸ ਤੋਂ ਅਗਲੇ ਮੈਚ ਦੇ ਲਈ ਬਘੇਲੇ ਵਾਲਾ ਤੇ ਨਿਧਾਂ ਵਾਲੇ ਦੀ ਟੀਮ ਜਿਹੜੀ ਕਬੱਡੀ ਪਿੰਡ ਵਾਰ ਰੋਪਣ ਦੀ ਤਿਆਰ ਆਪਣੇ ਆਪ ਨੂੰ ਤਿਆਰ ਰੱਖੇਗੀ। ਆਜ਼ਾਦ ਕਲੱਬ ਗਾਲਬ ਤੇ ਸਨੇਰ ਦੀਆਂ ਟੀਮਾਂ ਵੀ ਤਿਆਰੀ ਫੜਨਗੀਆਂ। ਔਰ ਜਿਹੜੀਆਂ ਜਿਹੜੀਆਂ ਟੀਮਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਉਹ ਟੀਮਾਂ ਸਾਰੀਆਂ ਹੀ ਆਪਣੇ ਆਪ ਨੂੰ ਤਿਆਰ ਰੱਖਣਗੀਆਂ। ਪ੍ਰਬੰਧਕ ਵੀਰ ਮੈਨੂੰ ਜ਼ਰੂਰ ਦੱਸਣਗੇ ਵੀ ਲੜਕੀਆਂ ਦਾ ਜਿਹੜਾ ਸ਼ੋਅ ਮੈਚ ਖੇਡਿਆ ਜਾਣਾ ਹੈ, ਇਹ ਆਪਾਂ ਜਿਹੜਾ ਮੈਚ ਹੈ ਵੀ ਕਦੋਂ ਸ਼ੁਰੂ ਕਰਨਾ ਹੈ। ਪ੍ਰਬੰਧਕ ਮੈਨੂੰ ਜ਼ਰੂਰ ਦੱਸਣਗੇ ਵੀ ਲੜਕੀਆਂ ਦਾ ਜਿਹੜਾ ਸ਼ੋਅ ਮੈਚ ਹੈ ਉਹ ਆਪਾਂ ਕਦੋਂ ਕਰਵਾਉਣਾ ਹੈ। 70 ਕਿਲੋ ਵਾਲੀ ਟੀਮ ਨੂੰ ਪਿੰਡ ਦੀ ਪੰਚਾਇਤ ਵੱਲੋਂ ਹਰਬੰਸ ਸਿੰਘ ਸਰਪੰਚ, ਜਗਤਾਰ ਸਿੰਘ, ਜੀਤ ਸਿੰਘ ਮੈਂਬਰ, ਗੁਲਜ਼ਾਰ ਸਿੰਘ ਜੀ, ਨਿਰਮਲ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਦੌਲਤਪੁਰਾ, ਇਹਨਾਂ ਵੱਲੋਂ 75 ਕਿਲੋ ਦੀ ਟੀਮ ਨੂੰ ਜਿਹੜਾ ਫਾਈਨਲ ਇਨਾਮ ਦਿੱਤਾ ਜਾ ਰਿਹਾ ਜੀ। ਸਟੇਜ ਦੇ ਬਿਲਕੁਲ ਸਾਹਮਣੇ ਆਪਣਾ ਇਹ ਇਨਾਮ ਲੈ ਲੈਣ, ਨਗਦ ਇਨਾਮ ਅਤੇ ਟਰਾਫੀ
ਟੂਰਨਾਮੈਂਟ ਕਮੇਟੀ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਜੀ। ਮੈਂ ਜਿਹੜਾ ਸ਼ੁਰੂ ਹੋਣ ਜਾ ਰਿਹਾ, ਭਾਗਪੁਰ ਗਗੜੇ ਦੀ ਜਿਹੜੀ ਟੀਮ ਹੈ ਇਹ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਆ ਚੁੱਕੀ ਹੈ। ਦੂਸਰੇ ਪਾਸੇ ਤੋਤਾ ਸਿੰਘ ਵਾਲ ਦੀ ਟੀਮ ਜਿਹੜੀ ਪਿੰਡ ਵਾਲੇ ਪਾਸੇ ਹੈ। ਕਲੀ ਵਾਲਾ ਵੀਰ ਕਲੀ ਜ਼ਰੂਰ ਪਾ ਦੇਵੇ। ਔਰ ਪਹਿਲੀ ਰੇਡ ਦੇ ਨਾਲ ਆਪਾਂ ਜੁੜਾਂਗੇ ਖੇਡ ਮੈਦਾਨ ਦੇ ਅੰਦਰ। ਹਰਜੀਤ ਨਾਮ ਆਇਆ ਇਸ ਖਿਡਾਰੀ ਦਾ, ਕਦੇ ਹਰਜੀਤ ਬਰਾੜ ਬਾਜੇ ਖਾਨੇ ਦੀ ਗੱਲ ਚੱਲਦੀ ਹੈ। ਕੋਈ ਤਰਸਦਾ ਮਹਿਲ ਮਨਾਰਿਆਂ ਨੂੰ, ਕੋਈ ਤਰਸੇ ਇੱਕ ਚਬਾਰੇ ਨੂੰ, ਲੱਤਾਂ ਤੋਂ ਲੰਗੜਾ ਤਰਸੇ ਦੁਨੀਆਂ ਚ ਇੱਕ ਸਹਾਰੇ ਨੂੰ, ਇੱਕ ਤਰਸੇ ਭੈਣ ਭਰਾ ਤੇ ਮਾਂ ਤਰਸੇ ਪੁੱਤਰ ਪਿਆਰੇ ਨੂੰ, ਦਿਲ ਤਰਸਦਾ ਏ ਦਿਲ ਤਰਸਦਾ ਏ, ਆਏ ਹਰਜੀਤ ਤੇਰੇ ਇੱਕ ਦਦਾਰੇ ਨੂੰ, ਆਏ ਹਰਜੀਤ ਤੇਰੇ ਇੱਕ ਦਦਾਰੇ ਨੂੰ। ਹਰਜੀਤ ਨੂੰ ਜੱਫਾ ਲਾਇਆ ਕਾਕੇ ਗਗੜੇ ਵਾਲੇ ਨੇ, ਔਰ ਕਾਕੇ ਨੇ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਔਰ ਦੂਸਰੇ ਪਾਸੇ ਆਪਾਂ ਜੁੜਦੇ ਹੈ ਗੋਲੂ ਗਗੜੇ ਦੀ ਕਬੱਡੀ ਦੇ ਨਾਲ। ਔਰ ਸਾਹਮਣੇ ਗੋਲੂ ਇਸ ਵੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਜ ਚੁੱਕੇ ਹੈ। ਦਗਦੇ ਚਿਹਰੇ ਫੜਕਣ ਡੋਲੇ, ਅਣਖੀ ਸ਼ੇਰ ਦਲੇਰਾਂ ਦੇ, ਹਰ ਥਾਂ ਚਰਚੇ ਹੁੰਦੇ ਰਹਿਣ ਪੰਜਾਬੀ ਸ਼ੇਰਾਂ ਦੇ। ਲਓ ਵਾਕਈ ਚਰਚੇ ਇਹਨਾਂ ਖਿਡਾਰੀਆਂ ਦੇ। ਔਰ ਦੇਖਦੇ ਆ ਵੀ ਗੋਲੂ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ। ਚੱਲ ਵੀ ਬੂਟਾ ਸਿੰਘ ਹੈ, ਪਾ ਵੀ ਰੇਡ ਨੌਜਵਾਨ ਹੈ। ਆਪਾਂ ਬੂਟੇ ਦੀ ਕਬੱਡੀ ਦੇ ਨਾਲ ਫੇਰ ਜੁੜਦੇ ਹੈ ਵੀ ਸਾਹਮਣੇ ਇੱਕ ਮਾਨੂ ਕੇ ਗਿੱਲ ਦੀ ਧਰਤੀ ਦਾ ਬੂਟਾ, ਪ੍ਰਸਿੱਧ ਕਬੱਡੀ ਦਾ ਖਿਡਾਰੀ ਹੈ। ਆਪਾਂ ਜਿਹੜਾ ਦੇਖ ਰਹੇ ਹਾਂ ਵੀ ਆਹ ਬੂਟਾ ਤੋਤਾ ਸਿੰਘ ਵਾਲ ਦੀ ਧਰਤੀ ਦਾ, ਔਰ ਗਗੜੇ ਵਾਲਾ ਬਿੱਲਾ ਪੂਰੀ ਕੋਸ਼ਿਸ਼ ਕਰ ਰਿਹਾ, ਖੁੱਚ ਪੱਟੀ ਢਾ ਕੇ ਛਾਤੀ ਤੇ ਬਹਿ ਗਿਆ ਕਿ ਰੱਬਾ ਛਾਤੀ ਮੇਰੀ ਗੁੰਦਵੀ ਹੋ ਜੇ ਤੇ ਬੱਬਰ ਸ਼ੇਰ ਜੀ ਹੋ ਜੇ ਮੇਰੀ ਚਾਲ, ਲੱਲੀਆਂ ਦਾ ਸੰਦੀਪ ਮੈਂ ਬਣ ਜਾਂ ਜਾਂ ਬਣ ਜਾਂ ਗੁਰਲਾਲ, ਰੱਬਾ ਛਾਤੀ ਮੇਰੀ ਗੁੰਦਵੀ ਹੋ ਜੇ ਤੇ ਬੱਬਰ ਸ਼ੇਰ ਜੀ ਹੋ ਜੇ ਮੇਰੀ ਚਾਲ। ਲਓ ਟੇਕਿਆ ਧਰਤੀ ਮਾਂ ਨੂੰ ਮੱਥਾ, ਧਰਮ ਕੋਟੀਆਂ ਕਹਿੰਦੇ ਵੀ ਇਹ ਲੱਖਾ ਹੈ ਮੇਰੇ ਵੀਰਿਓ। ਜਦੋਂ ਮੋਗੇ ਤੋਂ ਨਕੋਦਰ ਨੂੰ ਜਾਂਦੇ ਹੈ ਤੇ ਰਸਤੇ ਵਿੱਚ ਧਰਮ ਕੋਟ ਪੈਂਦਾ ਹੈ। ਲਓ ਸਾਹਮਣੇ ਧਰਮ ਕੋਟੀਆ ਲੱਖਾ ਅੰਕ ਆਪਣੀ ਟੀਮ ਦੇ ਹਿੱਸੇ ਜੋ ਲਾਇਆ। ਅਗਲੀ ਮੈਕ ਦੀ ਗੱਲ ਮੇਰੇ ਸਾਥੀ ਕਮੈਂਟੇਟਰ ਸਾਂਝੀ ਕਰਨਗੇ। ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ, ਇਸ ਸਮੇਂ ਹਰਜੀਤ ਤੋਤਾ ਸਿੰਘ ਵਾਲੇ ਦਾ ਕਬੱਡੀ ਕਬੱਡੀ ਕਰਦਾ ਹੋ ਜਾਂਦਾ। ਲਓ ਸਾਹਮਣੇ ਚਾਰ ਜਾਫੀ ਗਗੜੇ ਪਿੰਡ ਦੇ ਨੇ। ਲਓ ਸਾਹਮਣੇ ਕਨੀ ਤੇ ਬਿੱਲਾ ਗਗੜੇ ਦੀ ਭੱਤੀ ਦਾ, ਲਓ ਕਾਕਾ ਇੱਕ ਕਨੀ ਤੇ ਹੈ। ਲਓ ਸਾਹਮਣੇ ਹਰਜੀਤ ਦੀ ਪਾਈ ਹੋਈ ਕਬੱਡੀ ਹੈ ਕਿ ਆ ਜਾਂਦਾ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ, ਜਦ ਪਾਉਂਦਾ ਕੋਈ ਧਾਵੀ ਰੇਡ ਮੱਥਾ ਟੇਕ ਕੇ, ਜਦ ਲੱਗ ਜਾਂਦਾ ਸੋਹਣਾ ਜਿਹਾ ਜੱਫਾ ਤੇ ਪੰਜਾਬੀ ਪੈਂਦੇ ਨੱਚ। ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ, ਇਹ 16 ਆਨੇ ਸੱਚ। ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ, ਇਹ 16 ਆਨੇ ਸੱਚ। ਮਿੱਤਰੋ ਤੇ ਪੁਆੜਾ ਸਮੇਂ ਤੋਤਾ ਸਿੰਘ ਵਾਲੀ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਸਾਡਾ ਵੀਰ ਬਲਵਿੰਦਰ ਸਿੰਘ ਗੁਰਾ ਸਿੰਘ ਪਿੰਡ ਕੰਡਿਆਲ ਤੋਂ ਅੱਖਾਂ ਤੋਂ ਮਨਾਖਾ, ਉਹ ਵੀਰ ਸਾਨੂੰ ਸ਼ੀਸ਼ੇ ਦੇ ਲਈ ਪੱਗ ਬੰਨ ਕੇ ਵਿਖਾਵੇਗਾ। ਸ਼ੀਸ਼ੇ ਤੋਂ ਬਗੈਰ ਸ਼ੀਸ਼ੇ ਤੋਂ ਪੱਗ ਬੰਨ ਕੇ ਵਿਖਾਵੇਗਾ, ਉਹ ਤੋਂ ਵੀ ਮਾਣ ਸਨਮਾਨ ਕਰਨਾ ਹੈ। ਬਹੁਤ ਬਹੁਤ ਧੰਨਵਾਦ ਹੈ। ਇਹ ਸਰਦਾਰੀ ਤੇ ਜਿੱਦਾਂ ਗੱਲ ਤੁਰਦੀ ਹੈ ਵੀ ਦਸਤਾਰ ਦੇ ਨਾਲ ਸਰਦਾਰੀ ਹੈ ਕਿ ਯਾਰੀ ਇੱਕ ਨਾਲ ਸਰਦਾਰੀ ਇੱਕ ਨਾਲ। ਲਓ ਸਾਹਮਣੇ ਆਪਾਂ ਵੇਖਦੇ ਹੈ ਵੀ ਇਸ ਸਮੇਂ ਜਿਹੜੀ ਕਬੱਡੀ ਬੂਟੇ ਨੇ ਪਾਈ ਹੈ, ਔਰ ਦੂਸਰੇ ਪਾਸੇ ਗਗੜੇ ਵਾਲਾ ਪੂਰੀ ਕੋਸ਼ਿਸ਼ ਕਰਦਾ ਪਰ ਅੰਕ ਜਿਹੜਾ ਧਾਬੀ ਦੇ ਹਿੱਸੇ ਹੈ। ਰਾਣਾ ਸਿੰਘ ਜੀ ਸਾਡੇ ਡੇਰਾ ਸ਼੍ਰੀ ਰਾਮ ਟੱਲਾ ਮਲੂਕਾ ਦੇ ਹਿੱਟ ਗ੍ਰੰਥੀ ਨੇ,
ਕਾਫੀ ਮਾਣ ਸਨਮਾਨ ਕਮੈਂਟਰੀ ਤੋਂ ਖੁਸ਼ ਹੋ ਕੇ ਕਰ ਗਏ ਹੈ। ਇਸੇ ਤਰ੍ਹਾਂ ਹੀ ਸਾਡੇ ਵੀਰ ਸਿਮਰਨਜੀਤ ਸਿੰਘ ਜੀ ਭੋਲਾ ਜੋ ਮੀਤ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੋਗੇ ਦੇ, ਉਹ ਵੀ 100 ਰੁਪਏ ਦੇ ਮਾਣ ਸਨਮਾਨ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ। ਲਓ ਗੁਰਵਿੰਦਰ ਨੇ ਕਬੱਡੀ ਪਾਈ ਹੈ ਔਰ ਅੰਕ ਵੀ ਗੁਰਵਿੰਦਰ ਦੇ ਹਿੱਸੇ ਹੈ ਕਿ ਕਿਸੇ ਪੰਜਾਬੀ ਨੇ ਸੋਚਿਆ ਨਹੀਂ ਹੋਣਾ ਇਸ ਖੇਡ ਤੇ ਵੀ ਚੰਗੇ ਦਿਨ ਆਉਣਗੇ ਜੀ। ਇਹਦਾ ਨਾਮ ਕਰੋੜਾਂ ਦੇ ਵਿੱਚ ਹੋਜੂ, ਟੀਵੀ ਚੈਨਲਾਂ ਤੇ ਮੈਚ ਦਿਖਾਉਣਗੇ ਜੀ। ਪਹਿਲਾਂ ਜਾਂਦੇ ਸੀ ਪੰਜਾਬ ਤੋਂ ਖੇਡਣ ਵਿਦੇਸ਼ਾਂ ਵੱਲ, ਹੁਣ ਵਿਦੇਸ਼ਾਂ ਤੋਂ ਪੰਜਾਬ ਨੂੰ ਆਉਣਗੇ ਜੀ। ਪਧਾਉਣ ਵਾਲਿਆ ਪੰਜਾਬੀਆਂ ਜਿੱਦ ਫੜ ਲਈ, ਕ੍ਰਿਕਟ ਬਰਾਬਰ ਕਬੱਡੀ ਨੂੰ ਬਿਠਾਉਣਗੇ ਜੀ, ਕ੍ਰਿਕਟ ਬਰਾਬਰ ਕਬੱਡੀ ਨੂੰ ਬਿਠਾਉਣਗੇ ਜੀ। ਕਿਉਂ ਜੀ ਗੁਰਦੇਵ ਸਿੰਘ ਜੀ, ਅੱਜ ਜਿਹੜੀ ਕ੍ਰਿਕਟ ਦੇ ਬਰਾਬਰ ਕਬੱਡੀ ਦੀ ਗੱਲ ਤੁਰਦੀ ਹੈ, ਕਰੋੜਾਂ ਵਿੱਚ ਨਾਮ ਹੈ, ਟੀਵੀ ਚੈਨਲਾਂ ਤੇ ਮੈਚ ਦਿਖਾਏ ਜਾ ਰਹੇ ਹੈ, ਔਰ ਮੈਂ ਇੱਕ ਵਾਰ ਤੁਹਾਡੇ ਹਵਾਲੇ ਕਰਨ ਜਾ ਰਿਹਾ ਹਾਂ ਜੀ। ਬਹੁਤ ਧੰਨਵਾਦ ਕਮਾਂਡਰ ਵੀਰਾਂ ਦਾ, ਜਿਹੜੇ ਪਾਸੇ ਆਸੇ ਨਗਰਾਂ ਦੇ ਵਿੱਚ ਵੀ ਮੈਨੂੰ ਪਤਾ ਹੈ ਵੀ ਟੂਰਨਾਮੈਂਟ ਹੋ ਰਹੇ ਹੈ, ਪਰ ਇਹ ਉਹਨਾਂ ਨਗਰਾਂ ਨੂੰ ਛੱਡ ਕੇ ਸਾਡੀ ਪੁਰਾਣੀ ਸਾਂਝ, ਸਾਡੇ ਪਿੰਡ ਨਾਲ ਪੁਰਾਣੀ ਸਾਂਝ ਰੱਖਦੇ ਹੋਏ ਪਿੰਡ ਸੱਦਾ ਸਿੰਘ ਵਾਲਾ ਵਿਖੇ ਪਹੁੰਚਿਆ। ਇਹ ਗੱਲਾਂ ਬਾਈ ਜੀ ਗਾਂਹ ਵਾਸਤੇ ਯਾਦ ਰਹਿ ਜਾਂਦੀਆਂ, ਨਹੀਂ ਤਾਂ ਕਮਾਂਡਰ ਵੀਰ ਜਿੱਧਰ ਨਾਮ ਵੱਧ ਹੁੰਦੇ ਆ ਜਾਂ ਜਿਹੜੇ ਪਿੰਡਾਂ ਦੇ ਵਿੱਚ ਟੀਮਾਂ ਵੱਧ ਅਕੈਡਮੀਆਂ ਜਾਣੀਆਂ ਹੁੰਦੀਆਂ, ਇਹ ਸਾਡੇ ਛੱਡ ਕੇ ਉੱਧਰ ਨੂੰ ਉੱਠ ਜਾਂਦੇ ਆ, ਪਰ ਇਹ ਸਾਡੇ ਨਗਰ ਸੱਦਾ ਸਿੰਘ ਵਾਲਾ ਵਿਖੇ ਆਏ ਆ। ਇਹਨਾਂ ਕਮੈਂਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਨੂੰ। ਗੁਰਦੇਵ ਸਿੰਘ ਜੀ, ਬੰਦਾ ਆਪਣੇ ਤੀਤ ਨਾਲ ਜੁੜਿਆ ਰਹੇ ਤਾਂ ਗੱਲ ਵਧੀਆ ਰਹਿੰਦੀ ਹੈ। ਲਓ ਸਾਹਮਣੇ ਆਪਾਂ ਕਬੱਡੀ ਦੇ ਨਾਲ ਜੁੜਦੇ ਹਾਂ ਵੀ ਬੂਟੇ ਨੇ ਕਬੱਡੀ ਪਾਈ ਹੈ, ਉਧਰ ਗੁੱਟ ਫੜ ਕੇ ਕੈਂਚੀ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਅੰਕ ਬੂਟੇ ਦੇ ਹਿੱਸੇ ਹੈ। ਗੁਰਵਿੰਦਰ ਬਰਾੜ ਮੇਰੀ ਜ਼ਿੰਦਗੀ ਦਾ ਪਰਮ ਮਿੱਤਰ ਹੈ, ਜਿੱਥੇ ਸਿੰਗਰ ਵਧੀਆ ਉੱਥੇ ਰਾਈਟਰ ਵਧੀਆ, ਜਿਹਨੇ ਲਿਖਿਆ ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ। ਹਾਂਜੀ, ਆਹ ਇੱਕ ਸਿੰਘ ਹੈ, ਇਹ ਅੱਖਾਂ ਤੋਂ ਮਨਾਖਾ ਹੈ ਵਿਚਾਰਾ, ਸਟੇਜ ਦੇ ਮੂਹਰੇ ਪੱਗ ਦੀ ਅਹਿਮੀਅਤ ਬਾਰੇ ਆਪਾਂ ਨੂੰ ਦੱਸ ਰਿਹਾ ਹੈ ਕਿ ਅੱਖਾਂ ਨਾ ਹੋਣ ਦੇ ਬਾਵਜੂਦ ਇਹ ਬੰਦਾ ਫੇਰ ਵੀ ਬਗੈਰ ਅੱਖਾਂ ਤੋਂ ਕਿੰਨੀ ਸੋਹਣੀ ਪੱਗ ਸਜਾ ਰਿਹਾ ਸਟੇਜ ਦੇ ਸਾਹਮਣੇ, ਨਾਲੇ ਪੱਗ ਦੀ ਸ਼ਾਨ ਉੱਚੀ ਕਰ ਰਿਹਾ। ਇਹ ਸਿੰਘ ਦਾ ਬਹੁਤ ਧੰਨਵਾਦ ਜੀ ਕਮੇਟੀ ਵੱਲੋਂ। ਸਾਡੇ ਰਿੰਪੀ ਬਰਾੜ ਵੱਲੋਂ ਕਰਮ ਰੈਫਰੀ ਦੇ ਲਈ 100 ਰੁਪਏ ਦੇ ਮਾਣ ਸਨਮਾਨ ਹੋਏ ਨੇ। ਲਓ ਸਾਹਮਣੇ ਅਸਮੇ ਬੂਟਾ ਕਬੱਡੀ ਕਬੱਡੀ ਕਰਦਾ ਹੋਇਆ ਤੋਤਾ ਸਿੰਘ ਵਾਲਾ ਪਿੰਡ ਹੈ। ਲਓ ਚਾਰ ਜਾਫੀ ਗਗੜੇ ਪਿੰਡ ਦੇ ਨੇ ਕਿ ਮਾੜਾ ਖੇਡ ਕੇ ਹੁੰਦਾ ਸਦਾ ਤਗੜਾ, ਕਿ ਸਿੱਧਾ ਨਹੀਂ ਕੋਈ ਤਗੜਾ ਜੰਮਦਾ, ਕਿ ਰਾਤਾਰ ਸੂਬਾ ਸਿੰਘ ਜੀ ਦੌਲਤਪੁਰਾ ਉੱਚਾ ਉਹ ਵੀ ਗਰਾਊਂਡ 'ਚ ਪਹੁੰਚੇ ਹੈ, ਟੂਰਨਾਮੈਂਟ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। ਸੂਬਾ ਸਿੰਘ ਦੌਲਤਪੁਰਾ ਉੱਚਾ, ਸਰਦਾਰ ਬੂਟਾ ਸਿੰਘ ਜੀ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮੈਂਬਰ ਨੇ ਜ਼ਿਲ੍ਹਾ ਪ੍ਰੀਸ਼ਦ, ਉਹ ਵੀ ਸਾਰੇ ਦਰਮਿਆਨ ਪੁੱਜੇ ਨੇ। ਲਓ ਸਾਹਮਣੇ ਧਰਮਕੋੜੀਆ ਲੱਖਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਮਸਤਾ ਦੇ ਨਾਂ ਨਾਲ ਜਮਾਨਾ ਇਹ ਪੁਕਾਰਦਾ ਕਿ ਗੁੰਦਿਆ ਸਰੀਰ ਮੁੰਡਾ ਤੇਜ ਰਫਤਾਰ ਦਾ ਕਿ ਚੋਟੀ ਦੀਆਂ ਜਾਫੀਆਂ ਤੋਂ ਆਉਂਦਾ ਨਹੀਂ ਇਹ ਲੋਟ, ਨਾ ਲੱਖਾ ਤੇ ਪਿੰਡ ਹੈ ਧਰਮਕੋਟ, ਨਾ ਹੈ ਲੱਖਾ ਤੇ ਪਿੰਡ ਹੈ ਧਰਮਕੋਟ ਤੇ ਪੜ ਸਮੇਂ ਗਗੜੇ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਚਲੋ ਜੀ ਬਸੰਤ ਸਾਜ ਆਖਣ ਲਈ ਵਾਹ। ਇੱਕ ਪਾਸੇ ਗੱਲ ਜੇ ਕਰਦੇ ਤੇ ਕਬੱਡੀ ਦੇ ਕ੍ਰਿਸ਼ਮੇ ਦੀ ਗੱਲ ਹੁੰਦੀ ਹੈ, ਕਿਉਂਕਿ ਹਰਜੀਤ ਬਰਾੜ ਕਬੱਡੀ ਦਾ ਕ੍ਰਿਸ਼ਮਾ ਹੀ ਸੀਗਾ, ਔਰ ਮੇਰੇ ਵੀਰੋ ਆਹ ਖਿਡਾਰੀ ਦਾ ਨਾਮ ਵੀ ਹਰਜੀਤ ਹੈ, ਔਰ ਦੂਸਰੇ ਪਾਸੇ ਕਾਕਾ ਗਗੜੇ ਵਾਲਾ ਮਾਰ ਛਾਤੀ ਤੱਫਾ ਘਰੋਂ ਬਾਹਰ ਕਰਦਾ ਹੋਇਆ, ਔਰ ਵੱਜਦੇ ਆ ਤੱਫੇ ਮੁਕਾਬਲਾ ਏ ਜੋਰਾਂ ਤੇ, ਖੇਡਦੇ ਕਬੱਡੀ ਮੁੰਡੇ ਪੱਟਾਂ ਦੇ ਆ ਜੋਰਾਂ ਤੇ,
ਖੇਡਦੇ ਕਬੱਡੀ ਮੁੰਡੇ ਪੱਟਾਂ ਦੇ ਆ ਜ਼ੋਰਾਂ ਤੇ। ਉਧਰ ਦਸਤਾਰ ਦੀ ਗੱਲ ਹੈ, ਸਾਡੇ ਵੀਰ ਜੀ ਅੱਖਾਂ ਤੋਂ ਮਨਾਖੇ, ਇੱਕ ਵਾਰੀ ਜ਼ੋਰਦਾਰ ਤਾੜੀ ਜ਼ਰੂਰ ਮਾਰ ਦਿਓ ਸਾਡੇ ਵੀਰ ਦੇ ਲਈ। ਔਰ ਮੇਰੇ ਵੀਰਿਓ ਇਹ ਦਸਤਾਰ ਦਸਤਾਰ ਦੇ ਲਈ ਗੁਰਦੇਵ ਸਿੰਘ ਜੀ ਕਿੰਨੇ ਸਿਰ ਲੱਗੇ ਹੈ, ਇਹ ਸਾਡੀ ਸਿੱਖ ਕੌਮ ਜਾਣਦੀ ਹੈ। 9 ਤੇ 7 ਸਾਲ ਦੇ ਬੱਚੇ ਜਿਹੜੇ ਨੀਹਾਂ 'ਚ ਚਿਣਾਏ ਗਏ ਹੈ, ਔਰ ਮੇਰੇ ਵੀਰਿਓ ਫੇਰ ਜਾ ਕੇ ਸਰਦਾਰੀ ਮਿਲੀ ਹੈ। ਔਰ ਇਹ ਸਰਦਾਰੀ ਜਿਹੜੀ ਹੈ ਅੱਜ ਤੁਹਾਡੇ ਸਾਹਮਣੇ ਅੱਖਾਂ ਤੋਂ ਮਨਾਖਾ, ਭਾਵੇਂ ਸਾਡਾ ਵੀਰ ਉਧਰ ਸਰਗਾ ਮੋੜਿਆ। ਆਪਾਂ ਧੰਨਵਾਦ ਕਰਦੇ ਹਾਂ। ਕਿਹੜੀ ਟੀਮ ਜੇਤੂ ਹੈ ਜੀ ਇਸ ਮੁਕਾਬਲੇ ਚੋਂ? ਗਗੜੇ ਦੀ ਟੀਮ ਜੇਤੂ ਹੈ ਜੀ, ਨੋਟ ਕਰ ਲਓ ਗਗੜਾ। ਆਓ ਜੀ ਅਗਲੀਆਂ ਟੀਮਾਂ ਨਿਧਾ ਵਾਲਾ ਤੇ ਬਘੇਲਾ ਤੇ ਨਿਧਾ ਵਾਲੀਆਂ ਟੀਮਾਂ ਹੁਣ ਗਾਉਣ ਵਿੱਚ, ਨਿਧਾ ਵਾਲਾ ਤੇ ਬਘੇਲਾ, ਨਿਧਾ ਵਾਲਾ ਤੇ ਬਘੇਲੇ ਦੀਆਂ ਟੀਮਾਂ ਨੂੰ ਬੇਨਤੀ ਆਓ ਸੈਂਟਰ ਲੈਣ ਤੇ। ਇਕਬਾਲ ਕਲੱਬ ਗਾਲਬ ਤੇ ਸਨੇਰ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਇਸ ਪੱਗ ਦੀ ਸ਼ਾਨ ਨੂੰ ਮੁੱਖ ਰੱਖਦਿਆਂ ਹੋਇਆ ਸਰਦਾਰ ਬੂਟਾ ਸਿੰਘ ਜੀ ਗਿੱਲ ਦੌਲਤਪੁਰਾ ਉੱਚਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਜਿਹੜੇ, ਉਹਨਾਂ ਵੱਲੋਂ 100 ਰੁਪਏ ਦਾ ਇਨਾਮ ਇਸ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਇਸ ਪੱਗ ਦੀ ਸ਼ਾਨ ਦੇ ਵਿੱਚ ਸਰਦਾਰ ਬੂਟਾ ਸਿੰਘ ਗਿੱਲ ਵੱਲੋਂ ਜੀ। ਆਓ ਜੀ ਦੋਨੋਂ ਟੀਮਾਂ, ਰਾਜੂ ਤੋਂ ਚਾਬੀ ਲੈ ਜਾਏ, ਜਸਵੰਤ ਸਿੰਘ ਦਾ ਭਾਣਜਾ ਰਾਜੂ ਤੋਂ ਅੰਗਰੇਜ਼ ਸਿੰਘ ਦੇ ਲੜਕੇ ਤੋਂ ਚਾਬੀ ਲੈ ਜਾਏ ਮੋਟਰਸਾਈਕਲ ਦੀ। ਆਓ ਜੀ ਦੋਨੋਂ ਟੀਮਾਂ ਸੈਂਟਰ ਲੈਣ ਤੇ, ਬਘੇਲੇ ਤੇ ਨਿਧਾ ਵਾਲੇ ਦਾ ਮੈਚ ਸਟਾਰਟ ਹੋ ਜਾ ਰਿਹਾ ਹੈ। ਨਿਧਾ ਵਾਲੀ ਦੀ ਟੀਮ ਹੋ ਗਈ ਹੈ ਸੜਕ ਵਾਲੀ ਸਾਈਡ ਤੇ ਪਿੰਡ ਵਾਲੀ ਸਾਈਡ ਟੀਮ ਹੋ ਗਈ ਹੈ ਬਘੇਲਾ। ਇਹ ਪੁਆਇੰਟਾਂ ਵਾਲਾ ਵੀ ਨੋਟ ਕਰ ਲਵੇ। ਲਓ ਜੀ ਮਾਰੂ ਬਿਸਰਾ ਤੇ ਮੈਚ ਸਟਾਰਟ ਕਰਤਾ ਜਾਵੇ। ਲਓ ਜੀ ਨੋਟ ਕਰ ਲਓ, ਨਿਧਾ ਮਾਲੀ ਦੀ ਟੀਮ ਹੋ ਗਈ ਸੜਕ ਵਾਲੀ ਸਾਈਡ ਤੇ ਪਿੰਡ ਵਾਲੀ ਸਾਈਡ ਬਘੇਲੇ ਦੀ ਟੀਮ ਹੈ। ਲਓ ਸਾਹਮਣੇ ਨਾਰਾ, ਇਸ ਸਮੇਂ ਪਹਿਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਅੱਗੇ ਵਾਧਾ ਹੋਇਆ, 4 ਜਾਫੀ ਇਸ ਸਮੇਂ ਨਿਧਾ ਵਾਲੇ ਪਿੰਡ ਨੇ। ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਕਨੀ ਤੇ ਸ਼ੂਸ਼ਕ ਦੀ ਧਰਤੀ ਦਾ ਬਾਬਾ, ਲਓ ਸਾਹਮਣੇ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਨਾਰਾ ਬਘੇਲੇ ਦੀ ਧਰਤੀ ਦਾ। ਕਹ ਲਓ ਸਾਹਮਣੇ ਘਰ ਦਾ ਜੋਗੀ ਜੋਗ ਨਹੀਂ ਹੁੰਦਾ ਕਿ ਬਾਹਰਲਾ ਸਿੱਧ ਖਵਾਉਂਦਾ, ਕਿ ਕਾਮਯਾਬੀਆਂ ਦੇਖ ਜਵਾਨਾ ਕਿ ਕਿੱਥੋਂ ਸੁੱਖ ਮਨਾਉਂਦਾ, ਕਿ ਲੰਗੇ ਆਣੀਆਂ ਜੋਧਿਆ ਚੋਭਾ ਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ ਜੇ ਅੰਮ੍ਰਿਤ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ ਜੇ ਅੰਮ੍ਰਿਤ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ। ਮੈਂ ਕਿਤੇ ਬਸੰਤ ਬਾਜਾ ਖਨਾਈ। ਲਓ ਟੇਕ ਧਰਤੀ ਮਾਂ ਨੂੰ ਮੱਥਾ ਸਾਹਮਣੇ ਬੇਅੰਤ ਨਿਧਾ ਵਾਲੇ ਨੇ ਕਹਿੰਦੇ ਵੀ ਕਬੱਡੀ ਪਾਉਣੀ ਸ਼ੁਰੂ ਕੀਤੀ ਹੈ। ਅੰਬੀ ਕਲੱਬ ਮੋਗੇ ਦਾ ਬਿਹਤਰੀਨ ਧਾਵੀ ਹੈ ਸਰਦਾਰ ਮੱਖਣ ਸਿੰਘ ਜੀ, ਡੀਪੀ ਟਿਕ ਵਾਲਿਆਂ ਨੂੰ ਪੂਰੀ ਦੁਨੀਆ ਜਾਣਦੀ ਹੈ। ਉਹਨਾਂ ਦਾ ਚੰਡਿਆ ਚੇਲਾ ਬਾਲਕ ਹੈ ਇਸ ਸਮੇਂ ਕਬੱਡੀ ਪਾ ਰਿਹਾ ਹੈ। ਔਰ ਦੂਸਰੇ ਪਾਸੇ ਆਪਾਂ ਵੇਖਾਂਗੇ ਵੀ ਇਸ ਸਮੇਂ ਜਿਹੜਾ ਮੁਕਾਬਲਾ ਪੂਰਾ ਸਖ਼ਤ ਹੈ। ਰੂਪਾ ਮੇਰੇ ਵੀਰ ਬਹੁਤ ਹੀ ਤਕੜਾ ਦਫਾ ਲਾ ਕੇ ਅੰਕ ਆਪਣੀ ਟੀਮ ਵਾਸਤੇ ਜੋੜਦਾ ਆਇਆ। ਹਰਬੰਸ ਸਿੰਘ ਜੀ ਧਾਰੀਵਾਲ ਸਾਹਿਬ ਭਾਵੇਂ ਹੁਣ ਮੌਜੂਦਾ ਸਰਪੰਚ ਹੈ, ਕਲੱਬ ਦੇ ਚੇਅਰਮੈਨ ਵੀ ਹੈ, ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਭਾਵੇਂ ਮਾਂ ਦਾ ਵਿਛੋੜਾ ਪਿਆ ਪਿਛਲੇ 1-2 ਦਿਨ ਪਹਿਲਾਂ, ਪਰ ਫਿਰ ਵੀ ਕਬੱਡੀ ਦਾ ਪਿਆਰ ਹੈ, ਸਾਡੇ ਨਾਲ ਜੁੜੇ ਹੈ, ਧੰਨਵਾਦ ਕਰਦੇ ਹਾਂ ਜੀ। ਸਾਡਾ ਵੀ ਬੂਟਰ ਵਾਲੇ ਨੇ ਬੇੜ ਚੱਕਿਆ, ਉਹਦਾ ਵੀ ਵੱਧ ਤੋਂ ਵੱਧ ਮਾਣ ਸਨਮਾਨ ਕਰ ਰਹੇ ਹਾਂ, ਗੇੜੇ ਲਾ ਲਿਆ। ਚੱਲ ਵੀ ਪ੍ਰਦੀਪ ਸਿੰਘ ਪਾ ਕਬੱਡੀ,
ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਕਹਿੰਦੇ ਵੀ ਮੋਗੇ ਦੇ ਲਈ ਖੇਡਦਾ ਹੈ। ਮੱਖਣ ਚੜਿੱਕ ਉਹਨਾਂ ਦੀ ਟੀਮ ਦੇ ਲਈ ਬੱਲੇ ਬੱਲੇ ਕਰਵਾਉਣ ਵਾਲਾ ਗੱਭਰੂ ਲਓ ਸਾਹਮਣੇ ਨਿਧਾ ਵਾਲੀਆ ਪ੍ਰਦੀਪ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਹੈ। ਲਓ ਸਾਹਮਣੇ ਚਾਰ ਜਾਫੀ ਕਨੀ ਤੇ ਸੋਹਣ ਸਿਉਂ ਦਾ ਪੁੱਤ ਬਗੀਚਾ। ਲਓ ਸਾਹਮਣੇ ਕਨੀ ਤੇ ਅੱਜ ਕਹਿੰਦੇ ਬਗੇਲੇ ਦਾ ਪੁੱਤ ਬਣ ਕੇ ਖੇਡਦਾ। ਲਓ ਸਾਹਮਣੇ ਪਾਈ ਹੋਈ ਕਬੱਡੀ ਪ੍ਰਦੀਪ ਨਿਧਾ ਵਾਲੇ ਪਿੰਡ। ਲਓ ਸਾਹਮਣੇ ਸੋਹਣ ਸਿਉਂ ਦਾ ਪੁੱਤ ਇਸ ਸਮੇਂ ਕਿ ਅਮਰੂ ਤੇ ਬਗੀਚਾ ਨੇ ਕਹਿ ਰਹੇ ਜੇ ਸ਼ਰੀਰਾਂ ਦੇ ਕਿ ਰਾਹ ਬੰਦ ਕਰ ਦੇਣ ਉਹ ਵੈਰੀਆਂ ਦੇ ਤੀਰਾਂ ਦੇ ਕਿ ਅਮਰੂ ਤੇ ਬਗੀਚਾ ਨੇ ਕਹਿ ਰਹੇ ਜੇ ਸ਼ਰੀਰਾਂ ਦੇ ਤੇ ਪੁਆਇੰਟ ਇਸ ਸਮੇਂ ਬਗੇਲੇ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਇੱਕ ਤੇ ਬਸੰਤ ਬਾਜਾ ਖੰਨਾ। ਬਗੀਚਾ ਇੰਦਗੜੀ ਅੱਜ ਪੁੱਤ ਬਣ ਕੇ ਕਹਿੰਦੇ ਬਗੇਲੇ ਵਾਲ ਦਾ ਖੇਡਦਾ ਨਜ਼ਰੀ ਆ ਰਿਹਾ। ਆਹ ਖਿਡਾਰੀ ਨੂੰ ਲੰਮਾ ਅਰਸਾ ਹੋ ਗਿਆ, ਨਾਰਾ ਮੇਰੇ ਵੀਰਿਓ ਇਸ ਸਮੇਂ ਬਗੇਲੇ ਦੀ ਧਰਤੀ ਦਾ। ਲਓ ਮੁੰਡਾ ਭੱਜਾ ਜਾਂਦਾ ਓਕੇ ਬਾਏ ਸੀਜੂ, ਫੇਰ ਮਿਲਾਂਗੇ, ਨਾ ਵੀ ਮਿਲੇ ਤਾਂ ਦਿਲ ਨਹੀਂ ਛੋਟਾ ਕਰਨਾ, ਕਿਉਂਕਿ 30 ਸਕਿੰਟਾਂ ਦੀ ਕਬੱਡੀ ਹੈ। ਔਰ ਕਬੱਡੀ ਮੇਰੇ ਵੀਰੋ ਮਸ਼ਹੂਰ ਹੈ ਕਿ ਕਬੱਡੀ ਖੇਡ ਹੋ ਗਈ ਅੱਜ ਦੁਨੀਆਂ 'ਚ ਮਸ਼ਹੂਰ ਨਹੀਂ, ਜੰਮਿਆ ਹੈ ਜੋ ਵਿੱਚ ਪੰਜਾਬ ਦੇ ਕਬੱਡੀ ਖੇਡਦਾ ਹੂ ਜ਼ਰੂਰ ਨਹੀਂ, 30 ਸਕਿੰਟਾਂ 'ਚ ਫੈਸਲਾ ਨਹੀਂ ਕਰਦੇ, ਜਿਨ੍ਹਾਂ ਦੀਆਂ ਨਰੋਈਆਂ ਹੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ। ਬੇਅੰਤ ਨਿਧਾ ਵਾਲ ਦੀ ਧਰਤੀ ਦਾ ਪੁਆਇੰਟ ਲੈ ਕੇ ਵਾਪਸ ਮੁੜਿਆ। ਔਰ ਦੂਸਰੇ ਪਾਸੇ ਆਪਾਂ ਫੇਰ ਦੇਖਦੇ ਹਾਂ ਵੀ ਇਸ ਵੇਲੇ ਕਬੱਡੀ ਜਿਹੜੀ ਫੇਰ ਮੈਦਾਨ ਦੇ ਅੰਦਰ ਜਿੰਦਰੀ ਜਿੰਦਰੀ ਨਾਮ ਹੈ ਇਸ ਖਿਡਾਰੀ ਦਾ, ਛੋਟੀ ਉਮਰ ਹੈ ਪਰ ਪ੍ਰਾਪਤੀਆਂ ਵੱਡੀਆਂ ਮੇਰੇ ਵੀਰਿਓ। ਲਓ ਜਿੰਦਰੀ ਬਗੇਲੇ ਵਾਲੀਆ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ। ਉਧਰ ਲੜਕੀਆਂ ਦੀਆਂ ਟੀਮਾਂ ਵੀ ਪੁੱਜ ਚੁੱਕੀਆਂ ਕਿ ਕੁੱਖ ਚ ਧੀ ਧਰਤੀ ਚ ਪਾਣੀ, ਨਾ ਸਾਂਭੇ ਤੇ ਖਤਮ ਕਹਾਣੀ, ਨਾ ਸਾਂਭੇ ਤੇ ਖਤਮ ਕਹਾਣੀ। ਲਓ ਪ੍ਰਦੀਪ ਨਾਮ ਹੈ ਇਸ ਖਿਡਾਰੀ ਦਾ, ਇੱਕ 365.com ਵਾਲੇ ਸਾਡੀ ਜ਼ਿੰਦਗੀ ਦੇ ਮਿੱਤਰ ਹੈ ਪ੍ਰਦੀਪ ਹੋਣੀ। ਔਰ ਮੇਰੇ ਵੀਰੋ ਇੱਕ ਆਹ ਪ੍ਰਦੀਪ ਹੈ, ਉਧਰ ਰੂਪਾ ਰੂਪ ਤੇ ਬਸੰਤ ਦੀ ਗੱਲ ਗੁਰਦੇਵ ਸਿੰਘ ਤੁਰਦੀ ਹੈ, ਇਤਿਹਾਸ ਦੀ ਗੱਲ ਹੈ। ਬਸੰਤ ਤੁਹਾਡੇ ਨਾਲ ਮਾਇਕ ਤੇ ਹੈ ਤੇ ਰੂਪਾ ਜੱਫਾ ਲਾ ਰਿਹਾ, ਢਾ ਕੇ ਛਾਤੀ ਤੇ ਬਹਿ ਗਿਆ, ਮੁਕਾਬਲਾ ਸਖਤ ਹੋ ਗਿਆ। 30 ਸਕਿੰਟਾਂ ਦੇ ਕੁਝ ਪਲ ਬੀਤੇ ਹੈ, ਕੁਝ ਬਾਕੀ ਹੈ, ਹੁਣ ਪਤਾ ਲੱਗਣਾ ਹੈ ਵੀ ਲੱਖਾਂ ਦਾ ਪੁਆਇੰਟ ਕਿਹੜੀ ਟੀਮ ਨੇ ਹਿੱਸਾ ਮਾਰਿਆ। ਸ਼ਾਬਾਸ਼ ਜੀ, ਬਹੁਤ ਹੀ ਸੋਹਣੀ ਖੇਡ ਦਾ ਪ੍ਰਦਰਸ਼ਨ ਦੋਨਾਂ ਟੀਮਾਂ ਵੱਲੋਂ, ਬਹੁਤ ਬਹੁਤ ਧੰਨਵਾਦ। ਬਹੁਤ ਹੀ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੋਨਾਂ ਟੀਮਾਂ ਵੱਲੋਂ। ਜੀ ਆਇਆਂ ਨੂੰ ਬਾਈ ਜੀ, ਸਾਰਿਆਂ ਨੂੰ ਜੀ ਆਇਆਂ ਨੂੰ ਸਾਡੇ ਨਗਰ ਵੱਲੋਂ। ਲਓ ਸਾਹਮਣੇ ਨਾਰਾ ਇੱਕ ਪਾਸੇ, ਇੱਕ ਪਾਸੇ ਬਾਬਾ ਹੈ ਕਹਿੰਦੇ ਵੀ ਸ਼ੂਸ਼ਕ ਪਿੰਡ ਦਾ ਕਿ ਬੋਲ ਮਿੱਟੀ ਦਿਆ ਬਾਬਿਆ ਤੂੰ ਕਿਉਂ ਨਹੀਂ ਬੋਲਦਾ, ਬੋਲ ਮਿੱਟੀ ਦਿਆ ਬਾਬਿਆ ਤੂੰ ਕਿਉਂ ਨਹੀਂ ਬੋਲਦਾ। ਬਾਬਾ ਜਫਾ ਨਹੀਂ ਲਾ ਸਕਿਆ, ਅੰਕ ਧਾਵੀ ਦੇ ਹਿੱਸੇ ਹੈ। ਲਓ ਲੱਗੇ ਸ਼ੇਰ ਵੇਲੇ ਵਿੱਚ ਬੁੱਕਦਾ, ਖੁੱਲਾ ਕਰ ਦਿਓ ਮੈਦਾਨ, ਗੱਭਰੂ ਲੱਗਾ ਕੌਡੀ ਪਾਉਣ ਜੀ, ਇਹਨੂੰ ਜਾਣੇ ਕੁੱਲ ਜਹਾਨ, ਇਹਨੂੰ ਜਾਣੇ ਕੁੱਲ ਜਹਾਨ। ਬੇਅੰਤ ਨੂੰ ਪੂਰੀ ਦੁਨੀਆਂ ਜਾਣਦੀ ਹੈ, ਇਸੇ ਇਲਾਕੇ ਦਾ ਮਾਣ ਹੈ। ਲਓ ਸਾਹਮਣੇ ਆਵੇ ਸਾਡੇ ਨਾਲ ਤੇ ਜਾਵੇ ਕਿਸੇ ਹੋਰ ਨਾਲ। ਝੂਟ ਚੱਕਦਾ ਖਿਡਾਰੀ ਮਣੀ ਗੱਡੀ ਕੋਲੇ ਪਹੁੰਚੇ, ਉਹਨਾਂ ਦੇ ਸਾਥੀ ਡਿੱਗਦੇ ਆ। ਝੂਟ ਚੱਕਦਾ ਖਿਡਾਰੀ ਮਣੀ, ਚੱਲ ਵੀ ਨੌਜਵਾਨਾਂ ਪਾਕ ਵੱਡੀ ਬਲਵਿੰਦਰ ਨੇ ਪੱਗ ਬੰਨ ਕੇ ਭਾਈ ਉਹਦਾ ਵੀ ਵੱਧ ਤੋਂ ਵੱਧ ਮਾਣ ਸਨਮਾਨ ਕਰ। ਲਓ ਸਾਹਮਣੇ ਗਿੰਦਰੀ ਬਗੇਲੇ ਪਿੰਡ ਦਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਹੈ ਕਿ ਰੋੜਿਆਂ ਤੋਂ ਯਾਰੋ ਅੱਜ ਸਿਖਰਾਂ ਤੇ ਚਾੜਤੀ, ਕਿ ਪ੍ਰਵਾਸੀ ਵੀਰਾਂ ਨੇ ਕਰ ਮਿਹਨਤ ਇਹਦੀ ਗੁੱਡੀ ਅੰਬਰਾਂ ਤੇ ਚਾੜਤੀ, ਕਿ ਖਾਣ ਬਰਗਰ ਪੀਜੇ ਤੇ ਕਰਨ ਸਰੀਰ ਦੀ ਕੇਰ ਮਾਲਕਾ, ਕਿ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ, ਕਿ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ। ਜਲ ਵੀ ਬੇਅੰਤ ਸੇ ਪਾਪੀ ਕਬੱਡੀ ਨੌਜਵਾਨ ਹੈ ਕਿ ਸਾਨੂੰ ਅੱਡੀਆਂ ਚੁੱਕ ਜਗ ਦੇਖਦਾ,
ਸਾਡੇ ਡੌਲਿਆਂ ਦੇ ਵਿੱਚ ਜਾਨ ਹਿੱਕਾਂ ਦੇ ਵਾਂਗ ਆਕਾਸ਼ ਦੇ ਘੁੰਮੇ ਪੱਟਾਂ ਵਿੱਚ ਤੂਫਾਨ ਨਸ ਨਸ ਦੌੜਨ ਬਿਜਲੀਆਂ ਅੱਖਾਂ ਜੋ ਤੀਰ ਕਮਾਨ ਸਾਡੀਆਂ ਮਾਵਾਂ ਚਾਉਣੇ ਜੰਮਦੀਆਂ ਸੁੱਚੇ ਦੁੱਲੇ ਦੇ ਬਲਵਾਨ ਹੱਥ ਜਿਹੜੇ ਕੰਮ ਨੂੰ ਪਾਲਿਆ ਉਹਦੇ ਬਣ ਜਾਈਏ ਸੁਲਤਾਨ ਉਹਦੇ ਬਣ ਜਾਈਏ ਸੁਲਤਾਨ ਲਖਵੀਰ ਸਿੰਘ ਨਾਮ ਹੈ ਇਸ ਖਿਡਾਰੀ ਦਾ ਜਿਹਨੇ ਬੇਅੰਤ ਨਿਧਾ ਵਾਲੇ ਨੂੰ ਜਫਾ ਲਾਇਆ ਵਾਕਈ ਸੁਲਤਾਨੀ ਵਾਲੀ ਗੱਲ ਹੈ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਹੈ ਮੈਚ ਦੀ ਸਮਾਪਤੀ ਹੈ ਦੱਸਣਾ ਵੀਰ ਜੀ ਕਿਹੜੀ ਟੀਮ ਜਿੱਤ ਗਈ ਬਘੇਲੇ ਵਾਲਾ ਬਘੇਲਾ ਜਿੱਤੂ ਹੈ ਇਸ ਮੁਕਾਬਲੇ ਵਿੱਚ ਜੇਤੂ ਟੀਮ ਹੈ ਹੁਣ ਮੈਨੂੰ ਪ੍ਰਬੰਧਕ ਦੱਸਣਗੇ ਵੀ ਲੜਕੀਆਂ ਦਾ ਮੈਚ ਕਰਾਉਣਾ ਹੈ ਜਾਂ ਫਿਰ ਆਪਾਂ ਯਾਦ ਕਬੱਡੀ ਕਲੱਬ ਗਾਲਬ ਤੇ ਸੁਨੇਰ ਨੂੰ ਸੱਦੇ ਦੇਈਏ ਇਹ ਮੈਨੂੰ ਪ੍ਰਬੰਧਕ ਵੀਰ ਦੱਸਣਗੇ ਵੀ ਆਪਾਂ ਕਿਹੜੀ ਟੀਮ ਦੇ ਮੈਚ ਕਰਾਉਣੇ ਹੈ ਕਿਉਂਕਿ ਜੀ 4 ਵਜੇ ਦਾ ਆਪਾਂ 4 ਸਾਢੇ 4 ਵਜੇ ਦਾ ਟਾਈਮ ਦਿੱਤਾ ਸੀ ਆ ਲੜਕੀਆਂ ਦੇ ਮੈਚ ਦਾ ਉਹ ਫਿਰ ਇਸੇ ਤਰ੍ਹਾਂ ਆਪਾਂ ਤਾਲਮੇਲ ਦੇ ਨਾਲ ਚੱਲਣਾ ਹੈ ਉਹ ਮੈਨੂੰ ਸਾਡੇ ਪ੍ਰਬੰਧਕ ਵੀ ਦੱਸਣਗੇ ਵੀ ਆਪਾਂ ਮੈਚ ਜਿਹੜਾ ਕਬੱਡੀ ਓਪਨ ਦਾ ਕਰਾਈਏ ਜਾਂ ਫਿਰ ਲੜਕੀਆਂ ਦਾ ਸ਼ੋਅ ਮੈਚ ਕਰਾਈਏ ਹਾਂਜੀ ਸੁਲਤਾਨਪੁਰ ਬਾਬੇ ਨਾਨਕ ਦੀ ਧਰਤੀ ਹੈ ਸੋ ਟੀਮ ਨੂੰ ਬੇਨਤੀ ਹੈ ਵੀ ਮੈਦਾਨ ਦੇ ਵਿੱਚ ਪੁੱਜੇ ਸੁਲਤਾਨਪੁਰ ਦੀ ਟੀਮ ਦੂਸਰੀ ਟੀਮ ਕਿਹੜੀ ਹੈ ਜੀ ਮੈਨੂੰ ਦੱਸਿਓ ਕਿਹੜੀ ਟੀਮ ਹੈ ਜੀ ਕਪੂਰਥਲੇ ਦੀ ਟੀਮ ਆ ਗਈ ਇੱਕ ਬੱਚਿਆਂ ਦੇ ਜਿਹੜੇ ਨਾਂ ਹੈ ਮੈਂ ਕੋਚ ਸਾਹਿਬਾਂ ਨੂੰ ਬੇਨਤੀ ਕਰਾਂਗਾ ਮੈਨੂੰ ਜ਼ਰੂਰ ਦੱਸਣਗੇ ਪਿੱਛੇ ਜੇ ਭਾਈ ਆਸਾ ਰਾਮ ਨਾਲ ਥੋੜ੍ਹਾ ਜਿਹਾ ਚੱਕਰ ਪਿਆ ਸੀਗਾ ਇੱਕ ਤੁਸੀਂ ਟੀਵੀ ਚੈਨਲ ਤੇ ਦੇਖਿਆ ਨਾ ਤੇ ਇੱਕ ਰਾਮਦੇਵ ਨੇ ਥੋੜ੍ਹਾ ਜਿਹਾ ਬਿਆਨ ਦਿੱਤਾ ਸੀਗਾ ਪਰ ਉਹਨੂੰ ਥੋੜੀ ਜਿਹੀ ਸ਼ਰਮ ਨਹੀਂ ਆਈ ਮੈਂ ਗੱਲ ਠੋਕ ਵਜਾ ਕੇ ਕਹਿ ਰਿਹਾ ਨੈੱਟ ਵਾਲਾ ਸੱਜਣ ਕੈਮਰਾ ਮੇਰੇ ਤੇ ਲਾ ਮਾੜਾ ਜਾ ਉਹਨੂੰ ਇਹ ਬਿਆਨ ਦਿੱਤਾ ਕਹਿੰਦਾ ਵੀ ਔਰਤਾਂ ਨੂੰ ਮਿਲਣਾ ਨਹੀਂ ਚਾਹੀਦਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੈਨੂੰ ਜਨਮ ਦਿੱਤਾ ਉਹ ਕੌਣ ਆ ਤੇ ਜਦੋਂ ਤੇਰੇ ਦਿੱਲੀ ਖੁੰਡੇ ਪੈਂਦੇ ਸੀਗੇ ਤੈਨੂੰ ਬਚਾਇਆ ਕੀ ਨਹੀਂ ਸੀਗਾ ਔਰਤਾਂ ਵੇਚਦੇ ਗਿਆ ਤੇ ਔਰਤਾਂ ਵਾਲੇ ਲੀੜੇ ਪਾ ਕੇ ਗਿਆ ਇਹ ਔਰਤ ਮਹਾਨ ਹੈ ਬਾਬੇ ਨਾਨਕ ਨੇ ਔਰਤ ਨੂੰ ਵੱਡਾ ਦਰਜਾ ਦਿੱਤਾ ਹੈ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ ਮੈਂ ਰਾਮਦੇਵ ਦਾ ਸ਼ੇਰ ਸੁਣਾ ਰਿਹਾ ਬਾਈ ਤੁਹਾਨੂੰ ਗੱਲ ਚੰਗੀ ਲੱਗੀ ਤਾੜੀ ਮਾਰਿਓ ਨਾ ਗੱਲ ਚੰਗੀ ਲੱਗੀ ਸਰਪੰਚ ਸਾਹਿਬ ਤੇ ਨਾ ਤਾੜੀ ਮਾਰਿਓ ਪਹਿਲਾਂ ਮੈਂ ਇੱਕ ਉਦੋਂ ਪਹਿਲਾਂ ਇੱਕ ਸ਼ੇਰ ਨਵਾਂ ਸੁਣਾ ਰਿਹਾ ਕਿਉਂਕਿ ਸਾਡੀ ਮਾਤਾ ਜੀ ਵੈਸ਼ ਤੇ ਮੇਰੀ ਭੂਆ ਜੀ ਲੱਗਦੇ ਸੀਗੇ ਸਰਪੰਚ ਸਾਹਿਬ ਉਹਨਾਂ ਦੀ ਮਾਤਾ ਪ੍ਰਸਾਦ ਸਿੰਘ ਜੀ ਟਾਈਮ ਆਪਣੇ ਕੋਲੇ ਬਹੁਤ ਹੈਗਾ ਉਸ ਹਿਸਾਬ ਨਾਲ ਮੈਚ ਕਰਾਓ ਠੀਕ ਹੈ ਜੀ ਮੈਚ ਕਰਾ ਰਹੇ ਹਾਂ ਦੂਜੀ ਟੀਮ ਆ ਰਹੀ ਹੈ ਜਿੰਨੀ ਦੇਰ ਤੱਕ ਟੀਮ ਆ ਰਹੀ ਹੈ ਆਪਾਂ ਉਨੀ ਦੇਰ ਤੱਕ ਦਰਸ਼ਕਾਂ ਨੂੰ ਜੋੜ ਕੇ ਰੱਖਦੇ ਹਾਂ ਜੇ ਟੀਮ ਨਹੀਂ ਆਈ ਤਾਂ ਦੂਜੀ ਟੀਮ ਉਹਨਾਂ ਜਰ ਕਲੱਬ ਦੀ ਖੜਾ ਦਿਓ ਆ ਗਈ ਜੀ ਆ ਗਈ ਟੀਮ ਆ ਗਈ ਸੁਲਤਾਨਪੁਰ ਦੀ ਸੋ ਆਪਾਂ ਤੁਹਾਡੇ ਨਾਲ ਸ਼ੇਅਰ ਸਾਂਝਾ ਕਰਨ ਜਾ ਰਹੇ ਹਾਂ ਕਿ ਰਾਮਦੇਵ ਕਹਿੰਦਾ ਉਹਨਾਂ ਲੀਡਰਾਂ ਨੂੰ ਜੇਲ੍ਹਾਂ ਵਿੱਚ ਸੁੱਟੋ ਤੇ ਜਿਹੜੇ ਪੈਸਾ ਜਮ੍ਹਾਂ ਕਰਾਈ ਬੈਠੇ ਆ ਬਾਹਰ ਲੋਕੋ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਦੇ ਕੇ ਦੇਖੋ ਤੇ ਮੈਂ ਦੇਊਂਗਾ ਦੇਸ਼ ਦਾ ਮੂੰਹ ਮੱਥਾ ਸਵਾਰ ਲੋਕੋ ਇਹਨਾਂ ਲੀਡਰਾਂ ਨੂੰ ਮੈਂ ਤੁਹਾਡੇ ਸਾਹਮਣੇ ਨੰਗਾ ਕਰ ਦੂੰ ਤੇ ਕਰਤੂਤਾਂ ਪੜਿਓ ਵਿੱਚ ਅਖਬਾਰ ਲੋਕੋ ਸਰਪੰਚ ਸਾਹਿਬ ਕੋਲ ਲੀਡਰ ਪਤਾ ਕੀ ਕਹਿੰਦੇ ਲੀਡਰ ਕਹਿੰਦੇ ਸੁਖ ਚੈਨ ਬਰਾੜਾ ਇਹ ਸਾਡਾ ਕੀ ਵਿਗਾੜ ਤੂੰ ਤੇ ਜਿਹੜਾ ਆਪ ਹੀ ਭੱਜਣ ਲੱਗਿਆ ਸੀ ਪਾ ਕੇ ਸਲਵਾਰ ਲੋਕੋ ਤੇ ਜਿਹੜਾ ਆਪ ਹੀ ਭੱਜਣ ਲੱਗਿਆ ਸੀ ਪਾ ਕੇ ਸਲਵਾਰ ਲੋਕੋ ਸੁਲਤਾਨਪੁਰ ਦੀ ਟੀਮ ਜਲਦੀ ਪੁੱਜੇਗੀ ਸੁਲਤਾਨਪੁਰ ਦੀ ਟੀਮ ਸੁਲਤਾਨਪੁਰ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਪੁੱਜੇ ਸੋ ਇੱਕ ਮਿੰਟ ਦਾ ਸਮਾਂ ਹੈ ਸ਼ਾਮ ਨੂੰ ਆਪਾਂ ਆਸਾ ਰਾਮ ਦਾ ਬਿਲਕੁਲ ਨਵਾਂ ਕਾਰਟੂਨ ਬਣਾਇਆ ਉਹ ਤੁਹਾਡੇ ਨਾਲ ਸਾਂਝੀ ਗੱਲ ਕਰਕੇ ਜਾਊਂਗਾ ਜੇ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਜ਼ਰੂਰ ਤਾੜੀ ਮਾਰੋ ਸੁਲਤਾਨਪੁਰ ਲੜਕੀਆਂ ਦੀ ਟੀਮ ਹੈ ਸੋ ਉਹਨਾਂ ਨੂੰ ਫਿਰ ਬੇਨਤੀ ਕਰਦੇ ਹਾਂ ਵੀ ਜਲਦੀ ਪੁੱਜਣ ਮੈਦਾਨ ਦੇ ਵਿੱਚ
ਉਸ ਤੋਂ ਬਾਅਦ ਕਬੱਡੀ ਓਪਨ ਦੀਆਂ ਟੀਮਾਂ ਵੀ ਤਿਆਰ ਹਨ। ਆਜ਼ਾਦ ਕਲੱਬ ਗਾਲਬ ਤੇ ਸਨੇਰ, ਭਲੂਰ ਤੇ ਜੀਤਾ ਤੇ ਜੰਡੀ ਤੇ ਘੱਲ ਕਲਾਂ ਨੇ ਖੇਡਣਾ ਹੈ। ਡਗਰੂ ਤੇ ਮਾਨੂ ਕੇ ਗਿੱਲ, ਰੱਜੀ ਜਣਾ ਤੇ ਪੁਰਾਣੇ ਵਾਲਾ, ਘੜਕਾ ਤੇ ਮਲਕ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਾਉਣ ਵੱਲ ਆਉਣ। ਇਕਬਾਲ ਕਲੱਬ ਗਾਲਬ ਤੇ ਸਨੇਰ, ਜੇ ਲੇਟ ਹੁੰਦੀ ਹੈ ਉਹਨਾਂ ਦੇ ਓਪਨ ਦਾ ਕਰਾ ਦੇ, ਦੂਜੀ ਟੀਮ ਲੇਟ ਹੁੰਦੀ ਹੈ ਤਾਂ। 28 ਤੇ 29 ਤਰੀਕ ਤਲਵੰਡੀ ਭਾਈ ਦੇ ਖੇਡ ਮੇਲੇ ਦੀਆਂ ਡੇਟਾਂ ਨੇ। ਕਬੱਡੀ ਓਪਨ ਕਬੱਡੀ 70 ਕਿਲੋ ਵਰਗ 28 ਤੇ 29 ਤਰੀਕ ਦਿਨ ਸ਼ਨੀਵਾਰ ਤੇ ਐਤਵਾਰ ਤਲਵੰਡੀ ਭਾਈ ਦੀ ਰਾਤੀ ਤੇ ਕਬੱਡੀ ਦਾ ਮਹਾਕੁੰਭ ਹੋ ਰਿਹਾ ਹੈ। ਸਾਰੇ ਦਰਸ਼ਕ ਵੀਰਾਂ ਨੂੰ ਖੁੱਲਾ ਸੱਦਾ, ਖਿਡਾਰੀ ਵੀਰਾਂ ਨੂੰ, ਬਾਬਾ ਹਰੀਦਾਸ ਸਪੋਰਟਸ ਕਲੱਬ ਤਲਵੰਡੀ ਭਾਈ। 28-29 ਤਰੀਕ ਨੂੰ ਕਬੱਡੀ ਓਪਨ ਤੇ ਕਬੱਡੀ 70 ਕਿਲੋ ਮੈਚ ਕਰਵਾਏ ਜਾਣਗੇ, ਇਹ ਖਿਡਾਰੀ ਵੀਰ ਨੋਟ ਕਰ ਲੈਣ। ਸੁਲਤਾਨਪੁਰ ਲੜਕੀਆਂ ਦੀ ਟੀਮ ਹੈ, ਦੂਜੀ ਟੀਮ ਨੂੰ ਬੇਨਤੀ ਹੈ ਜੀ ਸੁਲਤਾਨਪੁਰ ਵਾਲੇ ਨੂੰ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਤਾਂ ਕਿ ਜਿਹੜੀ ਸੰਗਤ ਹੈ ਬੈਠੀ ਹੈ ਤੇ ਗਰਾਊਂਡ ਸਾਡਾ ਵਿਹਲਾ ਨਾ ਹੋਵੇ, ਤੇ ਜੇ ਟਾਈਮ ਲੱਗਦਾ ਕਿਸੇ ਕਾਰਨ ਫਿਰ ਸਾਨੂੰ ਦੱਸ ਦਿੱਤਾ ਜਾਵੇ, ਅਸੀਂ ਕੋਈ ਦੂਜਾ ਮੈਚ ਕਰਵਾ ਲਈਏ। ਅਤੇ ਲੜਕੀਆਂ ਨੂੰ ਕਿੰਨਾ ਟਾਈਮ ਦੇਣਾ ਇਹਦੇ ਬਾਰੇ ਵੀ ਦੱਸ ਦਿਓ ਜੀ ਸਾਨੂੰ। ਹਾਂਜੀ, 15:30 ਦੇ ਉੱਤੇ, ਠੀਕ ਹੈ ਜੀ। ਓਕੇ ਸਰ, ਠੀਕ ਹੈ ਜੀ ਸਰਪੰਚ ਸਾਹਿਬ। ਸੁਲਤਾਨਪੁਰ ਦੀ ਟੀਮ ਨੂੰ ਅਸੀਂ 2 ਮਿੰਟ ਦਾ ਸਮਾਂ ਦਿੰਦੇ ਹਾਂ ਜੀ, ਨਹੀਂ ਅਸੀਂ ਉਸ ਤੋਂ ਬਾਅਦ ਕਬੱਡੀ ਓਪਨ ਦਾ ਜਿਹੜੇ ਮੈਚ ਸ਼ੁਰੂ ਕਰਨ ਜਾ ਰਹੇ ਹਾਂ। ਦੂਜਾ ਜੀ ਸਾਨੂੰ ਇਹ ਬੇਨਤੀ ਹੈ ਵੀ ਸਾਡੀ ਗਰਾਊਂਡ ਵਿਹਲੀ ਹੁੰਦੀ ਹੈ, ਜਾਂ ਤਾਂ ਸਾਨੂੰ ਪਹਿਲਾਂ ਦੱਸ ਦਿੱਤਾ ਜਾਵੇ, ਅਸੀਂ ਕੋਈ ਇੱਕ ਮੈਚ ਕਰਵਾ ਲਈਏ, ਬਾਅਦ ਵਿੱਚ ਟਾਈਮ ਸਾਡੇ ਕੋਲੇ ਵੀ ਘੱਟ ਰਹਿ ਜਾਣਾ ਕਿਉਂਕਿ ਦਿਨ ਛੋਟੇ ਆ, ਇਸ ਕਰਕੇ ਜਲਦੀ ਤੋਂ ਜਲਦੀ ਸੁਲਤਾਨਪੁਰ ਦੀ ਟੀਮ ਹੈ ਜਿਹੜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਉਣ ਦੀ ਖੇਚਲ ਕਰੇ ਜੀ। ਵਾਹ ਜੀ, ਕਬੱਡੀ ਓਪਨ ਦੀਆਂ ਟੀਮਾਂ ਆਜ਼ਾਦ ਕਲੱਬ ਗਾਲਬ ਤੇ ਸਨੇਰ ਨੇ ਖੇਡਣਾ ਹੈ। ਭਲੂਰ ਤੇ ਜੀਤਾ, ਜੰਡੀ ਤੇ ਘੱਲ ਕਲਾਂ, ਡਗਰੂ ਤੇ ਮਾਨੂ ਕੇ ਗਿੱਲੇ, ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਆ ਜਾਣ। ਰੱਜੀ ਵਾਲਾ ਤੇ ਪੁਰਾਣੇ ਵਾਲਾ, ਘੜਕਾ ਤੇ ਮਲਕ। ਆਪਾਂ ਸਮਾਂ ਦਿੱਤਾ ਜੀ 2 ਮਿੰਟ ਦਾ, ਨੇ ਦੋਨੋਂ ਟੀਮਾਂ ਆ ਗਈਆਂ ਕਬੱਡੀ ਓਪਨ ਦੀਆਂ। ਵੀਰ ਜੀ ਮੈਨੂੰ ਦੱਸਿਓ ਜੀ, ਆ ਗਈਆਂ, ਆ ਜਾਓ ਬਾਈ ਜੀ, ਤੁਸੀਂ ਇਸ ਤੋਂ ਅਗਲਾ ਮੈਚ ਕਰਾਵਾਂਗੇ। ਆਓ ਜੀ ਕਬੱਡੀ ਓਪਨ ਆਜ਼ਾਦ ਕਲੱਬ ਬਾਲਬ ਤੇ ਸਨੇਰ, ਕਿਉਂਕਿ ਜੀ ਸਮਾਂ ਕਿਸੇ ਦਾ ਮਿੱਤ ਨਹੀਂ ਹੈ ਗੁਰਦੇਵ ਸਿੰਘ ਜੀ, ਸਮਾਂ ਚੱਲਦੇ ਜਾਂਦਾ ਹੈ, ਸਮੇਂ ਦੀ ਕਦਰ ਕਰਨੀ ਆਪਾਂ ਜੀ, ਬਿਲਕੁਲ। ਹਾਂ, ਕਿਉਂਕਿ ਆਪਾਂ ਲਾਈਟਾਂ ਦਾ ਪ੍ਰਬੰਧ ਨਹੀਂ ਕੀਤਾ, ਨਹੀਂ ਤੇ ਆਪਾਂ ਹੋ ਸਕਦਾ ਵੀ ਸਮਾਂ ਹੋਰ ਖੁੱਲਾ ਦੇਣਾ ਸੀਗਾ, ਪਰ ਆਪਾਂ ਇੱਕ ਮੈਚ ਕਰਾ ਦਾਂਗੇ ਉਨੀ ਦੇਰ ਚ। ਬਸਾਂਤ ਸਿੰਘ ਜੀ ਮੈਚ ਕਰਾ ਦਿਓ, ਉਹਨਾਂ ਚਿਰ ਮੈਚ ਟਾਈਮ ਹੈ ਨੀ ਆਪਣੇ ਕੋਲੇ, ਮੈਚ ਕਰਾ ਦਿਓ। 7:30 ਤੇ 8 ਤੇ ਜਿੱਤ ਹਾਰ ਹੋਵੇਗੀ, ਖਿਡਾਰੀ ਵੀਰ ਨੋਟ ਕਰ ਲੈਣ, 7:30 ਜਾਂ 8 ਤੇ ਜਿੱਤ ਹਾਰ ਹੋਵੇਗੀ, ਇਹ ਦੋਨੋਂ ਟੀਮਾਂ ਨੋਟ ਕਰ ਲੈਣ। ਆਜ਼ਾਦ ਕਲੱਬ ਗਾਲਬ ਤੇ ਸਨੇਰ, ਆਓ ਜੀ ਦੋਨੋਂ ਟੀਮਾਂ ਸੈਂਟਰ ਲਾਈਨ ਤੇ, ਅਗਲੀਆਂ ਟੀਮਾਂ ਵੀ ਤਿਆਰ ਹਨ। ਭਲੂਰ ਤੇ ਜੀਤਾ, ਜੰਡੀ ਤੇ ਘੱਲ ਕਲਾਂ, ਡਗਰੂ ਤੇ ਮਾਨੂ ਕੇ ਗਿੱਲ, ਰੱਜੀ ਜਣਾ ਤੇ ਪੁਰਾਣੇ ਵਾਲਾ, ਘੜਕਾ ਤੇ ਮਲਕ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਾਉਣ ਵਾਲਾ ਨੂੰ। ਸਾਡਾ ਵੀਰ ਸੋਨਾ ਕਲਸੀ ਵਾਲਾ ਵੀ ਪੁੱਜਿਆ, ਬਹੁਤ ਧੰਨਵਾਦ ਹੈ,
ਉਧਰ ਸਾਡੇ ਨਾਲ ਨੈੱਟ ਤੇ ਜੁੜੇ ਹੈ ਪ੍ਰਗਟ ਸਿੰਘ ਜੀ ਸਰਾਂ ਲੰਬ ਵਾਲੀ ਪਿੰਡ ਤੋਂ ਹੈ ਕੈਨੇਡਾ ਐਡਮਿੰਟਨ ਸ਼ਹਿਰ ਤੋਂ ਉਹ ਵੀ ਸਾਨੂੰ ਜੁੜੇ ਹੈ ਸਾਡੇ ਨਾਲ ਫੋਨ ਆਇਆ ਅਸੀਂ ਧੰਨਵਾਦ ਕਰਦੇ ਹਾਂ ਰਾਜਾ ਆਸਟ੍ਰੇਲੀਆ ਸਾਡਾ ਵੀਰ ਜ਼ਿੰਦਗੀ ਦਾ ਪਰਮ ਮਿੱਤਰ ਹੈ ਉਹ ਵੀ ਨੈੱਟ ਦੇ ਨਾਲ ਜੁੜਿਆ ਆਸਟ੍ਰੇਲੀਆ ਚੋਂ ਫੋਨ ਕਰ ਰਿਹਾ ਅਸੀਂ ਆਪਣੇ ਵੀਰ ਦੇ ਬਹੁਤ ਬਹੁਤ ਰਿਣੀ ਹਾਂ ਧੰਨਵਾਦੀ ਹੈ ਕਿਉਂਕਿ ਜਿੰਨੇ ਵੀ ਸਾਡੇ ਫਰੈਂਡ ਸਰਕਲ ਹੈ ਕਾਫੀ ਬਾਹਰ ਹੈ ਔਰ ਸਾਰਿਆਂ ਦਾ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਤੇ 29-30 ਤੇ 1 ਦਸੰਬਰ ਦੀ ਡੇਟ ਡੇਰਾ ਸ਼੍ਰੀ ਰਾਮ ਤੱਲਾ ਮਲੂਕੇ ਦੇ ਗਰਾਊਂਡਾਂ ਵਿੱਚ ਜਿੱਥੇ 4 ਮੋਟਰਸਾਈਕਲ ਦਿੱਤੇ ਜਾਣੇ ਹੈ 2 ਕਿਡਮੀਆਂ ਦੇ ਵਿੱਚ 175,000 ਨਾਮ ਹੋਊਗਾ ਤੇ 2 ਕਬੱਡੀ ਪਿੰਡਵਾਰ ਓਪਨ ਦੇ ਵਿੱਚ ਇਹ ਹੈਲੋ ਸੋਨੀ ਮਿਲੇ ਸਾਨੂੰ ਲਓ ਜੀ ਖਿਡਾਰੀ ਵੀਰ ਨੋਟ ਕਰ ਲੈਣਾ ਦਰਸ਼ਕ ਵੀਰ ਸ਼ਰਕਵਾਰੀ ਸਹਿ ਟੀਮ ਹੋ ਗਈ ਹੈ ਗਾਲਬ ਦੀ ਤੇ ਪਿੰਡ ਵਾਲੀ ਸਹਿ ਟੀਮ ਹੋ ਗਈ ਹੈ ਸਨੇਰਾ ਦੀ ਲਓ ਸਾਹਮਣੇ ਸਨੇਰਾ ਦੀ ਧਰਤੀ ਦਾ ਸਮੇਂ ਸੋਨੀ ਕਬੱਡੀ ਕਬੱਡੀ ਕਰਦਾ ਹੋਇਆ 4 ਜਾਫੀ ਗਾਲਬ ਦੀ ਧਰਤੀ ਇੱਕ ਕਲੀ ਤੇ ਗਹਿਰੀ ਹੈ ਇੱਕ ਕਲੀ ਤੇ ਕੌਰਾ ਗਾਲਬ ਦੀ ਧਰਤੀ ਦਾ ਲਓ ਸਾਹਮਣੇ ਸਮੇਂ ਲਓ ਕੌਰਾ ਗਾਲਬ ਦੀ ਧਰਤੀ ਦਾ ਲੱਗੀ ਹੋਈ ਕੈਂਚੀ ਹੈ ਲਓ ਸਾਹਮਣੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਕਿਹੜਾ ਲਓ ਤੌਲ ਕਿਹੜਾ ਕੈਂਚੀ ਜੜਦਾ ਕਿ ਤਕੜਾ ਹੁੰਦਾ ਪ੍ਰਧਾਨ ਮਿਲੇ ਲਓ ਸਾਹਮਣੇ ਗੁਰੀ ਗਾਲਬ ਦੀ ਧਰਤੀ ਦਾ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਹੈ 4 ਜਾਫੀ ਸੁਨੇਰਾਂ ਦੀ ਧਰਤੀ ਦੇ ਲਓ ਸਾਹਮਣੇ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ ਕਿ ਖੇਡ ਕਬੱਡੀ ਖੇਡੀ ਜਾਂਦੀ ਸੀ ਸੜਕਾਂ ਕਦੇ ਰੋੜਾਂ ਤੇ ਕਿ ਭਰ ਜੋਬਣ ਮਟਿਆਰ ਹੋ ਗਈ ਹੈ ਉੱਚਿਆਂ ਜੋੜਾਂ ਤੇ ਕਿ ਸਮੇਂ ਸਮੇਂ ਲਾਇਆ ਮੋਢਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿ ਕੇਬਲ ਟੀਵੀ ਚੈਨਲਾਂ ਮੀਡੀਆ ਤੇ ਅਖਬਾਰਾਂ ਨੇ ਕਿ ਘਰ ਘਰ ਵਿੱਚ ਹੋ ਗਏ ਨੇ ਹੁਣ ਕਲੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਕੇ ਯੋਧਿਆ ਢੋਲ ਕਬੱਡੀ ਦੇ ਕਿ ਦੁਨੀਆਂ ਦੇ ਵਿੱਚ ਵੱਜ ਕੇ ਯੋਧਿਆ ਢੋਲ ਕਬੱਡੀ ਦੇ ਅਗਲੀ ਮੈਚ ਤੇ ਬਸੰਤ ਬਾਜਾ ਖਨਈ ਲਓ ਸਾਹਮਣੇ ਆਪਾਂ ਵੇਖ ਰਹੇ ਹਾਂ ਵੀ ਸਨੇਰ ਜਿੱਥੋਂ ਦਾ ਸਾਡਾ ਵੀਰ ਗੁਰਚਰਨ ਸਨੇਰ ਮਿੱਠੇ ਬੋਲ ਬੋਲਦਾ ਉਸ ਦੇ ਪਿੰਡੂ ਆ ਲਓ ਸਾਹਮਣੇ ਗੋਲੂ ਔਰ ਫੌਜੀ ਸਾਹਿਬ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਹੈ ਪੁਆਇੰਟ ਧਾਵੀ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਹ ਧਾਵੀ ਦੇ ਹਿੱਸੇ ਹੈ ਲਓ ਪੀਤਾ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧ ਚੁੱਕੇ ਹੈ ਕਿ ਉੱਚੇ ਲੰਮੇ ਗੱਭਰੂ ਜਵਾਨ ਪੁੱਤ ਮਾਮਾ ਦੇ ਹੋ ਗਏ ਸਾਰੇ ਇਕੱਠੇ ਅੱਜ ਵੱਖੋ ਵੱਖ ਥਾਵਾਂ ਦੇ ਖਾਧੀਆਂ ਖੁਰਾਕਾਂ ਦਾ ਪਤਾ ਅੱਜ ਲੱਗੂਗਾ ਚਰਚੇ ਜੇ ਸੁਣੇ ਆ ਵੀ ਕਈਆਂ ਦੇ ਨਾਮਾਂ ਦੇ ਬੂਟਾ ਸਿੰਘ ਜੀ ਚਰਚੇ ਇਹਨਾਂ ਦੇ ਸੁਣੇ ਹੈ ਪਰ ਪਤਾ ਹੁਣ ਲੱਗਣਾ ਹੈ ਇੱਕ ਪਾਸੇ ਮੋਟੇ ਪੱਟ ਤੋਂ ਖਿੱਚ ਮਾਰੀ ਹੈ ਮੁੰਡਾ ਹੱਥਾਂ ਵਿੱਚੋਂ ਤਿਲਕ ਗਿਆ ਔਰ ਭੱਜਾ ਜਾਂਦਾ ਮੈਨੂੰ ਲੱਗਦਾ ਵੀ ਡਿਸਕਵਰੀ ਚੈਨਲ ਦੱਸਦਾ ਵੀ ਜਦੋਂ ਚੀਤਾ ਦੌੜਦਾ ਤੇ 70 ਦੀ ਸਪੀਡ ਹੁੰਦੀ ਹੈ ਚੀਤੇ ਦੀ ਲਓ ਸਾਹਮਣੇ 70 ਦੀ ਸਪੀਡ ਤੇ ਜਾਂਦਾ ਹੈ ਨੌਜਵਾਨ ਖਿਡਾਰੀ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕੇ ਹੈ ਸਿੱਖ ਸਰਦਾਰ ਕਬੱਡੀ ਪਾਉਂਦਾ ਔਰ ਦੂਸਰੇ ਪਾਸੇ ਕੌਰਾ ਮੇਰੇ ਵੀਰੇ ਭਰੀਆਂ ਬਗਲਾਂ ਮੁਕਾਬਲਾ ਸਖਤ ਹੈ ਕਿ ਜਿੱਧਰੋਂ ਵੀ ਲੰਘੀਏ ਧਮਾਲਾਂ ਜਾਣ ਪੈਂਦੀਆਂ ਅਟਾਣੀ ਮੁੰਡਿਆਂ ਦੀ ਸਾਡੇ ਅੰਗ ਸੰਗ ਰਹਿੰਦੀ ਹੈ ਚੜ ਕੇ ਚਵਾਰਿਆਂ ਚੋਂ ਤੱਕਦੀਆਂ ਨੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਇੱਕ ਪਾਸੇ ਗੁਰੀ ਲਓ ਗੁਰੀ ਮੇਰੇ ਵੀਰੋ ਡੱਕਿਆ ਜਾ ਚੁੱਕਿਆ ਹੈ ਅੰਕ ਜਿਹੜਾ ਸਨੇਰ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਔਰ ਮੈਂ ਵੇਖ ਰਿਹਾ ਵੀ ਡੌਲੇ ਤੇ ਬਾਜ ਖਨਵਾਇਆ ਇਸ ਖਿਡਾਰੀ ਨੇ ਔਰ ਕਬੱਡੀ ਪਾਉਣੀ ਸ਼ੁਰੂ ਕੀਤੀ ਹੈ ਲਓ ਗੋਲੂ ਨਾਮ ਹੈ ਇਸ ਖਿਡਾਰੀ ਦਾ ਕਿ ਕਿਸੇ ਨੇ ਜਿੱਦਾਂ ਭਗਤ ਸਿੰਘ ਦੇ ਟੈਟੂ ਕੋਈ ਬਣਵਾ ਲੈਂਦੇ ਆ ਚਿੱਤਰ ਬਣਵਾ ਲੈਂਦੇ ਆ ਇਹ ਖਿਡਾਰੀਆਂ ਦੇ ਸ਼ੌਂਕ ਹੈ ਮੇਰੇ ਵੀਰਿਓ ਔਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ ਕਿ ਵੱਖੋ ਵੱਖਰੇ ਸ਼ੌਂਕ ਨੇ ਖਿਡਾਰੀਆਂ ਦੇ ਕੋਈ ਗੁਰੂ ਦੇ ਖੰਡੇ ਨੂੰ ਪਿਆਰ ਕਰਦਾ ਕਿਸੇ ਦੇ ਡੌਲੇ ਤੇ ਵੜਦਾ ਸ਼ੇਰਪੂਰੀ ਕਿਸੇ ਦੀ ਛਾਤੀ ਤੇ ਬਾਜ ਉਡਾਨ ਭਰਦਾ ਕੋਈ ਫੋਟੋ ਬਣਾਉਂਦਾ ਵਿਛੜਿਆਂ ਦੀ
ਕੋਈ ਭਗਤ ਸਿੰਘ ਨੂੰ ਯਾਦ ਕਰਦਾ ਪਧੌੜ ਵਾਲਿਆ ਸ਼ੌਂਕ ਦਾ ਮੁੱਲ ਕੋਈ ਨਾ ਬੰਦਾ ਹਰ ਜਾਂਦਾ ਪਰ ਸ਼ੌਂਕ ਨਹੀਂ ਹਰਦਾ ਬੰਦਾ ਹਰ ਜਾਂਦਾ ਪਰ ਸ਼ੌਂਕ ਨਹੀਂ ਹਰਦਾ ਸਖਤ ਹੈ ਇੱਕ ਪਾਸੇ ਸ਼ੌਂਕ ਦੀ ਗੱਲ ਹੈ ਕਿ ਸ਼ੌਂਕੀਆ ਦਿਓਰਾ ਵੇ ਤੈਨੂੰ ਕਿਉਂ ਨਾ ਮੰਗੀ ਲਓ ਪੁਆਇੰਟ ਧਾਵੀ ਦਾ ਬਹੁਤ ਵਧੀਆ ਕਮੈਂਟਰੀ ਕਰਕੇ ਸਾਰੇ ਦਰਸ਼ਕ ਵੀਰਾਂ ਦਾ ਮਨ ਮੋਹਿਆ ਜਾ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਕਮੈਂਟਰ ਵੀਰਾਂ ਦਾ ਜਿਹੜੇ ਦਰਸ਼ਕਾਂ ਨੂੰ ਪਿਆਰ ਭਰੀਆਂ ਮਿੱਠੀਆਂ ਗੱਲਾਂ ਸੁਣਾ ਕੇ ਅਤੇ ਗਰਾਊਂਡ ਦੇ ਵਿੱਚ ਨਜ਼ਰਾਂ ਟਿਕਾਉਣ ਲਈ ਮਜਬੂਰ ਕਰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੀ ਆਵਾਜ਼ ਹਮੇਸ਼ਾ ਬੁਲੰਦੀਆਂ ਉੱਤੇ ਰਵੇ ਅਤੇ ਚੜ੍ਹਦੀ ਕਲਾ ਰਵੇ ਸਾਡੇ ਬਸੰਤ ਬਾਜਾ ਖੜੀ ਨੇ ਪਹਿਲ ਕਬੱਡੀ ਕੱਪ ਦੇ ਵਿੱਚ ਵੀ ਕਮੇਟੀ ਦੀਆਂ ਸੇਵਾਵਾਂ ਨਿਭਾਈਆਂ ਹੈ ਅੱਜ ਆਪਣੇ ਕਹਿੰਦੇ ਵੀ ਨਗਰ ਖੇੜੇ ਸੱਦਾ ਸਿੰਘ ਵਾਲੇ ਉਹ ਵੀ ਪੁੱਜਾ ਲੋ ਸਾਹਮਣੇ ਗੁਰੀ ਗਾਲਬ ਪਿੰਡ ਦਾ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਤੇ ਪੁਆਇੰਟ ਇਸ ਸਮੇਂ ਗਾਲਬ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਸੁਨੇਹਰਾ ਵਾਲੇ ਗੱਭਰੂ ਆਪਾਂ ਕਬੱਡੀ ਲੋ ਸਾਹਮਣੇ ਗੁਰਪ੍ਰੀਤ ਇਸ ਸਮੇਂ ਸੁਨੇਹਰ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ ਪਿਆਰ ਨਾਲ ਇਸ ਗੱਭਰੂ ਨੂੰ ਗੋਗਲੂ ਕਹਿੰਦੇ ਨੇ ਲਓ ਸਾਹਮਣੇ ਗੋਰੀ ਧੌਣ ਦੇ ਦੁਆਲੇ ਕਾਲੀ ਗਾਨੀ ਫੱਬਦੀ ਕਿ ਮਾਣ ਹੋਏ ਜਵਾਨਾ ਤੂੰ ਜਵਾਨੀ ਚਾਹੀਦੀ ਲੋ ਸਾਹਮਣੇ ਗੁਰਪ੍ਰੀਤ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਕਿ ਕੀ ਫਿਰ ਉਸਦਾ ਲਾਣਾ ਕਿ ਜਿੱਥੇ ਗਿਆ ਦੀ ਕਦਰ ਨਾ ਉੱਥੇ ਕਾਹਦਾ ਹੁੰਦਾ ਜਾਣਾ ਕਿ ਤੰਦਰੁਸਤੀਆਂ ਰੱਖੇ ਮਾਲਕ ਕਿ ਕੁਝ ਨੀ ਪੈਸੇ ਧੇਲੇ ਕਿ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਕਿ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਸੁਨੇਹਰਾ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਗੱਲ ਮਰਦਾਂ ਦੀ ਹੈ ਤੇ ਦੁੱਖਾਂ ਦੇ ਨਾਲ ਮੁਕਾਬਲਾ ਕੰਮ ਮੁਕਾਬਲਾ ਕਰਨਾ ਵੀ ਕੰਮ ਮਰਦਾਂ ਦਾ ਹੀ ਹੁੰਦਾ ਹੈ ਕਿ ਲੱਖ ਪਹਾੜੀਆਂ ਰਾਹ ਰੋਕਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਹੀਂ ਲਓ ਇੱਕ ਪਾਸੇ ਗੋਲੂ ਮੇਰੇ ਵੀਰੋ ਭੱਜਾ ਜਾਂਦਾ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਔਰ ਵੇਖਦੇ ਆ ਵੀ ਅਗਲੀ ਰੇਡ ਗੁਰਪ੍ਰੀਤ ਸਿੰਘ ਦੌਲਤ ਤੇ ਬੱਬਰ ਸ਼ੇਰ ਘੂਰੀ ਵੱਟ ਰਿਹਾ ਕਿ ਲੱਖ ਪਹਾੜੀਆਂ ਰਾਹ ਰੋਕਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਹੀਂ ਫਿੜਕ ਜਾਂਦੇ ਦਿਲ ਕਮਜ਼ੋਰ ਵਾਲੇ ਸੱਚੇ ਆਸ਼ਕ ਨਿਸ਼ਾਨੇ ਉੱਕਦੇ ਨਹੀਂ ਜਦੋਂ ਸਾਹਮਣੇ ਹੋਵੇ ਸ਼ਿਕਾਰ ਫਰਦਾ ਤੇ ਸ਼ੇਰ ਘੋਰਨਿਆਂ ਚ ਲੁਕਦੇ ਨਹੀਂ ਮਰਨੀ ਮਰ ਜਾਂਦੇ ਆਪਣੀ ਆਣ ਬਦਲੇ ਪਰ ਬਸੰਤ ਸਿਆਂ ਵੈਰੀ ਅੱਗੇ ਕਦੇ ਝੁਕਦੇ ਨਹੀਂ ਪਰ ਵੈਰੀ ਅੱਗੇ ਕਦੇ ਝੁਕਦੇ ਨਹੀਂ ਕੌਰੇ ਨੇ ਜਫਾ ਲਾਇਆ ਨਜ਼ਾਰਾ ਵੱਖਰਾ ਔਰ ਦੂਸਰੇ ਪਾਸੇ ਫੇਰ ਅਗਲੀ ਕਬੱਡੀ ਪਾਉਣ ਲਈ ਪੀਤਾ ਖੇਡ ਮੈਦਾਨ ਦੇ ਵਿੱਚ ਵੱਧ ਚੁੱਕੇ ਹੈ ਔਰ ਦੇਖਦੇ ਆ ਮੋਟੇ ਪੱਟਾਂ ਦੇ ਦਰਸ਼ਨ ਕਰਵਾਏ ਹੈ ਹਲਕਾ ਟੱਚ ਇਕਬਾਲ ਸਿੰਘ ਮਤੋਕੇ ਔਰ ਸਾਡਾ ਵੀਰ ਸ਼ੇ ਪਿੰਡ ਦਾ ਜੰਪਲ ਹੈ ਬਹੁਤ ਹੀ ਪਿਆਰਾ ਦੋਸਤ ਆ ਸਾਡਾ ਦੋਨੇ ਪਾਸੇ ਸੁਲਝ ਹੰਪਾਰ ਨੇ ਅੰਕ ਧਾਵੀ ਦੇ ਖਾਤੇ ਜੁੜ ਚੁੱਕੇ ਹੈ ਔਰ ਅਗਲੀ ਰੇਡ ਜਿਹੜੀ ਫੇਰ ਸੋਨੀ ਕਿ ਹਰ ਚਮਕਦੀ ਚੀਜ਼ ਵਿੱਚ ਸੋਨਾ ਨਹੀਂ ਹੁੰਦੀ ਗੁਰਦੇਵ ਸਿੰਘ ਜੀ ਤੁਸੀਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਕਰਮਜੀਤ ਪੂਰੀ ਪ੍ਰਸਿੱਧ ਰਾਈਟਰ ਹੈ ਉਹ ਸਾਡੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਮਿੱਤਰ ਹੈ ਲਓ ਜਿਵੇਂ ਉਹਨਾਂ ਨੇ ਗੱਲ ਲਿਖੀ ਕਿ ਇਹ ਸੋਨੀ ਇੱਕ ਸੋਨੀ ਸਵੱਤੀ ਵਾਲਾ ਇੱਕ ਸੋਨੀ ਪੈਵਲ ਵਾਲਾ ਔਰ ਮੇਰੇ ਵੀਰੋ ਇੱਕ ਸੋਨੀ ਪਾਕਾਂ ਵਾਲਾ ਇੱਕ ਸੋਨੀ ਸਨੇਤ ਦਾ ਇਹ ਸਿਰੇ ਦੇ ਖਿਡਾਰੀ ਹੈ ਔਰ ਵੇਖੋ ਸਾਹਮਣੇ ਗੋਲੂ ਉਧਰ ਸਾਡੇ ਗੁਰਦੇਵ ਸਿੰਘ ਜੀ ਹੱਸਦੇ ਹੈ ਔਰ ਮੇਰੇ ਵੀਰੋ ਇਹ ਹੱਸਣਾ ਉਹਨਾਂ ਦੀ ਆਦਤ ਸੀ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗਏ ਅਸੀਂ ਆਪਣਾ ਆਪ ਗਵਾ ਬੈਠੇ ਗੱਲ ਹੱਸਣ ਦੀ ਹੈ ਲਓ ਪੁਆਇੰਟ ਗੋਲੂ ਦੇ ਹਿੱਸੇ ਹੈ ਆ ਵੀ ਚੂੜ ਚੱਕ ਗਿਆ ਕਰ ਵੀ ਗੱਲ ਨੌਜਵਾਨਾਂ ਇਸ ਖਿਡਾਰੀ ਬਾਰੇ ਲਓ ਸਾਹਮਣੇ ਗੋਲੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਵਾ ਚਾਰ ਜਾਫੀ ਗਾਲਬ ਦੀ ਧਰਤੀ ਦੇ ਨੇ ਲਓ ਸਾਹਮਣੇ ਗੈਰੀ ਗਾਲਬ ਦੀ ਧਰਤੀ ਦਾ ਲਓ ਸਾਹਮਣੇ ਇਸ ਸਮੇਂ ਪੁਆਇੰਟ ਕਿਸ ਟੀਮ ਦੇ ਖਾਤੇ ਵਿੱਚ ਜੁੜੇਗਾ ਤੇ ਪੁਆਇੰਟ ਇਸ ਸਮੇਂ ਗਾਲਬ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ
ਮੈਚ ਦੀ ਸਮਾਪਤੀ ਹੈ। ਗਾਲਬ ਜੇਤੂ ਹੈ ਜੀ, ਨੋਟ ਕਰ ਲਓ ਗਾਲਬ। ਹਾਂ ਸਾਡੇ 15-16 ਪੁਆਇੰਟ ਹੋਣਗੇ ਲੜਕੀਆਂ ਦੀ ਕਬੱਡੀ ਦੇ ਬਾਈ ਜੀ, ਸਾਡੇ 15-16 ਲੜਕੀਆਂ ਦਾ ਟੀਮਾਂ ਸੈਂਟਰ ਲੈਣ ਤੇ ਆ ਜਾਣ। ਹਾਂਜੀ, ਕਬੱਡੀ ਓਪਨ ਦਾ ਪਹਿਲਾ ਮੈਚ ਹੋਵੇਗਾ, ਚੌਥਾ ਮੈਚ ਭਲੂਰ ਤੇ ਜੀਤਾ, ਭਲੂਰ ਤੇ ਜੀਤਾ, ਜੰਡੀ ਤੇ ਘੱਲ ਕਲਾਂ, ਡਬਲੂ ਤੇ ਮਾਨੂ ਕੇ ਗਿੱਲ, ਰੱਜੀ ਵਾਲਾ ਤੇ ਪੁਰਾਣੇ ਵਾਲਾ, ਘੜਕਾ ਤੇ ਮਲਕੇ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਭਲੂਰ ਤੇ ਜੀਤਾ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਵੇਟਿੰਗ ਬਾਕਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਅੱਜ ਸੱਦਾ ਸਿੰਘ ਵਾਲੇ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ ਨੇ। ਬਾਬਾ ਸ਼ਬਦ ਸ਼ਾਹ ਵਲੀ ਦੀ ਫਕੀਰ ਦੀ ਯਾਦ ਵਿੱਚ ਇਹ 11ਵਾਂ ਸ਼ਾਨਦਾਰ ਟੂਰਨਾਮੈਂਟ ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ, ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਕਿ ਬੜੀ ਦੂਰੋਂ ਦੂਰੋਂ ਆਏ, ਕਿ ਬੈਠੇ ਭੁੱਖੇ ਧਿੱਤੇ ਆਏ, ਕਿ ਕਿਸੇ ਗੱਲੋਂ ਇਹਨਾਂ ਦੇ ਵਿੱਚ ਘਾਟ ਰੜ ਕੇ ਅੱਜ ਬੋਲਦਾ ਕਬੱਡੀ ਦਾ ਜਲੂਣ ਪੰਜਾਬੀਆਂ ਦੇ ਸਿਰ ਚੜ ਕੇ, ਅੱਜ ਬੋਲਦਾ ਕਬੱਡੀ ਦਾ ਜਲੂਣ ਪੰਜਾਬੀਆਂ ਦੇ ਸਿਰ ਚੜ ਕੇ। ਹੈਲੋ, ਮੈਂ ਦੋਨੋਂ ਟੀਮਾਂ ਦੇ ਕੋਚ ਸਾਹਿਬਾਂ ਨੂੰ ਬੇਨਤੀ ਕਰਾਂਗਾ ਵੀ ਮੇਰੇ ਨੇੜੇ ਆ ਜਾਣ, ਕਿਉਂਕਿ ਮੈਂ ਰੇਡਰਾਂ ਦੇ ਨਾਮ ਲਿਖ ਚੁੱਕੇ ਹਾਂ ਸਟਾਪ ਲੈਣ ਦੇ ਲਈ, ਕਿਉਂਕਿ ਟਾਈਮ ਬੜਾ ਘੱਟ ਹੈ ਤੇ ਤੁਸੀਂ ਮੈਨੂੰ ਸਟੋਪਰਾਂ ਦੇ ਜਿਹੜੇ ਨਾਂ ਹੈ ਉਹ ਦੱਸਣੇ ਹੈ। ਇੱਕ ਪਾਸੇ ਕਪੂਰਥਲੇ ਦੀ ਟੀਮ ਹੈ ਜੀ, ਔਰ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੀ ਟੀਮ ਹੈ। ਕਪੂਰਥਲਾ ਤੇ ਸੁਲਤਾਨਪੁਰ ਲੋਧੀ, ਸੁਲਤਾਨਪੁਰ ਦੀ ਗੱਲ ਕਰਦੇ ਆ ਤੇ ਬਾਬੇ ਨਾਨਕ ਦੀ 13-13 ਦੀ ਗੱਲ ਯਾਦ ਆਉਂਦੀ ਹੈ, ਕਿਉਂਕਿ ਇਸ ਦੁਨੀਆਂ ਦੇ ਸਭ ਤੋਂ ਵੱਡੇ ਰਹਿਬਰ ਧੰਨ ਗੁਰੂ ਨਾਨਕ ਦੇਵ ਹੀ ਹੋਏ ਹੈ। ਔਰ ਜਦੋਂ ਇਤਿਹਾਸ ਦੀ ਗੱਲ ਹੁੰਦੀ ਹੈ ਤੇ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ। ਠੀਕ ਹੈ ਜੀ, ਇੱਕ ਪਾਸੇ ਅੰਮ੍ਰਿਤਸਰ ਦੀ ਗੱਲ ਹੈ ਔਰ ਦੂਸਰੇ ਪਾਸੇ ਸੁਲਤਾਨਪੁਰ ਦੀ ਗੱਲ ਹੈ, ਦੋਨੇ ਪਾਸੇ ਇਤਿਹਾਸ ਦੀ ਗੱਲ ਹੈ। ਗੁਰਦੇਵ ਸਿੰਘ ਜੀ, ਅੰਮ੍ਰਿਤਸਰ ਨਗਰੀ ਹੈ ਗੁਰੂਆਂ ਦੀ ਤੇ ਹਰ ਬੰਦੇ ਦਾ ਝੁਕਦਾ ਸਿਰ ਇੱਥੇ, ਏਅਰਪੋਰਟ ਤੋਂ ਚੜ੍ਹਨ ਚ ਹਾਜ ਲੋਕੀ, ਵਿਛੜੇ ਚਿਹਰਾਂ ਤੋਂ ਮਿਲਦੇ ਨੇ ਫੇਰ ਇੱਥੇ, ਰਾਮ ਤੀਰਥ ਤੇ ਦੁਰਗਿਆਣਾ ਮੰਦਿਰ ਦੇਖਣ ਯੋਗ ਨੇ ਸਾਰੇ ਧਾਮ ਇੱਥੇ, ਹਿੰਦ ਪਾਕ ਤੇ ਬਾਘਾ ਬਾਰਡਰ ਉੱਤੇ ਫੌਜੀ ਕਰਦੇ ਨੇ ਪਰੇਡ ਸੁਬਹ ਸ਼ਾਮ ਇੱਥੇ, ਜ਼ਿਲ੍ਹਿਆਂ ਵਾਲੇ ਬਾਗ ਜੋ ਸ਼ਹੀਦ ਹੋਏ ਸ਼ਰਧਾਂਜਲੀ ਦੇਣੀ ਹੈ ਆਪਾਂ ਜ਼ਰੂਰ ਲੋਕੋ, ਪਧਾਉਣ ਵਾਲਾ ਜਗਸ਼ੀਰ ਮਾਨ ਆਖੇ, ਦੀਵਾਲੀ ਅੰਮ੍ਰਿਤਸਰ ਦੀ ਹੈ ਮਸ਼ਹੂਰ ਲੋਕੋ, ਦੀਵਾਲੀ ਅੰਮ੍ਰਿਤਸਰ ਦੀ ਹੈ ਮਸ਼ਹੂਰ ਲੋਕੋ। ਸ਼ਾਬਾਸ਼ ਜੀ, ਲਓ ਜੀ ਅੰਮ੍ਰਿਤਸਰ ਦੀ ਤਰਫੋਂ ਰਾਜ 6 ਨੰਬਰ ਗੇੜ ਦੇ ਵਿੱਚ ਬਹੁਤ ਹੀ ਤਕੜਾ ਪੁਆਇੰਟ ਆਪਣੀ ਟੀਮ ਵਾਸਤੇ ਜੋੜ ਚੁੱਕੀ ਹੈ। ਲਓ ਮਨ ਨਾਮ ਹੈ ਇਸ ਲੜਕੀ ਦਾ, ਇੱਕ ਪਾਸੇ ਮਨ ਦੀ ਕਬੱਡੀ ਹੈ ਔਰ ਦੂਸਰੇ ਪਾਸੇ ਗੁੱਟ ਫੜਿਆ, ਮੁਕਾਬਲਾ ਰੌਚਕ ਹੋ ਗਿਆ, ਇੱਕ ਵਾਰੀ ਤਸੱਲੀ ਨਾਲ ਕੈਂਚੀ ਜੜ ਹੋ ਜਾਵੇ
ਬੜਾ ਔਖਾ ਹੁੰਦਾ ਰੇਡਰ ਦਾ ਛੁੱਟਣਾ ਤੇ ਸਮਝ ਲਓ ਫੜ ਹੋ ਜਾਵੇ। ਆਪਾਂ ਵੇਖਦੇ ਹਾਂ ਵੀ ਇੱਕ ਪਾਸੇ ਗਿੱਟਾ ਫੜਿਆ ਗਿਆ, ਮੁਕਾਬਲਾ ਸਖਤ ਹੋ ਚੁੱਕਿਆ। ਅੰਕ ਜਿਹੜਾ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ, ਮਾਝੇ ਦੀ ਗੱਲ ਹੈ, ਮਾਝੇ ਨੇ ਕਹਿੰਦੇ ਵੀ ਤਾਰੇ ਭਲਵਾਨ ਨੂੰ ਜਨਮ ਦਿੱਤਾ। ਲਓ ਬੜੀ ਮਸ਼ਹੂਰ ਇਹ ਨਗਰੀ ਹੈ, ਗੁਰੂਆਂ ਦੀ ਨਗਰੀ ਹੈ ਅੰਮ੍ਰਿਤਸਰ, ਸਿਫਤੀ ਦਾ ਕਰ। ਇੱਕ ਪਾਸੇ ਆਪਾਂ ਵੇਖਾਂਗੇ ਅੰਮ੍ਰਿਤਸਰ ਦੀ ਤਰਫੋਂ ਅੱਠ ਨੰਬਰ ਕਿੱਟ ਦੇ ਵਿੱਚ ਕਬੱਡੀ ਪਈ ਹੈ। ਲਓ ਬਰਾਬਰ ਦਾ ਜੱਫਾ ਖੇਡ ਮੈਦਾਨ ਦੇ ਅੰਦਰ, ਔਰ ਵੇਖ ਰਹੇ ਹਾਂ ਵੀ ਮੁਕਾਬਲਾ ਪੂਰਾ ਜਿਹੜਾ ਰੌਚਕ ਹੋ ਚੁੱਕਿਆ ਹੈ ਕਿ ਜੁਗ ਜੁਗ ਜੀਵੇ ਬਾਬਲ ਜੀ ਨੇ ਪਾਲਿਆ ਪੁੱਤ ਬਣਾ ਕੇ, ਅੰਬੜੀ ਨੇ ਵੀ ਰੱਖਿਆ ਸਦਾ ਹੀ ਨਾਲ ਕਲੇਜੇ ਲਾ ਕੇ, ਸਖੀਆਂ ਦੇ ਨਾਲ ਚਰਖੇ ਡਾਏ ਵਿੱਚ ਤਰਿੰਜਨੀ ਜਾ ਕੇ, ਬੱਚੋ ਆਣੀਆਂ ਕੌਡੀ ਖੇਡਾਂ ਅੱਜ ਵਿੱਚ ਮੈਦਾਨ ਦੇ ਆ ਕੇ, ਅੱਜ ਵਿੱਚ ਮੈਦਾਨ ਦੇ ਆ ਕੇ ਮੈਦਾਨ ਦੇ ਵਿੱਚ ਕਬੱਡੀ ਜੀਤਾ ਪਾ ਰਹੀ ਹੈ। ਸੁਲਤਾਨਪੁਰ ਦੀ ਗੱਲ ਹੈ, ਲਓ ਇੱਕ ਪਾਸੇ ਆਪਾਂ ਵੇਖਦੇ ਹਾਂ ਬਾਬੇ ਨਾਨਕ ਦੀ ਗੱਲ ਹੈ, ਔਰ ਕਿੱਟ ਫੜੀ ਗਈ ਹੈ। ਟੈਕਨੀਕਲ ਪੁਆਇੰਟ ਜਿਹੜਾ ਸਾਡਾ ਵੀਰ ਕਰਮੂ ਸੱਤਿਆਲੀਆ ਫੈਸਲੇ ਕਰਦਾ ਵੀ ਅੰਕ ਜਿਹੜਾ ਰੇਡਰ ਦੇ ਹਿੱਸੇ ਹੈ। ਸੁਰਜੀਤ ਕੌਰ ਨਾਮ ਹੈ ਇਸ ਬੱਚੀ ਦਾ। ਉਧਰ ਸਾਡੇ ਸਰਪੰਚ ਸਾਹਿਬ ਔਰ ਦੋਨੋਂ ਟੀਮਾਂ ਨੂੰ ਪੂਰਾ ਕਹਿੰਦੇ ਵੀ ਮਾਨ ਸਨਮਾਨ ਦੇ ਰਹੇ ਹੈ, ਔਰ ਸੁਰਜੀਤ ਕੌਰ ਪੁਆਇੰਟ ਲੈ ਕੇ ਵਾਪਸ ਮੁੜੀ ਹੈ। ਕਦੇ ਕਲਪਨਾ ਚਾਵਲਾ ਦੀ ਗੱਲ ਹੈ, ਕਦੇ ਮੇਰੇ ਵੀਰੋ ਸਾਨੀਆ ਮਿਰਜ਼ਾ ਦੀ ਗੱਲ ਹੈ, ਕਦੇ ਝਾਂਸੀ ਦੀ ਰਾਣੀ ਦੀ ਗੱਲ ਹੈ, ਕਦੇ ਮਾਈ ਭਾਗੋ ਦੀ ਗੱਲ ਹੈ, ਲਓ ਕਦੇ ਮਾਤਾ ਗੁਜਰ ਕੌਰ ਦੀ ਗੱਲ ਹੈ ਜਿਹਨੇ ਆਪਣੇ ਪੋਤਿਆਂ ਨੂੰ ਸਿੱਖਿਆ ਦਿੱਤੀ, ਫਿਰ ਪੋਤੇ ਨੀਆਂ ਚ ਚਿਣੇ ਗਏ ਮੇਰੇ ਵੀਰੋ, ਪਰ ਧਰਮ ਨਹੀਂ ਛੱਡਿਆ। ਲਓ ਵੇਖੋ ਸਾਹਮਣੇ ਇਸ ਸਮੇਂ ਫੜਿਆ ਗੁੱਟ ਅੰਮ੍ਰਿਤਸਰ ਦੀ ਤਰਫੋਂ ਇਸ ਬੱਚੀ ਨੇ, ਮੁਕਾਬਲਾ ਪੂਰਾ ਰੌਚਕ ਹੋ ਗਿਆ, ਔਰ ਮੇਰੇ ਵੀਰੋ ਪੁਆਇੰਟ ਜਿਹੜਾ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ ਹੈ। ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਜ਼ੋਰਦਾਰ ਲੜਕੀਆਂ ਦੇ ਨਾਂ ਦੀ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰ, ਕਿਉਂਕਿ ਜੇ ਜਨਨੀ ਹੈ ਔਰਤਾਂ ਤੇ ਆਪਾਂ ਹੈ, ਜੇ ਆਪਾਂ ਤੇ ਦੁਨੀਆ। ਲਓ ਸਾਹਮਣੇ ਔਰਤ ਮਹਾਨ ਹੈ। ਇੱਕ ਪਾਸੇ ਆਪਾਂ ਵੇਖਦੇ ਹਾਂ ਵੀ ਖੇਡ ਮੈਦਾਨ ਦੇ ਵਿੱਚ ਜੱਸੀ ਭੱਜੀ ਆਉਂਦੀ, ਰਾਜ ਪੁਆਇੰਟ ਆਪਣੀ ਟੀਮ ਦੇ ਹਿੱਸੇ, ਇੱਕ ਅੰਕ ਦਾ ਵਾਧਾ ਕਰ ਚੁੱਕੀ ਹੈ, ਔਰ ਮਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਚੁੱਕੀ ਹੈ। ਕੁੜੀਆਂ ਵੀ ਹੁਣ ਘੱਟ ਨਾ ਲੋਕੋ, ਜਮਾਨਾ ਆ ਗਿਆ ਨਵਾਂ ਨਕੋਰ, ਪੜ੍ਹ ਲਿਖ ਮੱਲਾ ਮਾਰ ਕੇ ਇਹਨਾਂ ਗਿਆਨ ਤਾਂ ਦਿੱਤੀ ਖੋਰ, ਪਹਿਲਾਂ ਸਾਂਭੇ ਚੌਂਕੇ ਚੁੱਲ੍ਹੇ ਹੁਣ ਦੇਸ਼ ਦੀ ਬਾਗ ਡੋਰ, ਬੱਚੋ ਆਣੀਆਂ ਇਹਨਾਂ ਰਕਾਨਾਂ ਦੇ ਬਰਾਬਰ ਨਾ ਕੋਈ ਹੋਰ, ਬਰਾਬਰ ਨਾ ਕੋਈ ਹੋਰ। ਵਾਕਈ ਬਰਾਬਰੀ ਦੀ ਗੱਲ ਨਹੀਂ ਹੈ। ਲਓ ਵੇਖੋ ਮੇਰੇ ਵੀਰੋ ਅੱਠ ਨੰਬਰ ਕਿੱਟ ਦੇ ਵਿੱਚ ਕਬੱਡੀ ਪਈ ਹੈ, ਔਰ ਸੁਲਤਾਨਪੁਰ ਦੀ ਤਰਫੋਂ ਇਸ ਸਮੇਂ ਬਹੁਤ ਹੀ ਤਕੜਾ ਜਫਾ ਲੱਗਿਆ। ਜੇ ਇਤਿਹਾਸ ਦੀ ਗੱਲ ਕਰਦੇ ਹੈ ਤੇ ਗੱਲ ਵੱਖਰੀ ਹੈ ਕਿ ਸਿੱਖ ਇਤਿਹਾਸ ਵਿੱਚ ਮਾਂ ਗੁਜਰ ਕੌਰ ਨੇ ਕੁਰਬਾਨੀ ਦੇਣ ਚ ਸਭ ਤੋਂ ਪਹਿਲ ਕਰੀ, ਮਦਰ ਟਰੇਸਾ ਨੇ ਕਰੀ ਸਮਾਜ ਸੇਵਾ, ਤੇ ਕਲਪਨਾ ਚਾਵਲਾ ਨੇ ਚੰਨ ਦੀ ਉਡਾਨ ਭਰੀ। ਗੁਰਬਾਣੀ ਵਿੱਚ ਵੀ ਔਰਤ ਦਾ ਨਾਂ ਪਹਿਲਾਂ, ਸਹਿਣਸ਼ੀਲਤਾ ਨਾਲ ਦਿਆ ਬਾਣ ਬੜੀ, ਪਾਈ ਲਾਟ ਜੱਜ ਵਕੀਲ ਬਣੀਆਂ, ਸਿਆਸਤ ਵਿੱਚ ਵੀ ਜਾਣ ਕਮਾਲ ਕਰੀ, ਹਰ ਖੇਤਰ ਚ ਮਾਨ ਵਧਾਉਣ ਵਾਲਿਆ ਔਰਤ ਰਹਿੰਦੀ ਏ ਮਰਦ ਦੇ ਨਾਲ ਖੜੀ, ਔਰਤ ਰਹਿੰਦੀ ਏ ਮਰਦ ਦੇ ਨਾਲ ਖੜੀ। ਕਿਉਂ ਜੀ ਸਰਪੰਚ ਸਾਹਿਬ, ਔਰਤ ਦਾ ਬਹੁਤ ਵੱਡਾ ਯੋਗਦਾਨ ਹੈ। ਲਓ ਵੇਖੋ ਸਾਹਮਣੇ ਇਸ ਵੇ ਪੁਆਇੰਟ ਜਿਹੜਾ ਅੰਮ੍ਰਿਤਸਰ ਦੀ ਟੀਮ ਦੇ ਖਾਤੇ ਜੁੜ ਚੁੱਕੇ ਹੈ, ਔਰ ਸੱਤ ਨੰਬਰ ਕਿੱਟ ਦੇ ਵਿੱਚ ਫੇਰ ਕਬੱਡੀ ਗੀਤਾ ਦੀ ਤਰਫੋਂ ਪਈ ਹੈ। ਮੁਕਾਬਲਾ ਹੁਣ ਦੇਖਣਾ
ਵੀ ਇੱਕ ਪਾਸੇ ਅੰਮ੍ਰਿਤਸਰ ਸ਼ਿਵਜੀ ਦਾ ਘਰ ਗੁਰੂਆਂ ਦੀ ਨਗਰੀ ਹੈ ਕਿ ਅੰਮ੍ਰਿਤਸਰ ਇੱਕ ਸਰ ਭਰਿਓ ਹੈ, ਮ੍ਰਿਤਕ ਨਾਵਾ ਜੀਵਤ ਭਰਿਓ ਹੈ, ਗੱਲ ਗੋਲਡਨ ਟੈਂਪਲ ਦੀ ਹੈ ਔਰ ਦੂਸਰੇ ਪਾਸੇ ਸੁਲਤਾਨਪੁਰ ਦੀ ਗੱਲ ਹੈ। ਲਓ ਗੀਤਾ 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 ਹੇ ਬੱਲੇ 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 ਨਹੀਂ ਸੈਂਟਾਰੀ ਮਾਰ ਦੋ ਮੇਰੇ ਵੀਰ ਦਰਸ਼ਕ ਵੀਰ। ਇੱਕ ਸਾਰ ਪਿਆ ਹਰਬੰਸ ਸਿੰਘ ਜੀ ਧਾਰੀਵਾਲ ਸਾਹਿਬ ਇਸ ਬੱਚੀ ਲਈ ਮਾਣ ਭੇਜਦੇ ਆ ਕਿ ਯੋਧੇ ਸੂਰਮੇ ਫਕੀਰਾਂ ਨੂੰ ਜਨਮ ਦਿੱਤਾ, ਮਾਮਾ ਬਣ ਕੇ ਕਹਾਣੀਆਂ ਰਚੀਆਂ ਨੇ, ਮਾਈ ਭਾਗੋ ਤੇ ਝਾਂਸੀ ਦੀ ਰਾਣੀ ਦੇਖੋ ਖਾਤਰ ਅਣਖ ਲਈ ਤੇਗਾਂ ਤੇ ਨੱਚੀਆਂ ਨੇ, ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਤੇ ਜਿੰਨਾ ਜਿੰਨਾ ਕਰੀਆਂ ਤਰੱਕੀਆਂ ਨੇ, ਪੜ੍ਹਾਈ ਵਿੱਚ ਵੀ ਮਾਰ ਨੇ ਮੱਲ ਵੱਡੀ, ਖੇਡਾਂ ਵਿੱਚ ਵੀ ਪਿੱਛੇ ਨਾ ਹਟੀਆਂ ਨੇ, ਭਦੌੜ ਵਾਲਿਆ ਦੇਸ਼ ਦਾ ਮਾਣ ਧੀਆਂ ਸਿਰ ਦਾ ਤਾਜ ਬਣਾ ਕੇ ਰੱਖੀਆਂ ਨੇ, ਸਿਰ ਦਾ ਤਾਜ ਬਣਾ ਕੇ ਰੱਖੀਆਂ ਨੇ। ਲੈ ਵੀ ਸੁਨੇਰੀਆ ਇਹ ਬੱਚੀਆਂ ਸਿਰ ਦਾ ਤਾਜ ਹੈ। ਲਓ ਪੁਆਇੰਟ ਆਏ ਸਮੇਂ ਧਾਵੀ ਦੇ ਖਾਤੇ ਜੁੜਦਾ ਹੋਇਆ ਆਪਾਂ ਅਗਲੀ ਕਬੱਡੀ ਰਾਜ ਦੀ ਕਬੱਡੀ ਦੇ ਨਾਲ ਜੁੜਾਂਗੇ ਵੀ ਸੁਲਤਾਨਪੁਰ ਦੀ ਤਰਫੋਂ ਅਗਲੀ ਕਬੱਡੀ ਪੈ ਰਹੀ ਹੈ ਔਰ ਦੇਖਦੇ ਹਾਂ ਮਾਈ ਭਾਗੋ ਵਾਂਗੂ ਕੋਈ ਲੜੀ ਨਾ ਮੈਦਾਨ ਮਾਤਾ, ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨਹੀਂ। ਲਓ ਇੱਕ ਨੰਬਰ ਕਿੱਟ ਜਫਾ ਨਹੀਂ ਲੱਗਿਆ ਔਰ ਰਾਜ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਜਿਹੜਾ ਹੋਰ ਵਾਧਾ ਕਰ ਚੁੱਕੀ ਹੈ। ਹਰਬੰਸ ਸਿੰਘ ਜੀ ਸਰਪੰਚ ਸਾਹਿਬ ਇੱਕ 100 ਭੇਜਦੇ ਹੈ, ਸਰਪੰਚੀ ਲਈ ਗੱਲ ਵੱਖਰੀ ਲਿਖੀ ਹੈ ਧਾਰੀਵਾਲ ਸਾਹਿਬ ਔਰ 100 ਰੁਪਏ ਸਾਡੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਆ, ਬਹੁਤ ਧੰਨਵਾਦ ਹੈ ਗੁਰਦੇਵ ਸਿੰਘ ਜੀ। ਸਰਪੰਚੀ ਦੇ ਪਿੱਛੇ ਲਕਸ਼ਣ ਹੋਏ ਬੜੇ ਟਫ ਹੋਏ, ਆ ਵੀ ਮੈਂ ਗੁਰਦੀਪ ਕੌਰ ਨੂੰ ਜਫਾ ਲੱਗਿਆ ਨੰਬਰ ਜਿਹੜਾ ਇਹ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ ਹੈ। ਕਮਾਂਡਰ ਸਾਹਿਬ ਬੂਟਾ ਸਿੰਘ ਗਿੱਲ ਨੇ ਸਪੈਸ਼ਲ ਤੇਰਾ ਪਿੰਡ ਪੁੱਛਿਆ ਤੇ ਤੂੰ ਨਾਲੇ ਅਨਾਉਂਸ ਕਰ ਦੇ ਸਾਰਿਆਂ ਨੂੰ ਪਤਾ ਲੱਗ ਜੇ ਨਾਲੇ ਸਰਦਾਰ ਬੂਟਾ ਸਿੰਘ ਨੂੰ ਦੱਸ ਦੇਵੇ। ਵਾਹ ਜੀ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਕਿਆ ਬਾਤ ਆ ਜੀ, ਮੈਨੂੰ 5 ਸਾਲ ਹੋ ਗਏ ਜੀ ਇੱਥੇ ਆਉਂਦਿਆਂ ਨੂੰ, ਇਸ ਪਿੰਡ 'ਚ ਮੇਰੀ ਭੂਆ ਵਿਆਹੀ ਹੋਈ ਹੈ, ਵੈਸੇ 'ਚ ਮੈਂ ਕਹਿਣ ਦਿਆਂ ਜੀ ਸਾਰਾ ਪਿੰਡ ਫੁੱਫੜਾਂ ਦਾ ਲੱਗਦਾ ਮੈਨੂੰ ਤਾਂ, ਮੇਰਾ ਪਿੰਡ ਬਾਜਾ ਖਾਨਾ ਜੀ, ਨਾਂ ਬਸੰਤ ਸਿੰਘ ਹੈ, ਮੈਂ ਸ਼ੇਰ ਦੇ ਨਾਲ ਹੀ ਰੱਖ ਦਿੰਦਾ ਸ਼ੇਰ ਦੇ ਨਾਲ ਹੀ ਕਿ ਡਾਢੇ ਨੇ ਮਿਠਾਸ ਭਾਰਤੀ ਜਵਾਨ 'ਚ ਕਮੈਂਟਰੀ ਦੇ ਫੁੱਲ ਵਰਤਾ ਤੇ ਮੈਦਾਨ 'ਚ, ਸੱਚੀ ਗੱਲ ਸਾਰੀ ਹੀ ਸਰੋਤਿਆਂ ਨੂੰ ਕਹਿੰਦਾ ਹਾਂ, ਨਾ ਇਹ ਬਸੰਤ ਸਿੰਘ ਜ਼ਿਲ੍ਹਾ ਇਹ ਫਰੀਦਕੋਟ, ਫਿਰ ਮੈਂ ਤਾਂ ਮਿੱਤਰੋ ਪਿੰਡ ਬਾਜੇ ਖਾਨੇ ਵਿੱਚ ਰਹਿੰਦਾ ਹਾਂ, ਫਿਰ ਮੈਂ ਤਾਂ ਮਿੱਤਰੋ ਪਿੰਡ ਬਾਜੇ ਖਾਨੇ ਵਿੱਚ ਰਹਿੰਦਾ ਹਾਂ। ਬਹੁਤ ਵਧੀਆ ਤਾੜੀ ਲਾ ਦਿਓ ਜੀ, ਇੱਕ ਬਹੁਤ ਬਹੁਤ ਧੰਨਵਾਦ ਜੀ ਬਸੰਤ ਸਿੰਘ ਤੁਹਾਡਾ, ਬਹੁਤ ਬਹੁਤ ਧੰਨਵਾਦ। ਵਾਹ ਜੀ ਕੀ ਬਾਤ ਹੈ, ਗੱਲ ਮੈਂ ਸਰਪੰਚੀ ਦੀ ਕਰਨ ਜਾ ਰਿਹਾ ਸੀਗਾ, ਪਿੱਛੇ ਟਫ ਹੋਇਆ ਜੀ, ਮੈਂ ਇੱਕ ਵੱਖਰੀ ਚੀਜ਼ ਕੀਤੀ ਨਾਲ ਹੀ। ਸਰਦਾਰ ਬੂਟਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੌਲਤਪੁਰਾ ਉੱਚਾ ਵੱਲੋਂ 100 ਰੁਪਇਆ ਬਸੰਤ ਸਿੰਘ ਤੈਨੂੰ ਨਾਮ ਹੈ ਵੀ ਮੇਰੇ ਕੋਲ ਆਣ ਕੇ ਲੈ ਜੀ, ਸਰਦਾਰ ਬੂਟਾ ਸਿੰਘ ਗਿੱਲ ਵੱਲੋਂ ਬਸੰਤ ਸਿੰਘ ਕਮੈਂਟਰ ਨੂੰ। ਵਾਹ ਜੀ ਬਹੁਤ ਬਹੁਤ ਧੰਨਵਾਦ ਜੀ, ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਦਾਨੀ ਸੱਜਣਾਂ ਦਾ। ਇਧਰਲੇ ਪਾਸੇ ਸੁਲਤਾਨਪੁਰ ਦੀ ਤਰਫ ਬਹੁਤ ਹੀ ਤਕੜਾ ਜਫਾ ਫੇਰ ਲੱਗਿਆ, ਅੰਕ ਜਿਹੜਾ ਜਾਫੀਆਂ ਦੇ ਹਿੱਸੇ ਹੈ। ਸਰਪੰਚ ਸਾਹਿਬ ਗੱਲ ਵੱਖਰੀ ਲਿਖੀ ਸੀਗੀ, 50 ਰੁਪਏ ਸਰਦਾਰ ਬਲਵੀਰ ਸਿੰਘ ਜੀ ਪਾਠੀ ਮੈਂਬਰ ਸਾਡੇ ਪੰਚਾਇਤ ਦੇ ਸੱਦਾ ਸਿੰਘ ਵਾਲਾ ਬਲਵੀਰ ਸਿੰਘ ਮੈਂਬਰ ਵੱਲੋਂ 50 ਰੁਪਏ ਬਸੰਤ ਸਿੰਘ ਨੂੰ ਕਮੈਂਟਰ ਨੂੰ ਸਪੈਸ਼ਲ ਨਾਮ ਹੈ ਜੀ ਮੇਰੇ ਕੋਲ ਆਣ ਕੇ ਲੈ ਜਾਵੇ। ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਮਿੱਤਰਾਂ ਦਾ ਜਿਹੜੇ ਆਪਣੇ ਛੋਟੇ ਵੀਰ ਦਾ ਮਾਣ ਸਨਮਾਨ ਕਰ ਰਹੇ ਆ, ਧੰਨਵਾਦ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖਸ਼ੇ।
ਮੇਰਾ ਪ੍ਰੈਸ਼ਰ ਤੇ ਹੱਥ ਰੱਖੇ ਗੁਰਦੇਵ ਸਿੰਘ ਜੀ ਮੈਂ ਗੱਲ ਫੇਰ ਪੱਟ ਜਾਂਦਾ ਮੈਂ ਹੁਣ ਤੁਹਾਨੂੰ ਸੁਣਾ ਰਿਹਾ ਕਿ ਜਿਹੜਾ ਖੇਡ ਕੇ ਕਬੱਡੀ ਪਿੰਡ ਦਾ ਨਾਂ ਰੌਸ਼ਨ ਕਰੇ ਉਹ ਤਾਂ ਪੁੱਤ ਸ਼ੀਨੀ ਮਾਂ ਦਾ ਬੱਬਰ ਸ਼ੇਰ ਹੁੰਦਾ ਤੇ ਚੰਗਾ ਕੰਮ ਕਰਨ ਲੱਗੇ ਕਦੇ ਨਾ ਘਾਲੋ ਕਰੀਏ ਇੱਕ ਵਾਰੀ ਖੁੰਝਾ ਵੇਲਾ ਮੁੜ ਕੇ ਨਹੀਂ ਆਉਂਦਾ ਬਾਈ ਫੇਰ ਹੁੰਦਾ ਤੇ ਸਰਬ ਸੰਮਤੀ ਨਾਲ ਜੋ ਹਰ ਵਾਰੀ ਸਰਪੰਚ ਬਣ ਜੇ ਉਹ ਤੇ ਬੰਦਾ ਪਿੰਡ ਚੋਂ ਟੀਸੀ ਵਾਲਾ ਬੇਰ ਹੁੰਦਾ ਤੇ ਸੁਖ ਚੈਨ ਬਰਾੜਾ ਦੁਸ਼ਮਣੀ ਦੀ ਭਾਵਨਾ ਦਿਲ ਵਿੱਚ ਲਈ ਫਿਰਨ ਬਥੇਰੇ ਸਰਪੰਚ ਸਾਹਿਬ ਊਧਮ ਸਿੰਘ ਵਾਂਗੂ ਨਹੀਂ ਵੈਰੀ ਸਾਰਿਆਂ ਤੋਂ ਘੇਰ ਹੁੰਦਾ ਤੇ ਊਧਮ ਸਿੰਘ ਵਾਂਗੂ ਨਹੀਂ ਵੈਰੀ ਸਾਰਿਆਂ ਤੋਂ ਘੇਰ ਹੁੰਦਾ ਵਾਕਈ ਟੀਸੀ ਵਾਲੇ ਬੇਰ ਦੀ ਗੱਲ ਹੈ ਬਹੁਤ ਹੀ ਪਿਆਰੇ ਇਨਸਾਨ ਹੈ ਸਰਦਾਰ ਹਰਬੰਸ ਸਿੰਘ ਜੀ ਧਾਰੀਵਾਲ ਸਾਹਿਬ ਚਾਹੇ ਜਸਵੰਤ ਸਿੰਘ ਜੀ ਸਾਬਕਾ ਸਰਪੰਚ ਨੇ ਉਹ ਵੀ ਸਾਡੀ ਜ਼ਿੰਦਗੀ ਦੇ ਮਿੱਤਰ ਹੈ ਜਿੰਨੇ ਵੀ ਸਾਡੇ ਮਿੱਤਰ ਨੇ ਸਾਰਿਆਂ ਦਾ ਧੰਨਵਾਦ ਹੈ ਪਰ ਕੁਝ ਸੱਜਣ ਏਦਾਂ ਦੇ ਹੁੰਦੇ ਆ ਸਰਪੰਚ ਸਾਹਿਬ ਜੋ ਦਿਲ ਵਿੱਚ ਵਸ ਜਾਂਦੇ ਹੈ ਲਓ ਵੇਖੋ ਸਾਹਮਣੇ ਮੁਕਾਬਲਾ ਹਲਕਾ ਟੱਚ ਕੀਤਾ ਸੁਲਤਾਨਪੁਰ ਦੀ ਟੀਮ ਦੇ ਹਿੱਸੇ ਮਾਣ ਇੱਕ ਅੰਕ ਜਿਹੜਾ ਹੋਰ ਜੋੜ ਚੁੱਕੀ ਹੈ ਔਰ ਦੂਸਰੇ ਪਾਸੇ ਆਪਾਂ ਫੇਰ ਦੇਖਦੇ ਹਾਂ ਵੀ ਇਸ ਸਮੇਂ ਕਬੱਡੀ ਦੋ ਨੰਬਰ ਕਿੱਟ ਦੇ ਵਿੱਚ ਅੰਮ੍ਰਿਤਸਰ ਦੀ ਤਰਫੋਂ ਪਈ ਹੈ ਗੁਰਦੀਪ ਕੌਰ ਇਸ ਬੱਚੀ ਦਾ ਨਾਮ ਹੈ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕੀ ਹੈ ਔਰ ਜਿੱਦਾਂ ਪੰਜਾਬੀ ਬੋਲੀਆਂ ਬੜੀਆਂ ਮਸ਼ਹੂਰ ਹੈ ਇਹਨਾਂ ਲੜਕੀਆਂ ਦੇ ਜਿਹੜਾ ਮੈਚ ਹੋ ਰਿਹਾ ਇਹਨਾਂ ਦੋਨਾਂ ਟੀਮਾਂ ਨੂੰ ਅੰਗਰੇਜ਼ ਸਿੰਘ ਜੀ ਸਰਪੰਚ ਦੌਲਤਪੁਰ ਉੱਚਾ ਸਮਰਾ ਸਾਹਿਬ 500 ਰੁਪਏ ਦਾ ਇਨਾਮ ਇਹਨਾਂ ਦੋਨਾਂ ਟੀਮਾਂ ਨੂੰ ਅੰਗਰੇਜ਼ ਸਿੰਘ ਸਰਪੰਚ ਦੌਲਤਪੁਰ ਉੱਚਾ ਸਮਰਾ ਸਾਹਿਬ ਆੜਤੀਆ ਉਹਨਾਂ ਵੱਲੋਂ ਹੈ ਜੀ 500 ਰੁਪਏ ਦਾ ਇਨਾਮ ਬਾਅਦ ਚ ਸਟੇਜ ਤੋਂ ਆਣ ਕੇ ਮੇਰੇ ਕੋਲ ਲੈ ਜਾਣ ਜੀ ਦੋਨੋਂ ਟੀਮਾਂ ਲਓ ਇਧਰਲੇ ਪਾਸੇ ਆਪਾਂ ਫੇਰ ਦੇਖਦੇ ਹਾਂ ਵੀ ਅੰਮ੍ਰਿਤਸਰ ਦੀ ਬੱਚੀ ਮਾਝੇ ਦੀ ਗੱਲ ਹੈ ਮਾਝੇ ਵਾਲੇ ਕਾਲੇ ਨੂੰ ਮੁਝਾਇ ਲਾਖਦੇ ਹੁੰਦੇ ਹੈ ਔਰ ਗੱਲ ਵਾਕਈ ਜਿਹੜਾ ਐਸੇ ਪੁਆਇੰਟ ਹੈ ਇਹ ਸਟਾਪਰਾਂ ਦੇ ਹਿੱਸੇ ਅੰਮ੍ਰਿਤਸਰ ਦੀ ਟੀਮ ਦੇ ਹਿੱਸੇ ਹੈ ਅੰਗਰੇਜ਼ ਸਿੰਘ ਜੀ ਸਮਰਾਰਤੀ ਹੈ ਸਭ ਦੌਲਤਪੁਰੇ ਵਾਲੇ ਉਹ ਵੀ ਸਾਡੀ ਜ਼ਿੰਦਗੀ ਦੇ ਬਹੁਤ ਹੀ ਪਿਆਰੇ ਦੋਸਤਾਂ ਮੈਂ ਵੇਖ ਰਿਹਾ ਵੀ ਸਟੇਜ ਤੇ ਸ਼ਾਇਦ ਬਰਾਜਮਾਨ ਹੈ ਧੰਨਵਾਦ ਹੈ ਔਰ ਦੂਸਰੇ ਪਾਸੇ ਫੜਿਆ ਗੁੱਟ ਸੁਲਤਾਨਪੁਰ ਦੀ ਧਰਤੀ ਦੀ ਬੱਚੀ ਬਹੁਤ ਹੀ ਤਕੜਾ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਏ ਦੀ ਕੁੜੀ ਚੀਕ ਨਹੀਂ ਮਾਰਨੀ ਆਪਣੀਆਂ ਧੀਆਂ ਭੈਣਾਂ ਤਾੜੀ ਜ਼ਰੂਰ ਮਾਰ ਦਿਆ ਕਰੋ ਮੇਰੇ ਵੀਰ ਬਣ ਕੇ ਕਿਉਂਕਿ ਇਹ ਔਰਤ ਬੜੀ ਮਹਾਨ ਹੈ ਕਿਉਂਕਿ ਸੱਚੀ ਗੱਲ ਹੈ ਕਿਸੇ ਟਾਈਮ ਤੇ ਪੁਰਾਣੇ ਬਜ਼ੁਰਗ ਹੈ ਪੁਰਾਣੇ ਬਜ਼ੁਰਗ ਗੱਲ ਜਾਣਦੇ ਹੈ ਔਰਤ ਨੂੰ ਪੈਰ ਦੀ ਜੁੱਤੀ ਸਮਝ ਆਉਂਦਾ ਮੱਖਣ ਸਿੰਘ ਜੀ ਪਰ ਬਾਬੇ ਨਾਨਕ ਨੇ ਬਰਾਬਰ ਦੇ ਹੱਕ ਦਿੱਤੇ ਆ ਔਰਤ ਨੂੰ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਜਾਨ ਇਸੇ ਔਰਤ ਨੇ ਭਗਤ ਸਿੰਘ ਨੂੰ ਜਨਮ ਦਿੱਤਾ ਇਸੇ ਔਰਤ ਨੇ ਸ਼ਹੀਦ ਊਧਮ ਸਿੰਘ ਨੂੰ ਜਨਮ ਦਿੱਤਾ ਇਸੇ ਔਰਤ ਨੇ ਮੇਰੇ ਵੀਰੋ ਵੱਡੇ ਵੱਡੇ ਯੋਧੇ ਪੈਦਾ ਕੀਤੇ ਹੈ ਉਧਰਲੇ ਪਾਸੇ ਉਂਗਲੀ ਖੜੀ ਕੀਤੀ ਹੈ ਬਾਦਲ ਦੀ ਝੰਡੀ ਵਾਂਗੂ ਅੱਜ ਸਮੁੱਚਾ ਅਕਾਲੀ ਦਲ ਇਕੱਠਾ ਹੈ ਸੋ ਧੰਨਵਾਦ ਹੈ ਸਾਰੀਆਂ ਪਾਰਟੀਆਂ ਆਪਣੀਆਂ ਆਈਆਂ ਜੀ ਸਾਰੇ ਇਨਸਾਨ ਚੰਗੇ ਹੋਣੇ ਚਾਹੀਦੇ ਹੈ ਗੱਲ ਪਾਰਟੀ ਦੀ ਨਹੀਂ ਹੈ ਲਓ ਵੇਖੋ ਸਾਹਮਣੇ ਦੋ ਨੰਬਰ ਕਿੱਟ ਦੇ ਵਿੱਚ ਅੰਮ੍ਰਿਤਸਰ ਦੀ ਤਰਫੋਂ ਗੁਰਦੀਪ ਕੌਰ ਅਗਲੀ ਕਬੱਡੀ ਪਾ ਰਹੀ ਹੈ ਆਪਾਂ ਦੇਖਾਂਗੇ ਮੁਕਾਬਲਾ ਕਿੱਦਾਂ ਦਾ ਬਣਨਾ ਇਹ ਤੇ 30 ਸਕਿੰਟਾਂ ਦੀ ਕਬੱਡੀ ਹੈ ਕਿ ਕੁੱਖ ਚ ਧੀ ਧਰਤੀ ਚ ਪਾਣੀ ਨਾ ਸਾਹਮੇ ਤੇ ਖਤਮ ਕਹਾਣੀ ਸਰਦਾਰ ਸੰਤੋਖ ਸਿੰਘ ਜੀ ਵੀ ਖਿਡਾਰੀਆਂ ਦੇ ਲਈ
ਮੇਰੇ ਵੀਰੇ ਉਹ ਟ੍ਰੀਟਮੈਂਟ ਦਾ ਜੋ ਸਮਾਨ ਹੈ ਉਹ ਪੋਜਦਾ ਖੇਡ ਮੈਦਾਨ ਦੇ ਵਿੱਚ ਕਰ ਰਹੀ ਹੈ। ਸੁਖਤੋਖ ਸਿੰਘ ਜੀ ਆਪਾਂ ਧੰਨਵਾਦ ਕਰਦੇ ਹੈ, ਉਧਰ ਭੋਲਾ ਸਿੰਘ ਜੀ ਤੇ ਮੱਖਣ ਸਿੰਘ ਜੀ ਉਹਨਾਂ ਦੀ ਪੂਰੀ ਮਿੱਤਰ ਮੰਡਲੀ ਹੈ, ਉਧਰ ਸਾਡਾ ਵੀ ਗੁਰਪ੍ਰੀਤ ਗੋਰਾ ਔਰ ਨਾਲ ਉਹਨਾਂ ਦੇ ਗੁਰਦੇਵ ਸਿੰਘ ਜੀ, ਇਧਰਲੇ ਪਾਸੇ ਸਰਦਾਰ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਤੇ ਗੁਰਮੇਲ ਸਿੰਘ ਗੇਲਾ, ਤਾਈਆਂ ਪਾ ਕੇ ਉਹਨਾਂ ਦੀ ਪੂਰੀ ਮਿੱਤਰ ਮੰਡਲੀ ਜੋ ਸਾਡੇ ਨਾਲ ਤਾਲਮੇਲ ਕਰ ਰਹੀ ਹੈ, ਆਪਾਂ ਧੰਨਵਾਦ ਕਰਦੇ ਹੈ। ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ 6 ਨੰਬਰ ਕਿੱਟ ਇਸ ਸਮੇਂ ਰਾਜ ਕਬੱਡੀ ਪਾਰੀ ਅੰਮ੍ਰਿਤਸਰ ਦੀ ਤਰਫੋਂ, ਉਧਰਲੇ ਪਾਸੇ 5 ਨੰਬਰ ਕਿੱਟ ਸੁਲਤਾਨਪੁਰ ਦੀ ਤਰਫੋਂ। ਬਹੁਤ ਹੀ ਤਕੜਾ ਜਫਾ ਲੱਗਿਆ ਮੈਦਾਨ ਦੇ ਵਿੱਚ ਔਰ ਅੰਕ ਜਿਹੜਾ ਇਹ ਇਸ ਸਮੇਂ ਸੁਲਤਾਨਪੁਰ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ। ਸਕੋਰ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਔਰ ਮੈਚ ਸਮਾਪਤ ਹੈ। ਬਾਈ ਜੀ ਟੀਮ ਜਿੱਤੂ, ਹੈਲੋ ਭਲੂਰ ਤੇ ਜੀਤਾ ਦੋਵੇਂ ਟੀਮਾਂ ਦਾ ਮੈਚ ਹੈ ਬਾਈ, ਭਲੂਰ ਤੇ ਜੀਤਾ, ਭਲੂਰ ਤੇ ਜੀਤਾ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ। ਆ ਜਿਹੜਾ ਲੜਕੀਆਂ ਦਾ ਮੈਚ ਚੱਲਿਆ ਜੀ, ਇਹਦੇ ਵਿੱਚੋਂ ਅੰਮ੍ਰਿਤਸਰ ਦੀ ਜਿਹੜੀ ਟੀਮ ਹੈ ਉਹ ਜੇਤੂ ਟੀਮ ਹੈ, ਇਹ ਸਾਡੇ ਵੀ ਪ੍ਰਬੰਧਕ ਨੋਟ ਕਰਨਗੇ। ਜੇਤੂ ਟੀਮ ਅੰਮ੍ਰਿਤਸਰ ਦੀ ਟੀਮ ਹੈ, ਇਹ ਸਾਡੇ ਵੀ ਪ੍ਰਬੰਧਕ ਜ਼ਰੂਰ ਨੋਟ ਕਰਨਗੇ ਜੀ। ਸੋ ਨਾਲ ਇੱਕ ਸਾਡਾ ਬਾਬਾ ਹਰੀਦਾਸ ਸਪੋਰਟਸ ਕਲੱਬ ਤਲਵੰਡੀ ਭਾਈ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਮਿਤੀ 28-29 ਦਸੰਬਰ ਸਤੰਬਰ ਦੀਆਂ ਡੇਟਾਂ ਨੇ। 70 ਕਿਲੋ ਭਾਰ ਤੇ ਕਬੱਡੀ ਓਪਨ ਦੇ ਮੈਚ ਹੋਣੇ ਆ। ਮੇਰੇ ਕੋਲ ਇਸ਼ਤਿਹਾਰ ਸਾਡਾ ਵੀ ਦੇ ਕੇ ਗਿਆ ਸੀਗਾ, ਆਪਾਂ ਧੰਨਵਾਦ ਕਰਦੇ ਹਾਂ। ਅਗਲੀਆਂ ਮਾਈਕ ਤੇ ਸੇਵਾਵਾਂ ਗੁਰਚਰਨ ਸਨੇਹ ਸਾਡਾ ਵੀਰ ਤੁਹਾਡੇ ਨਾਲ ਸਾਂਝੀਆਂ ਕਰੇਗਾ। ਹੈਲੋ ਭਲੂਰ ਤੇ ਜੀਤਾ ਦੋਵੇਂ ਟੀਮਾਂ ਸਿੱਟ ਲਾਉਣ, ਭਲੂਰ ਤੇ ਜੀਤਾ ਦੋਵੇਂ ਟੀਮਾਂ ਨੂੰ ਬੇਨਤੀ ਆ ਦੋਵੇਂ ਟੀਮਾਂ ਸਿੱਟ ਲਾਉਣ। ਪੱਚੀ ਤੇ 26 ਤਰੀਕ ਲੋਪੋ ਪਿੰਡ ਵਾਲੇ ਸੱਦੇ ਦੇ ਰਹੇ ਹੈ, ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। 25 ਤੇ 26 ਤਰੀਕ ਲੋਪੋ ਪਿੰਡ ਗੁਰਪ੍ਰੀਤ ਨੇ ਮੋਟਰਸਾਈਕਲ ਖੇਡਣਾ ਹੈ। ਦਰਸ਼ਕ ਵੀਰ ਬੜੇ ਪਿਆਰ ਦੇ ਨਾਲ ਇਸ ਕਬੱਡੀ ਨੂੰ ਤੱਕਣ ਦੇ ਲਈ ਪੁੱਜੇ ਹੈ। ਮੈਚ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ, ਹੈਲੋ ਬਸੰਤ ਬਾਈ ਭਲੂਰ ਤੇ ਬਾਜੇ ਦੂਜੇ ਦਾ ਚੀਤੇ ਦਾ ਮੈਚ ਹੈ ਬਾਈ। ਹਾਂਜੀ ਹਾਂਜੀ ਠੀਕ ਹੈ ਬਾਈ, ਠੀਕ ਗਿੱਲੀ ਬਾਜੀ ਮੈਚ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਹੈਲੋ ਦੋਵੇਂ ਟੀਮਾਂ ਸਿੱਟ ਲਾਉਣ, ਭਲੂਰ ਤੇ ਜੀਤਾ, ਭਲੂਰ ਦੀ ਟੀਮ ਇੱਧਰ ਮੇਨ ਰੋਡ ਵਾਲੀ ਸਾਈਡ ਆ ਤੇ ਜੀਤੇ ਦੀ ਟੀਮ ਇੱਧਰ ਪਿੰਡ ਵਾਲੀ ਸਾਈਡ ਆ। ਪਹਿਲੀ ਰੇਡ ਨੌਜਵਾਨ ਭਲੂਰ ਪਿੰਡ ਦਾ ਪੌਦਾ ਹੋਇਆ ਖੇਡ ਮੈਦਾਨ ਵਿੱਚ, ਮੇਜਰ ਭਲੂਰ ਦਾ ਪਿੰਡ ਆ, ਅੱਗੇ ਖੇਡ ਪ੍ਰਮੋਟਰਾਂ ਦਾ ਪਿੰਡ ਆ ਤੇ ਦੂਸਰੇ ਪਾਸੇ 4 ਜਾਫੀ ਨੇ ਜੀਤੇ ਪਿੰਡ ਦੇ। ਲਓ ਸਾਹਮਣੇ ਜ਼ਿਲ੍ਹੇ ਬਠਿੰਡੇ ਦੀ ਧਰਤੀ ਆ ਜਿੱਥੋਂ ਦਾ ਕਹਿੰਦੇ ਬਾਜੇ ਖਾਨੇ ਪਿੰਡ ਦਾ ਬਸੰਤ, ਸੋਹਣੇ ਬੋਲ ਬੋਲੇ ਖੇਡ ਮੈਦਾਨ ਵਿੱਚ, ਬਹੁਤ ਹੀ ਪਿਆਰ ਤੇ ਸਤਿਕਾਰਯੋਗ ਵੀਰ ਆ। ਜੰਡੀ ਤੇ ਕਲਕਲਾ ਦੋਵੇਂ ਟੀਮਾਂ ਦਾ ਅਗਲਾ ਮੈਚ ਆ, ਦੋਵੇਂ ਟੀਮਾਂ
ਬੁਕਸ ਚ ਪੁੱਜਣ ਜੰਡੀ ਤੇ ਜੀਤਾ ਲਓ ਸਾਹਮਣੇ ਨੌਜਵਾਨ ਖੇਡ ਦੀ ਮੈਦਾਨ ਵਿੱਚ ਗੁਰਲਾਲ ਕਬੱਡੀ ਪਾਉਂਦਾ ਹੋਇਆ ਇੱਕ ਘਨੌਰ ਦੀ ਧਰਤੀ ਦਾ ਇੱਕ ਆ ਨੌਜਵਾਨ ਦੂਸਰੇ ਪਾਸੇ ਦੁਨੀਆਂ ਦਾ ਮਹਾਨ ਜਾਫੀ ਕਹਿੰਦੇ ਆ ਭਲੂਰ ਪਿੰਡ ਦਾ ਤੋਤਾ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਸੇਫ ਸਿਆ ਪਾ ਅਗਲੀ ਰੇਡ ਅਗਲਾ ਮੈਚ ਮੇਰੇ ਵੀਰ ਲੜਕੀਆਂ ਦੀ ਟੀਮ ਨੂੰ ਮਾਨ ਸਨਮਾਨ ਕਰ ਲਿਆ ਜੰਡੀ ਦੇ ਗੱਲ ਕਲਾਂ ਜੀ ਅਗਲਾ ਮੈਚ ਧਾਲੀਵਾਲ ਸਾਡੇ ਬੂਟਾ ਸਿੰਘ ਜੀ ਪ੍ਰਧਾਨ ਜੈ ਸਿੰਘ ਬੂਟਾ ਸਿੰਘ ਜੀ ਦੌਲਤੋਰੇ ਵਾਲੇ ਪ੍ਰਧਾਨ ਸਾਹਿਬ ਧੰਨਵਾਦ ਕਰਦੇ ਇਹਨਾਂ ਦਾ ਵੀ ਹੋਰ ਜੰਟੇ ਅਰਕੇ ਵੀਰੇ ਵੀਰ ਜੀਤ ਸਿੰਘ ਪੰਚਾਇਤ ਮੈਂਬਰ ਗੁਲਜ਼ਾਰ ਸਿੰਘ ਬਾਬੇ ਕੇ ਚੰਦ ਸਿੰਘ ਬਾਬੇ ਕੇ ਤਰਸੇਮ ਸਿੰਘ ਸੇਮੀ ਅਸੀਂ ਸਾਰੀ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਜੀ ਇਹਨਾਂ ਨੇ ਲੜਕੀਆਂ ਨੂੰ ਮਾਨ ਸਨਮਾਨ ਕੀਤਾ ਠੀਕ ਆ ਗਿੱਲ ਵੀਰੇ ਲਓ ਜੀਤੇ ਦੀ ਧਰਤੀ ਦਾ ਬਿੱਟੂ ਦੇਖਾਂਗੇ ਵੀ ਨੌਜਵਾਨ ਜ਼ਿਲ੍ਹੇ ਬਠਿੰਡੇ ਵਾਲਾ ਪਾਠ ਜਿਹੜਾ ਦੇਖਾਂਗੇ ਵੀ ਬਠਿੰਡੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਜੀਦਾ ਪਿੰਡ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਲਓ ਅਗਲੀ ਕਬੱਡੀ ਦੇਖਾਂਗੇ ਵੀ ਅਰਸ਼ੀ ਭਲੂਰ ਪਿੰਡ ਦਾ ਅਗਲੀ ਕਬੱਡੀ ਜਸਵੰਤ ਸਿੰਘ ਬਾਬੇ ਕੇ ਸਵਰਨ ਸਿੰਘ ਬਾਬੇ ਕੇ ਧੰਨਵਾਦ ਕਰਦੇ ਸਭ ਦਾ ਲਓ ਇਸ ਸਮੇਂ ਨੌਜਵਾਨ ਹਲਕਾ ਜਿਹਾ ਕਲਟਾ ਚ ਵਾਪਸ ਮੁੜਦਾ ਹੋਇਆ ਪਾਰ ਜਿਹੜਾ ਭਲੂਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਨੌਜਵਾਨ ਕਾਲੀ ਪੱਟੀ ਦੇ ਵਿੱਚ ਦੇਖਾਂਗੇ ਵੀ ਪਾਉਣ ਦੇ ਲਈ ਵਾਧਾ ਹੋਇਆ ਕਿ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਕਾਲੂ ਨੇ ਵੀ ਕਿਹੜੇ ਲਾਉਣੇ ਕਾਲੂ ਨੇ ਠੀਕ ਆ ਗਿੱਲ ਵੀਰ ਕਿ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਬੈਠ ਕਾ ਨਗੌਰ ਦਾ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਇੱਕ ਪਾਸੇ ਗੱਭਰੂ ਭਲੂਰ ਵਾਲਾ ਦੇਖਾਂਗੇ ਵੀ ਚੱਕ ਕੇ ਜਾਮ ਕਰੀ ਜਾਂਦਾ ਕਿ ਕੱਢ ਕੇ ਬਗਾਨਾ ਬੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਜਵਾਲ ਦੀ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਦੀ ਲਓ ਭਲੂਰ ਪਿੰਡ ਵਾਲਾ ਨੌਜਵਾਨ ਲਓ ਸੇਵਕ ਕਬੱਡੀ ਪਾਉਂਦਾ ਹੋਇਆ ਖੇਡ ਦੀ ਮੈਦਾਨ ਵਿੱਚ ਦੂਸਰੇ ਪਾਸੇ ਚਾਰ ਜਾਫੀ ਨੇ ਜੀਤੇ ਪਿੰਡ ਦੇ ਲਓ ਗੱਲ ਸਮੇਂ ਦੀ ਹੋਵੇਗੀ ਖੇਡ ਮੈਦਾਨ ਵਿੱਚ ਨੌਜਵਾਨ ਵਧਿਆ ਹੋਇਆ ਜਿੱਥੇ ਜੰਮਿਆ ਭਗਤ ਸਿੰਘ ਸਰਦਾਰ ਯਾਰ ਮੈਂ ਉੱਥੋਂ ਦਾ ਜਿੱਥੇ ਕਬੱਡੀ ਦਾ ਸਟਾਰ ਯਾਰ ਮੈਂ ਉੱਥੋਂ ਦਾ ਲਓ ਸਾਹਮਣੇ ਮੋਟੇ ਪੱਟ ਤੋਂ ਖਿੱਚ ਮਾਰ ਲਈ ਨੌਜਵਾਨੇ ਤੇ ਪੁਆਇੰਟ ਜੀਤੇ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਗੁਰਲਾਲ ਸਿਆ ਪਾ ਅਗਲੀ ਰੇਡ ਖੇਡ ਮੈਦਾਨ ਵਿੱਚ ਅੱਜ ਪਿੰਡ ਸੱਦਾ ਸਿੰਘ ਵਾਲਾ ਦੇ ਵਿੱਚ ਜੋ ਇਹ ਕਬੱਡੀ ਦੇ ਸ਼ਾਨਦਾਰ ਟੂਰਨਾਮੈਂਟ ਹੋ ਰਹੇ ਆ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਮੋਗੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਜੀ ਮਾਲਾ ਜੋ ਕਿ ਇਸ ਵੇਲੇ ਇਹਨਾਂ ਗਰਾਊਂਡਾਂ ਵਿੱਚ ਪਹੁੰਚ ਚੁੱਕੇ ਆ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਇਹਨਾਂ ਗਰਾਊਂਡਾਂ ਵਿੱਚ ਹਾਜ਼ਰੀ ਦੇਣਗੇ ਮੈਂ ਜਥੇਦਾਰ ਤੀਰਥ ਸਿੰਘ ਜੀ ਮਾਲਾ ਨੂੰ ਸੱਦਾ ਸਿੰਘ ਵਾਲਾ ਪਿੰਡ ਵਿੱਚ ਪਹੁੰਚਣ ਤੇ ਜੀ ਆਇਆ ਆਖਦਾ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਦੇ ਨਾਲ ਆਈ ਹੋਈ ਸਾਰੀ ਹੀ ਅਕਾਲੀ ਲੀਡਰਸ਼ਿਪ ਨੂੰ ਜੀ ਆਇਆ ਆਖਿਆ ਜਾਂਦਾ ਬਹੁਤ ਧੰਨਵਾਦ ਸਰਦਾਰ ਤੀਰਥ ਸਿੰਘ ਜੀ ਮਾਲਾ ਜ਼ਿਲ੍ਹਾ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਬਾਦਲ ਮੋਗਾ ਤੋਂ ਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ। ਉਧਰ ਮਾਣਯੋਗ ਸਨਮਾਨਯੋਗ ਜਥੇਦਾਰ ਤੀਰਥ ਸਿੰਘ ਜੀ ਮਾਲਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ, ਸਿਆਸਤ ਦੇ ਦਰਵੇਸ਼ ਨੇ, ਸਿਆਸਤ ਦੇ ਰਹਿਨਮਾ ਨੇ, ਵਿਸ਼ੇਸ਼ ਤੌਰ ਤੇ ਪੁੱਜੇ ਨੇ ਸਮੁੱਚੀ ਪ੍ਰਬੰਧਕ ਕਮੇਟੀ ਤਰਫੋਂ ਜੀ ਆਖ ਦੇ ਜਥੇਦਾਰ ਤੀਰਥ ਸਿੰਘ ਜੀ ਮਾਲਾ, ਉਹਨਾਂ ਦੇ ਨਾਲ ਕੁਲਦੀਪ ਸਿੰਘ ਜੀ ਜੋਗੇ ਵਾਲੇ ਪਿੰਡ ਵਾਲੇ ਉਹ ਵੀ ਪੁੱਜੇ ਹੋਏ ਨੇ। ਸਮੁੱਚੀ ਜੇ ਕਹਿ ਦਈਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪੁੱਜੀ ਹੋਈ ਆ ਤੇ ਤਮਰੇ ਧਰਮੇ ਵੀਰ ਨੇ ਫੈਸਲਾ ਕਰਤਾ। ਮੈਂ ਸਮਾਪਤ ਆ ਜੀ, ਮੁਕਾਬਲਾ ਸਮਾਪਤ ਆ। ਤਨਮਸਿਆ ਇਸ਼ਾਰਾ ਕਰੀ ਕਿਹੜੀ ਟੀਮ ਜੇਤੂ ਆ, ਭਲੂੜ ਪਿੰਡ ਚੱਲਦੇ ਮੈਚ ਤੋਂ ਜੇਤੂ ਆ। ਨੋਟ ਕਰ ਕਹਿੰਦੇ ਵੀਰ ਭਲੂੜ ਜੇਤੂ ਵੀਰ, ਠੀਕ ਹੈ ਠੀਕ ਆ, ਭਲੂੜ ਜਿੱਤ ਗਿਆ। ਹਾਂਜੀ ਜੰਡੀ ਤੇ ਕੱਲ ਕਲਾ, ਦੋਵੇਂ ਟੀਮਾਂ ਸਿੱਟ ਲਾਉਣ ਜੰਡੀ ਤੇ ਕੱਲ ਕਲਾ। ਬਾਈ ਜੀ ਇਹ ਆਪਣੇ ਵੀਰਾਂ ਨੂੰ ਬੇਨਤੀ, ਬਾਈ ਕੁਰਸੀਆਂ ਨਾ ਤੋੜੋ ਯਾਰ, ਫਿਰ ਪੈਸੇ ਹੀ ਪੈਣੇ ਆਪਾਂ ਨੂੰ, ਹੋਰ ਇਹਦਾ ਫਾਇਦਾ ਤਾਂ ਹੋਣਾ ਨਹੀਂ। ਲੱਤਾਂ ਦੋ ਤਿੰਨਾਂ ਕੁਰਸੀਆਂ ਦੀਆਂ ਤੋੜਤੀਆਂ ਤੇ ਇੱਕ ਜੰਗਲਾ ਬਾਈ ਧੱਕੋ ਨਾ ਮੇਰੇ ਵੀਰ ਯਾਰ, ਜੰਗਲਾ ਜੇ ਮਾੜਾ ਸਕਿਉਰਿਟੀ ਗਾਰਡ ਵਾਲੇ ਵੀ ਗੇੜਾ ਲਾ ਦੇਣ ਦਾਲੇ ਦਾਲੇ ਬਾਈ ਜੰਗਲੇ ਤੋਂ, ਮਾੜੇ ਮਾੜੇ ਇਹਨਾਂ ਨੂੰ ਬਾਈਆਂ ਨੂੰ ਜਿਹੜਾ ਇਹਨਾਂ ਦੇ ਹੱਥ ਪਿੱਛੇ ਹਟਾ ਦਿਓ। ਧੰਨਵਾਦ ਜੀ। ਜੰਡੀ ਵਰਸ ਜੀ ਕਾਲ ਕਲਾਂ ਦਾ ਜਿਹੜਾ ਮੈਚ ਖੇਡਿਆ ਜਾਣਾ, ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ। ਜੰਡੀ ਵਰਸ ਜੀ ਕਾਲ ਕਲਾਂ, ਦੋਨਾਂ ਟੀਮਾਂ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ। ਆ ਦੇਖੋ ਜੀ ਇਹ ਖਿਡਾਰੀ ਵੀਰ ਕੰਨ ਨਾਲ ਮੋਟਰਸਾਈਕਲ ਖਿੱਚਦਾ, ਪਰ ਸਾਡੀ ਟੂਰਨਾਮੈਂਟ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਆਪਦੇ ਕੰਨ ਦਾ ਇਹ ਆਪ ਜ਼ਿੰਮੇਵਾਰ ਹੈ। ਬੇਸ਼ੱਕ ਬਾਅਦ ਚ ਨੂੰ ਇੱਕ ਕੰਨ ਨਾਲ ਸੁਣਨਾ ਪਵੇ, ਕੰਨ ਦੇ ਨਾਲ ਰੱਸਾ ਪਾ ਲਿਆ ਤੇ ਮੋਟਰਸਾਈਕਲ ਖਿੱਚ ਲਿਆ, ਹੱਥ ਵੀ ਛੱਡਤਾ, ਹੁਣ ਖਿੱਚ ਜਵਾਨਾ ਬਾਬਾ ਜੀ ਬਸ ਥੱਕ ਗਿਆ ਵੀ। ਆ ਕਾਲੂ ਸੱਦੇ ਵਾਲੀ ਆ ਟਰੈਕ ਦੇ ਗੇੜੇ ਲਾਵੇਗਾ। 10:30-11 ਧਰਮ ਸਿਆ ਉਹ ਮੁੱਕ ਜਾਣਗੇ, ਠੀਕ ਆ ਹੁਣ ਇੰਨਾ ਹੀ ਰਹਿਣਗੇ, ਠੀਕ ਆ ਉਨਾ ਹੀ। ਜੰਡੀ ਵਰਸਰੀ ਕਾਲ ਕਲਾਂ ਦਾ ਜਿਹੜਾ ਮੈਚ ਖੇਡਿਆ ਜਾਣਾਗਾ, ਨਾਲ ਹੀ ਡਕਰੂ ਤੇ ਮਾਨੂ ਕੇ ਗਿੱਲ ਰੱਜੀ ਆਣਾ ਤੇ ਪੁਰਾਣੇ ਵਾਲੇ ਦਾ ਮੈਚ ਖੇਡਿਆ ਜਾਣਾ। ਦੋਵੇਂ ਟੀਮਾਂ ਦਾ ਬਹੁਤ ਹੀ ਸ਼ਾਨਦਾਰ ਮੈਚ ਖੇਡ ਮੈਦਾਨ ਵਿੱਚ ਜੰਡੀ ਤੇ ਕੱਲ ਕਲਾਂ। ਹਾਂਜੀ ਆ ਜਿਹੜਾ ਸੱਜਣ ਇਸ ਟੂਰਨਾਮੈਂਟ ਦੇ ਵਿੱਚ ਕਲੀ ਦੀ ਸੇਵਾ ਕਰ ਰਿਹਾ, ਸਰਦਾਰ ਜੱਸਾ ਸਿੰਘ ਜੀ ਪਿੰਡ ਸਲੀਣਾ ਤੋਂ, ਜੋ ਮੇਰੇ ਛੋਟੇ ਵੀਰ ਵੀ ਆ, ਸਰਦਾਰ ਹਰਨੇਕ ਸਿੰਘ ਜੀ ਦੇ ਸੋਤਾ ਸਰਪੰਚ ਸਾਹਿਬ ਦੇ ਪਿੰਡ ਸਲੀਣਾ ਤੋਂ ਜੱਸਾ ਸਿੰਘ ਵੱਲੋਂ 100 ਰੁਪਏ ਦਾ ਇਨਾਮ ਸਪੈਸ਼ਲ ਕਲੀ ਪਾਉਣ ਵਾਲੇ ਵੀਰ ਨੂੰ ਦਿੱਤਾ ਜਾਂਦਾ, ਉਹਨਾਂ ਦਾ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਠੀਕ ਹੈ ਜੀ, ਕਰਦੇ ਕਰਦੇ ਬਾਈ ਜਿੰਨਾ ਖਿਡਾਰੀ ਕਹਿੰਦੇ ਕਰ ਦਿਓ। ਮੈਚ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਗੁਰਮੇਲ ਸਿੰਘ ਜੀ ਇੱਕ ਪਾਸੇ ਜੰਡੀ ਪਿੰਡ ਜ਼ਿਲ੍ਹੇ ਲੁਧਿਆਣੇ ਨੂੰ ਬਿਲੋਂਗ ਕਰਦਾ ਪਿੰਡ ਹੈ, ਔਰ ਦੂਸਰੇ ਪਾਸੇ ਕੱਲ ਕਲਾਂ ਆਜ਼ਾਦ ਕਲੱਬ ਕੱਲ ਕਲਾਂ ਦੀ ਟੀਮ ਜਿਹੜੀ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਬਿਲਕੁਲ ਚੜ੍ਹਦੇ ਵਾਲੇ ਪਾਸੇ ਹੈ, ਔਰ ਦੂਸਰੇ ਪਾਸੇ ਜੰਡੀ ਦੀ ਟੀਮ ਜਿਹੜੀ ਪੂਰੀ ਮਸ਼ਹੂਰ ਟੀਮ ਆ ਤੇ ਦੂਸਰੇ ਪਾਸੇ। ਆਓ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ,
ਅਗਲੀਆਂ ਟੀਮਾਂ ਵੇਟਿੰਗ ਰੂਮ ਦੇ ਵਿੱਚ ਵੇਟ ਕਰਨ ਜਿਵੇਂ ਜਿਵੇਂ ਮੈਚ ਬੋਲੇ ਜਾ ਰਹੇ ਨੇ ਲਾ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਪਾਉਣ ਦੇ ਲਈ ਨੌਜਵਾਨ ਬਿਲਕੁਲ ਚੰਡੀ ਵਾਲਾ ਤਿਆਰੀ ਦੇ ਵਿੱਚ ਹੈ ਮੈਚ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਤੇ ਦਰਸ਼ਕ ਪੱਬਾਂ ਭਾਰ ਆ ਕੇ ਇਕੱਲੀ ਇਕੱਲੀ ਕਬੱਡੀ ਜਿਹੜੀ ਵਾਕਿਆ ਦੇਖਣ ਵਾਲੀ ਹੈ ਅੱਜ ਖੇਡ ਮੈਦਾਨ ਦੇ ਵਿੱਚ ਕੌਰ ਸਿੰਘ ਜੀ ਮਾਰੋ ਵਿਸਲ ਤੇ ਮੈਚ ਸ਼ੁਰੂ ਕਰੀਏ ਖੇਡ ਮੈਦਾਨ ਦੇ ਵਿੱਚ ਅਗਲੀਆਂ ਦੋਵੇਂ ਟੀਮਾਂ ਡਗਰੂ ਤੇ ਮਾਣੂ ਕੇ ਗਿੱਲ ਬੋਕਸ ਚ ਪੁੱਜਣ ਡਗਰੂ ਪੁੱਜ ਗਈ ਤੇ ਮਾਣੂ ਕੇ ਗਿੱਲ ਦੀ ਟੀਮ ਪੁੱਜੇ ਜੀ ਮਾਣੂ ਕੇ ਗਿੱਲ ਰੱਜੀਆਣਾ ਪਿੰਡ ਤੇ ਪੁਰਾਣੇ ਵਾਲਾ ਘੜਕਾ ਤੇ ਮਲਕ ਇਹ ਸਾਰੀਆਂ ਟੀਮਾਂ ਤਿਆਰੀ ਫੜਨ ਇੱਧਰ ਮੁਕਾਬਲਾ ਸ਼ੁਰੂ ਆ ਗੁਰਚਰਨ ਸਿੰਘ ਕਰੀ ਗੱਲ ਖੇਡ ਮੈਦਾਨ ਦੀ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਦੂਸਰੇ ਪਾਸੇ ਸਿਆਸਤ ਦੇ ਦੁਨੀਆਂ ਦੇ ਵਿੱਚ ਵੱਡਾ ਨਾਮ ਹੈ ਜਿੱਦਾਂ ਪਹਿਲੇ ਸਰ ਗੁਰਦੇਵ ਸਿੰਘ ਉਹਨਾਂ ਨੇ ਦੱਸ ਦਿੱਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦੀ ਲੀਡਰਸ਼ਿਪ ਜਿਹੜੀ ਹੈ ਸਮੇਂ ਦੇ ਨਾਲ ਸਾਡੇ ਵਿੱਚ ਪੁੱਜ ਰਹੀ ਹੈ ਆਪਾਂ ਉਹਨਾਂ ਦਾ ਵੀ ਵੈਲਕਮ ਕਹਾਂਗੇ ਲਓ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਜੱਸਾ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ ਕਿ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਨੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਹੈ ਲਾਦੂ ਰੇਡਰ ਦੀ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ ਮੈਚ ਆਖਰ ਗੁਰਦੇਵ ਸਿਆ ਉਹਨਾਂ ਨੇ ਜਿੱਤਣਾ ਜੀ ਦੇ ਜਿੱਤ ਲਿਖੀ ਵਿੱਚ ਲੇਖਕ ਪਾਸੇ ਚੋਣਾ ਘੱਲ ਕਲਾਂ ਦੀ ਧਰਤੀ ਦਾ ਤਾੜੀਆਂ ਮਾਰਦੇ ਦੋਹਾਂ ਟੀਮਾਂ ਦੇ ਲਈ ਪਹਿਲਾਂ ਡੇਢ ਪੁਆਇੰਟ ਸਾਹਮਣੇ ਦੇਖਾਂਗੇ ਆਜ਼ਾਦ ਕਲੱਬ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਨ ਜਾ ਰਿਹਾ ਇੱਥੇ ਆਪਾਂ ਸਮੇਂ ਦੇ ਨਾਲ ਚੱਲਾਂਗੇ ਬੂਟਾ ਸਿੰਘ ਕੋਚ ਫੈਸਲਾ ਕੀ ਕਰਨਗੇ ਇੱਥੇ ਸਮਾਂ ਦੱਸੇਗਾ ਖੇਡ ਮੈਦਾਨ ਦੇ ਵਿੱਚ ਤਨ ਤਨ ਹੋ ਗਈ ਖੇਡ ਮੈਦਾਨ ਵਿੱਚ ਚੱਲ ਵੀ ਦੌਲੀ ਸਾਹਿਬ ਪਾ ਕਬੱਡੀ ਖੇਡ ਮੈਦਾਨ ਵਿੱਚ ਅਲਕੜੇ ਪਿੰਡ ਦਾ ਨੌਜਵਾਨ ਦੌਲੀ ਫਤੇਗਾ ਖੇਡ ਮੈਦਾਨ ਵਿੱਚ ਲੈ ਵੀ ਗੁਰਚਰਨ ਸਿੰਘ ਜੱਫੇ ਵਾਲੇ ਨੂੰ 100 ਰੁਪਇਆ ਮੇਰੇ ਵੱਲੋਂ ਦਿੱਤਾ ਜਾਂਦਾ ਹੈ ਬਸੰਤ ਸਿੰਘ ਜੀ 100 ਰੁਪਇਆ ਮੇਰੇ ਵੱਲੋਂ ਜੱਫੇ ਵਾਲੇ ਨੂੰ ਬਹੁਤ ਧੰਨਵਾਦ ਵੱਡਾ ਮਾਣ ਜਾਫੀ ਦੇ ਲਈ ਸਰਦਾਰ ਬੂਟਾ ਸਿੰਘ ਜੀ ਤੇ ਨਾਲ ਸਰਦਾਰ ਜਗਤਾਰ ਸਿੰਘ ਜੀ ਬਹੁਤ ਸਾਰਾ ਪਿਆਰ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ ਭੇਜ ਰਹੇ ਹੈ ਆਪਾਂ ਧੰਨਵਾਦ ਕਰਾਂਗੇ ਹਾਂਜੀ ਕੋਈ ਗੱਲ ਨੀ ਜੋ ਫੈਸਲਾ ਰੈਫਰੀ ਦਾ ਅਟਲ ਮੰਨਿਆ ਜਾਣਾ ਕੀ ਦਾ ਪੁਆਇੰਟ ਆ ਜੀ ਉਹ ਦੋ ਪੁਆਇੰਟ ਪਹਿਲਾਂ ਪੁਆਇੰਟ ਦਾ ਫੈਸਲਾ ਕਰ ਲਓ ਹੈਲੋ ਅਗਲਾ ਮੈਚ ਡਗਰੂ ਤੇ ਮਾਣੂ ਕੇ ਗਿੱਲ ਕਲਾਂ ਵਾਲਿਓ ਵੀਰ ਯਾਰ ਹਰ ਖੜੇ ਇਹ ਕੰਮ ਨਹੀਂ ਚੰਗਾ ਹੁੰਦਾ ਜੋ ਰੈਫਰੀ ਨੇ ਫੈਸਲਾ ਕਰਤਾ ਟੱਲ ਹਜੇ ਤਾਂ ਪਹਿਲੀ ਰੇਡ ਆ ਬਦੰਦਰੋਂ ਪਹਿਲੇ ਰੌਲਾ ਪਾਉਣ ਲੱਗ ਗਏ ਆ ਕੋਈ ਨੀ ਆਪਾਂ ਹੁਣੇ ਕਰਦੇ ਜੀ ਸਾਰਾ ਸੈੱਟ ਗੁਰਪ੍ਰੀਤ ਸਿੰਘ ਜੀ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਜੀ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਰੈਫਰੀ ਬਹੁਤ ਬਾਈ ਜੀ ਰੈਫਰੀ ਦਾ ਫੈਸਲਾ ਮੰਨਿਆ ਕਰੋ ਖਿਡਾਰੀ ਵੀਰੋ ਰੈਫਰੀ ਦਾ ਫੈਸਲਾ ਟੱਲ ਆਇਆ ਅਸੀਂ ਜੋ ਬਾਹਰੋਂ ਵੀ ਕੋਈ ਰੌਲਾ ਨਾ ਪਾਵੇ ਜੋ ਰੈਫਰੀ ਨੇ ਫੈਸਲਾ ਕਰਤਾ ਅਸੀਂ ਇਹਨਾਂ ਨੂੰ ਬਾਈ ਜੀ 100 ਖਵਾ ਕੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਬਾਈ 100 ਖਵਾ ਕੇ ਫੇਰ ਤੁਸੀਂ ਰੈਫਰੀ ਕਰਨੀ ਆ ਬਿਲਕੁਲ ਠੀਕ ਹੈ ਗੁਰਪ੍ਰੀਤ ਸਿੰਘ ਜੀ ਜੋ ਆਪਾਂ ਫੈਸਲੇ ਕਰ ਰਹੇ ਹਾਂ
ਵੈਲਕਮ ਵਾਲਿਓ ਸਾਊਂਡ ਥੋੜਾ ਜਿਹਾ ਸੈੱਟ ਕਰ ਦਿਓ, ਖੋਲ ਦਿਓ। ਆਓ ਸਾਹਮਣੇ ਸੁਖਰਾਜ ਸਿੰਘ ਖੇਡ ਮੈਦਾਨ ਦੇ ਵਿੱਚ ਜੰਡੀ ਪਿੰਡ ਵਾਲਾ ਕਬੱਡੀ ਪਾਉ ਦੇ ਲਈ ਵਧਿਆ ਹੋਇਆ ਹੈ। ਦੂਸਰੇ ਪਾਸੇ ਮੰਗਲ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਿ ਜਿਨ੍ਹਾਂ ਨੇ ਬਦਾਮ ਖਾਧੇ ਮੰਗਲਾ ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ। ਕਹਿੰਦੇ ਨੇ ਸਿਆਰੇ ਗੱਲਾਂ ਸੱਚੀਆਂ ਕਿ ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਅਲਕਲੇ ਪਿੰਡ ਕਹਿੰਦੇ ਵੀ ਜ਼ਿਲ੍ਹੇ ਬਰਨਾਲੇ ਦਾ ਪਿੰਡ ਹੈ, ਸਾਹਮਣੇ ਦੌਲਤ ਸਿੰਘ ਦੌਲੀ ਦੀ ਪਾਈ ਹੋਈ ਕਬੱਡੀ ਹੈ। 2013 ਦੇ ਸੀਜ਼ਨ ਦਾ ਕਹਿੰਦੇ ਵੀ ਦੁਨੀਆਂ ਦੇ ਟਾਪ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ। 2 ਮੋਟਰਸਾਈਕਲ ਜਿੱਤੇ ਇਸ ਨੌਜਵਾਨ ਨੇ। ਪੰਜਾਬ ਦੇ ਖੇਡ ਮੇਲਿਆਂ ਦੇ ਵਿੱਚ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਆਹ ਨੌਜਵਾਨ ਦੀ ਮਨਦੀਪ ਸਿੰਘ ਗੱਲ ਕਰ ਬੀ ਭੂਆ। ਲਓ ਚੰਡੀ ਦੀ ਧਰਤੀ ਦਾ ਜੱਸੀ ਵਾਧਾ ਹੋਇਆ ਖੇਡ ਮੈਦਾਨ ਵਿੱਚ। 20 ਲੰਘਿਆ 1 ਮਾਹ ਸਾਲ ਚੜਿਆ, ਕੱਦ ਕੱਦ ਮੁੰਡੇ ਨੇ ਕਮਾਲ ਕਰਿਆ, ਅਥਰੀ ਜਵਾਨੀ ਚੜ ਗਈ ਹੈ ਜੱਟ ਤੇ, ਪਾਉਂਦਾ ਇੱਕ ਬਾਟੀ ਥਾਪੀ ਮਾਰ ਪੈਰ ਤੇ ਮਾਰੋ ਤਾੜੀਆਂ ਹਰ ਵਾਹ ਨੌਜਵਾਨਾਂ ਬੱਲੇ ਬੱਲੇ ਕਰਵਾ ਦੀ ਖੇਡ ਮੈਦਾਨ ਵਿੱਚ। ਬੂਟਾ ਜੀ ਗਿੱਲ ਸਾਹਿਬ ਤੱਕੋ ਖੇਡ ਮੈਦਾਨ ਵਿੱਚ ਪ੍ਰਧਾਨ ਜੀ, ਬਹੁਤ ਹੀ ਸ਼ਾਨਦਾਰ ਮੁਕਾਬਲਾ ਗੁਰਦੇਵ ਸਿੰਘ ਤੱਕ ਬੜੀ ਖੇਡ ਮੈਦਾਨ ਵਿੱਚ ਕਿ ਅਮਨਦੀਪ ਬੰਬੂ ਕਹਿੰਦੇ ਬਗਲਾ ਤੇ ਰੋਕਦਾ ਤੇ ਮੰਗਲ ਕਾਲੀ ਕਹਿੰਦੇ ਜੱਥੇ ਛੋਟੀ ਜੋਰ ਪ੍ਰਧਾਨ ਵੱਲੋਂ 100 ਰੁਪਿਆ ਮੰਗਲ ਦੇ ਲਈ ਵੱਲੋਂ ਸਤਾਪਰ ਨੂੰ ਦਿੱਤਾ ਜਾਂਦਾ। ਟੂਰਨਾਮੈਂਟ ਕਮੇਟੀ ਤਹਿਤ ਨੂੰ ਧੰਨਵਾਦ ਅੰਗਰੇਜ਼ ਸਿੰਘ ਸਮਰਾ ਸਾਹਿਬ। ਮੰਗਲ ਨੂੰ 100 ਰੁਪਿਆ ਟੂਰਨਾਮੈਂਟ ਕਮੇਟੀ ਅੰਗਰੇਜ਼ ਸਿੰਘ ਸਮਰਾ ਸਾਹਿਬ ਦਾ ਧੰਨਵਾਦ ਕਰਦੀ ਹੈ ਜੀ। ਇਹ ਗੁਰਨੇਕ ਸਿੰਘ ਸੰਧੂ ਵੱਲੋਂ, ਜੈਸ ਮੁੰਡੇ ਨੇ ਘੱਲਾਂ ਵਾਲੇ ਵੀਰ ਨੇ ਜੱਫਾ ਲਾਇਆ ਸੀ, ਗੁਰਨੇਕ ਸਿੰਘ ਸੰਧੂ ਵੀ 100 ਰੁਪਿਆ ਮੰਗਲ ਨੂੰ ਦਿੰਦੇ ਜੀ। ਬਾਈ ਜੀ 100 ਰੁਪਿਆ ਬੂਟਾ ਸਿੰਘ ਪ੍ਰਧਾਨ ਵੱਲੋਂ 100 ਰੁਪਿਆ ਮੰਗਲ ਦੇ ਲਈ ਦਿੱਤਾ ਜਾਂਦਾ। ਪਹਿਲੇ ਜੱਫੇ ਤੇ 1 ਜੱਫਾ ਹੋਰ ਲਾ ਦਿੱਤਾ ਮੰਗਲ ਨੇ। ਇਹ ਮੰਗਲ ਹੋਣੀ ਸ਼ਾਨ ਆ ਆਪਣੇ ਏਰੀਏ ਦੇ, ਸ਼ਾਨ ਖਿਡਾਰੀ ਆ ਇਹ, ਬਹੁਤ ਹੀ ਸੁਲਝੇ ਦੇ ਤਕੜੇ ਖਿਡਾਰੀ ਹੈ। ਗੁਰਾ ਸਿੰਘ ਗੁਰਪ੍ਰੀਤ ਮੰਗਲ ਤੇ ਅੰਬੂ ਤੇ ਸੋਨਾ ਕਾਲੀ ਤਕੜੇ ਤਕੜੇ ਧਾਵੀ ਠਲਦਾ ਗੱਲ ਵਿੱਚ ਪਾਉਂਦਾ ਸੰਗਲ ਚੋਟੀ ਦਾ ਜਾਫੀ ਕਹਿੰਦੇ ਘੱਲ ਘੱਲਾ ਪਿੰਡ ਦਾ ਮੰਗਲ ਦੌਲੀ ਅਲਕੜੇ ਪਿੰਡ ਦਾ ਨੌਜਵਾਨ ਘੱਲਾਂ ਦੀ ਤਰਫੋਂ ਅਗਲੀ ਰੇਡ ਪਾਉਂਦਾ ਹੋਇਆ ਖੇਡ ਦੇ ਮੈਦਾਨ ਵਿੱਚ ਜੰਡੀ ਪਿੰਡ ਦੇ। ਲਓ 4 ਜਾਫੀ ਆ, ਲਓ ਸਾਹਮਣੇ ਕਿਹਦੇ ਨਾਲ ਮੁਕਾਬਲਾ ਨੌਜਵਾਨ ਜੀਤਾ ਜੱਫਾ ਨਹੀਂ ਲਾ ਸਕਿਆ ਜੰਡੀ ਜੀ। ਘੱਲ ਘੱਲਾਂ ਦੀ ਜਿਹੜੀ ਟੀਮ ਹੈ, ਘੱਲ ਘੱਲਾਂ ਦੀ ਟੀਮ ਨੇ ਅੰਗਰੇਜ਼ ਸਿੰਘ ਸਰਪੰਚ ਦੌਲਤ ਬਰਾ ਉੱਚਾ ਵੱਲੋਂ ਜਿੰਨੇ ਜੱਫੇ ਲੱਗਣਗੇ ਹਰ ਜੱਫੇ ਤੇ 100 ਰੁਪਈਏ ਦਾ ਨਾਮ ਹੈ ਜੀ। ਘੱਲਾਂ ਦੀ ਟੀਮ ਨੂੰ ਅੰਗਰੇਜ਼ ਸਿੰਘ ਸਰਪੰਚ ਵੱਲੋਂ ਜਿੰਨੇ ਵੀ ਇਹ ਜੱਫੇ ਲਾਉਣਗੇ 100 ਰੁਪਈਏ ਦਾ ਨਾਮ ਦਿੱਤਾ ਜਾਊਗਾ। ਠੀਕ ਹੈ ਗੁਰਦੇਵ ਸਿੰਘ ਜੀ। ਆ ਸਾਹਮਣੇ ਅਮਨਦੀਪ ਸਿੰਘ ਅੰਬੂ, ਸਰਦਾਰ ਕਰਮ ਸਿੰਘ ਨੇ ਆਪ ਤਕੜੀ ਕਬੱਡੀ ਖੇਡੀ ਹੈ। ਲਓ ਸਾਹਮਣੇ ਸਮਰਾ ਸਾਹਿਬ ਉਹਦਾ ਸਪੁੱਤਰ ਸਾਹਮਣੇ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਰ ਸਿੰਘਾਂ ਤੋਂ ਫੜ ਕੇ ਵਾਹ ਉਹ ਸੋ ਰਿਹਾ। ਬੂਟਾ ਸਿੰਘ ਕੋਚ ਨੇ ਸੱਚ ਬੋਲਿਆ ਕਿ ਪੁਆਇੰਟ ਜੰਡੀ ਦੇ ਹਿੱਸੇ ਦੇ ਵਿੱਚ ਹੈ, ਪੁਆਇੰਟ ਸਾਹਮਣੇ ਜੱਸੇ ਦਾ ਕਬੱਡੀ ਅਗਲੀ ਦੇਖਾਂਗੇ। ਦਰਸ਼ਕ ਪੱਬਾਂ ਭਾਰ ਹੋ ਗਏ ਹੈ ਕਿ ਬੜੀ ਤਕੜੀ ਜਿਹੜੀ ਕਬੱਡੀ ਖੇਡੀ ਜਾ ਰਹੀ ਹੈ ਅੱਜ। ਸੱਦਾ ਸਿੰਘ ਵਾਲੇ ਦੇ ਮੈਦਾਨ ਦੀਆਂ ਗੱਲਾਂ 28 ਤੇ 29 ਤਰੀਕ ਸੋਨਾ ਕਲਸੀ ਜੀ ਪੁੱਜੇ ਹੋਏ ਹੈ, ਕਹਿੰਦੇ ਤਲਵੰਡੀ ਭਾਈ ਦੀ ਧਰਤੀ ਤੇ ਕਬੱਡੀਆਂ ਪੈਣੀਆਂ ਨੇ। ਔਰ ਜੀਤਾ ਜੰਡੀ ਪਿੰਡ ਦਾ ਕੋਸ਼ਿਸ਼ ਕੀਤੀ ਹੈ, ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਭਾਵੀ ਨੌਜਵਾਨ ਦਾ ਕਬੱਡੀ ਮੁਕਾਬਲਾ ਸਮਾਪਤ ਹੈ। ਘੱਲ ਕਲਾਂ ਦੀ ਟੀਮ ਜੇਤੂ ਜੀ ਨੋਟ ਕੀਤਾ ਜਾਵੇ। ਠੀਕ ਹੈ ਜੀ, ਠੀਕ ਹੈ ਘੱਲ ਕਲਾਂ ਜੀ। ਡਕਰੂ ਤੇ ਮਾਨੂ ਕੇ ਗਿੱਲ ਜੀ ਦੋਵੇਂ ਟੀਮਾਂ ਸੈਟਲਾਈਟ ਤੇ